ਹੱਥ ਵਡਿਆਈਆਂ ਖਾਸ ਕਰ ਜਿੰਨਾ ਕਦਰ ਨਾ ਮੇਰਾ ਸਹਿਬ ਹੱਥ ਵਡਿਆਈਆਂ ਮੈਂ ਗਲੀਆਂ ਦਾ ਕੂੜਾ ਰੂੜਾ ਮੈਨੂੰ ਤਖਤ ਬਿਠਾਇਆ ਸਾਈਆਂ ਮੈਨੂੰ ਤਖਤ ਬਿਠਾਇਆ ਸਾਈਆਂ ਤਾੜੀ ਲਾ ਦਿਓ ਜੀ ਇੱਕ ਵਾਰੀ ਖੁੱਲ ਕੇ ਸਿੱਧ ਬਾਬਾ ਪੌਣਾ ਹਾਰੀ ਦੇ ਨਾਂ ਤੇ ਜੀ ਸੋ ਬਹੁਤ ਕਰਮਾਂ ਵਾਲਾ ਅੱਜ ਦਿਨ ਆ ਬਹੁਤ ਕਰਮਾਂ ਵਾਲੀ ਰਾਤ ਹੈ ਸੋ ਜਾਗਾ ਤੇ ਭੰਡਾਰਾ ਸਿੱਧ ਬਾਬਾ ਪੌਣਾ ਹਾਰੀ ਦੀ ਚੌਂਕੀ ਕਰਾਈ ਜਾਂਦੀ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਦੋ ਦਰਾਡੇ ਤੋਂ ਜਿੰਨੀ ਵੀ ਸੰਗਤ ਚਲੇ ਕਹੀਏ ਸਾਰੀ ਸੰਗਤ ਨੂੰ ਆ ਪਿਰਤੀ ਸਿੰਘ ਟੀਮ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਟੀ ਸਰੇ ਮੁਬਾਰਕਾਂ ਸਾਡੀਆਂ ਪੈਣਾ ਸਾਡੇ ਨੰਨੇ ਮੁੰਡੇ ਬੱਚੇ ਸੋ ਜਿਹੜੀਆਂ ਵੀ ਮਹਾਨ ਹਸਤੀਆਂ ਪਹੁੰਚੀਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਟੀ ਸਰੇ ਮੁਬਾਰਕਾਂ ਤੁਹਾਡੀ ਸੇਵਾ ਦੇ ਵਿੱਚ ਉਸ ਕਲਾਕਾਰ ਫਨਕਾਰ ਨੂੰ ਪੇਸ਼ ਕਰਨਾ ਜਿਨ੍ਹਾਂ ਦੇ ਭਜਨਾਂ ਨੂੰ ਤੁਸੀਂ ਬੜੀ ਮੁਹੱਬਤ ਬੜਾ ਪਿਆਰ ਤੇ ਬੜਾ ਸਤਿਕਾਰ ਦਿੱਤਾ ਲਗਾਤਾਰ ਠੀਕ ਐਤਵਾਰ ਨੂੰ 7 ਵਜੇ ਭਜਨ ਰਿਲੀਜ਼ ਹੋ ਜਾਂਦਾ ਉਸ ਕਲਾਕਾਰ ਨੇ ਸ਼ੁਰੂਆਤ ਕੀਤੀ ਸੀ ਮੋਰਾ ਬੇ ਮੋਰਾ ਤਰਸ ਤਕਰ ਲਾ ਪੋਰਾ ਮੈਂ ਮਛਲੀ ਦਰਿਆਵਾਂ ਦੀ ਬਾਬਾ ਤਾਰੇ ਤਾਂ ਤਰਦੀਆਂ ਉਹਦਾ ਵਾਲ ਬਿੰਗਾ ਨਹੀਂ ਹੋ ਸਕਦਾ ਜੀ ਦੀ ਜੋਗੀ ਦੇ ਨਾਲ ਯਾਰੀ ਆ ਜਿਵੇਂ ਜਿਵੇਂ ਗੁਫਾ ਦੀਆਂ ਚੜਾ ਪੌੜੀਆਂ ਟੁੱਕ ਟੁੱਟ ਦੇ ਜੋਗੀ ਆ ਮੇਰੇ ਜਾਂ ਉਹ ਭਜਨ ਤੁਸੀਂ ਬੜੀ ਮੁਹੱਬਤ ਬੜਾ ਪਿਆਰ ਦਿੱਤਾ ਰੂਪ ਰੱਬ ਦਾ ਲੱਗਦਾ ਨਹੀਂ ਜਿਹੜਾ ਜੋਗੀ ਪਿੰਡ ਵਿੱਚ ਆਇਆ ਇੱਕ ਬੜਾ ਮਕਬੂਲ ਭਜਨ ਆ ਚੇਂ ਦੇ ਚਾਲੇ ਚੱਲ ਰਹੇ ਨੇ ਹਰ ਗੱਡੀ ਤੇ ਇੱਕੋ ਭਜਨ ਚੱਲਦਾ ਆ ਮੈਂ ਵਿੱਚ ਤਲਾਈਆਂ ਨੱਚੀ ਜੋਗੀ ਵੇ ਤੇਰਾ ਨਾ ਲੈ ਕੇ ਸੋ ਲਗਾਤਾਰ ਜਿੱਦਾਂ ਦਾ ਚੇਤ ਮਹੀਨਾ ਚੜਿਆ ਸਾਡੇ ਵੱਲੋਂ ਵੀ ਸ਼ੁਰੂਆਤ ਹੋ ਚੁੱਕੀ ਆ ਲਗਾਤਾਰ ਦਿਨ ਰਾਤ ਸਾਡੇ ਵੀ ਪ੍ਰੋਗਰਾਮ ਲੱਗ ਰਹੇ ਨੇ ਬਾਬਾ ਸਿੱਧ ਬਾਬਾ ਪੌਣਾ ਹਾਰੀ ਦੀ ਕਿਰਪਾ ਦੇ ਨਾਲ ਸੋ 3 ਦਿਨ ਸ਼ਾਹ ਤਲਾਈਆਂ ਸਾਡਾ ਉੱਥੇ ਪ੍ਰੋਗਰਾਮ ਸੀ ਅੱਜ ਇਸ ਪਿੰਡ ਦੇ ਵਿੱਚ ਸਾਨੂੰ ਇਨਵਾਈਟ ਕੀਤਾ ਗਿਆ ਆ ਸਤਿਕਾਰਯੋਗ ਮਲਕੀਤ ਸਿੰਘ ਜੀ ਜਰਨੈਲ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬਹੁਤ ਸਾਰੀ ਮੁਬਾਰਕਾਂ ਸੋ ਇਹਨਾਂ ਦੀ ਬਦੌਲਤ ਸਾਨੂੰ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੋ ਮੁੱਖ ਸੇਵਾਦਾਰ ਬੀਬੀ ਚੰਦ ਕੌਰ ਜੀ ਸੋ ਇਹਨਾਂ ਨਾਲ ਬਹੁਤ ਸਾਰੇ ਮੁਬਾਰਕਾਂ ਢੇਰ ਸਾਰੇ ਮੁਬਾਰਕਾਂ ਆਓ ਤੁਹਾਡੀ ਸੇਵਾ ਦੇ ਵਿੱਚ ਬਹੁਤੀਆਂ ਗੱਲਾਂ ਨਾ ਕਰਦੇ ਉਸ ਕਲਾਕਾਰ ਫਨਕਾਰ ਨੂੰ ਪੇਸ਼ ਕਰੀਏ ਸੋ ਕਹਿੰਦੇ ਪੌਣਾ ਹਰੀ ਜਿਨ੍ਹਾਂ ਨੂੰ ਯਾਦ ਕਰੇ ਉਹ ਲੋਕ ਨਿਰਾਲੇ ਹੁੰਦੇ ਨੇ ਮੇਰਾ ਪੌਣਾ ਹਰੀ ਜਿਨ੍ਹਾਂ ਨੂੰ ਯਾਦ ਕਰੇ ਉਹ ਲੋਕ ਨਿਰਾਲੇ ਹੁੰਦੇ ਨੇ ਜਿਨ੍ਹਾਂ ਤੇ ਹੋ ਜੇ ਕਿਰਪਾ ਜੋਗੀ ਦੀ ਉਹ ਕਰਮਾਂ ਵਾਲੇ ਹੁੰਦੇ ਨੇ ਉਹ ਭਾਗਾਂ ਵਾਲੇ ਹੁੰਦੇ ਨੇ ਤੁਸੀਂ ਬਹੁਤ ਕਰਮਾਂ ਵਾਲੇ ਹੋ ਬਹੁਤ ਭਾਗਾਂ ਵਾਲੇ ਹੋ ਆਪਣੇ ਨੀਂਦਾਂ ਛੱਡ ਕੇ ਸਿੱਧ ਬਾਬਾ ਪੌਣਾ ਹਰੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਓ ਤੁਹਾਡੀ ਸੇਵਾ ਦੇ ਵਿੱਚ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮਾਂ ਕਿਉਂ ਮਿੱਠੀ ਬਾਤ ਦਾ ਮਾਲਕ ਜਨਾਬ ਬਿੰਤੀ ਸਿਲੋ ਜੀ ਸਿਲੋ ਜੀ ਤਾੜੀ ਖੁੱਲ ਕੇ
ترجمة
ਕੋਣ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਾਰੇ ਕਹਿੰਦੇ ਨੇ ਪਿੱਪਲ ਪੂਜਣ ਕਿੰਨਾ ਕਿੰਨਾ ਨੂੰ ਖੁਸ਼ੀ ਹੈ ਬਾਬਾ ਜੀ ਦੀ ਚੌਂਕੀ ਸਾਰੇ ਨੂੰ ਇਹ ਸੰਗੀ ਦਾ ਨਹੀਂ ਹੁੰਦਾ ਖੁੱਲ ਕੇ ਹੱਥ ਖੜੇ ਕਰੋ ਵੀ ਸਾਨੂੰ ਖੁਸ਼ੀ ਹੈ ਕੋਣ ਹਰੀ ਬਾਬਾ ਜੀ ਚੋਂ ਕਿਉਂ ਵੀ ਤੇ ਨੱਚ ਕੇ ਕਿੰਨਾ ਇਹਨਾਂ ਨੇ ਹਾਜ਼ਰੀ ਲਾਉਣੀ ਉਹ ਵੀ ਆਪਾਂ ਮੈਂ ਖੜੀ ਖੁਸ਼ੀ ਤੇ ਫਿਰ ਨੱਚ ਕੇ ਮਨਾਈ ਦੀ ਹੈ ਕਿ ਨਹੀਂ ਇਧਰੋਂ ਇਧਰੋਂ ਤਾਂ ਕਿਸੇ ਨੇ ਵੀ ਹੱਥ ਖੜੇ ਕਰੇ ਤਿੰਨ ਚਾਰ ਪੰਜ ਸੱਤ ਚਲੋ ਸ਼ੁਕਰ ਉਹ ਵੀ ਜਿੱਦਾਂ ਕਹਿੰਦੇ ਨੀ ਖਰਬੂਜੇ ਨੂੰ ਦੇਖ ਕੇ ਰੰਗ ਫੜ ਗਿਆ ਖਰਬੂਜਾ ਦੋ ਕਿ ਨੇ ਕਰਿਆ ਹੁਣ ਦਸ ਬਾਰਾਂ ਜਣੇ ਨੇ ਕਰਤਾ ਔਰ ਬਾਬਾ ਜੀ ਦੇ ਦਰ ਦੇ ਸਾਰੇ ਸੇਵਾਦਾਰ ਜਿੰਨੇ ਵੀ ਆਏ ਹੋਏ ਆ ਜਿਹੜੇ ਬਾਬਾ ਜੀ ਨੂੰ ਮੰਨਦੇ ਆ ਬਾਬਾ ਜੀ ਸਾਰਿਆਂ ਦੇ ਉੱਤੇ ਕਿਰਪਾ ਕਰਨ ਤੁਹਾਡੇ ਤੇ ਔਰ ਇੱਕ ਹੋਰ ਗੱਲ ਤੁਹਾਨੂੰ ਪੁੱਛਣੀ ਆ ਬਈ ਗਹਿਣੇ ਗੱਡੇ ਕਿਹਨਾਂ ਕਿਹਨਾਂ ਕੋਲੇ ਹੈਗੇ ਹੱਥ ਖੜੇ ਕਰਕੇ ਝੂਠ ਨੀ ਬੋਲਣਾ ਦੇਖੋ ਜੋਤ ਚੱਲਦੀ ਹੈ ਬਾਬਾ ਜੀ ਸਾਹਿਬ ਮੇਰੇ ਕੋਲ ਹੈਗੇ ਪਰ ਮੈਂ ਪਾਉਂਦਾ ਨੀ ਵੀ ਚੋਰੀ ਨਾ ਹੋ ਜਾਣ ਵੀ ਰਾਤਾਂ ਨੂੰ ਫਿਰਨਾ ਹੁੰਦਾ ਅੱਧੀ ਅੱਧੀ ਰਾਤ ਪਾਉਣੀ ਕਿਹੜੇ ਰਾਤ ਲੰਘੀ ਜਾਂਦੀ ਖਬਰਾਂ ਕਿਹਨੇ ਮੋਟਰਸਾਈਕਲ ਜਾ ਘੇਰ ਕੇ ਮੂਹਰੇ ਲਾ ਲੈਣਾ ਵੀ ਲਿਆਓ ਸਮਾਨ ਦੇ ਦਿਓ ਕਿਹੜਾ ਕਿਹੜਾ ਗਹਿਣੇ ਗੱਟੇ ਹੈਗੇ ਕਿਹਨਾਂ ਕੋਲੇ ਹੱਥ ਖੜੇ ਕਰ ਦਿਓ ਝੂਠ ਨੀ ਬੋਲਣਾ ਕੋਈ ਚੱਕਰ ਨੀ ਹੈਗੇ ਆ ਹੈਗੇ ਆ ਆਪਾਂ ਪਤਾ ਕਿਉਂ ਸਾਹਮਣੇ ਹੁੰਦੇ ਆ ਵੀ ਚੱਲ ਕੋਈ ਗੱਲ ਨੀ ਸਾਡੀ ਨੌਂਹ ਪਾਲੂਗੀ ਨਹੀਂ ਉਹ ਫੇਰ ਸਾਂਭ ਲੈਂਦੀ ਵੀ ਚੱਲ ਸਾਡੀ ਨੌਂਹ ਪਾਲੂਗੀ ਹੰਡਾਉਂਦਾ ਕੋਈ ਵੀ ਨੀ ਫਿਰ ਇੱਕ ਸਾਡੇ ਵਰਗੀ ਨਲੈਕ ਜੀ ਆ ਜਾਂਦੀ ਉਹ ਸਾਰੀ ਮੇਜ ਵੱਟ ਕੇ ਖਾ ਜਾਂਦੀ ਹੈ ਕੰਮ ਕਿਸੇ ਦੇ ਵੀ ਨਹੀਂ ਆਉਂਦੇ ਤਾੜੀ ਲਾ ਦੋ ਨੌਂਹਾਂ ਦੇ ਨੌਂਹ ਦੀ ਇੱਕ ਵਾਰ ਦੇਖੋ ਮੈਨੂੰ ਪਤਾ ਵੀ ਸਪਾਉਣਾ ਅੱਜ ਕੱਲ੍ਹ ਤਾਂ ਕੋਈ ਵੀ ਨਹੀਂ ਪਾਉਂਦਾ ਹਰੇਕ ਨੂੰ ਡਰ ਆ ਵੀ ਪਤਾ ਨਹੀਂ ਕਦੋਂ ਚੋਰੀ ਹੋ ਜਾਣਾ ਪਰ ਮੇਰੀ ਇੱਕ ਬੇਨਤੀ ਕਬੂਲ ਕਰਿਓ ਸੋਨਾ ਤੜਾ ਲਓ ਤੁਸੀਂ ਹੰਡਾ ਲਓ ਜਿਹੜਾ ਤੁਸੀਂ ਹੰਡਾ ਲਿਆ ਉਹੀ ਤੁਹਾਡਾ ਜਿਹੜਾ ਪਿਆਰ ਰਹਿ ਗਿਆ ਉਹ ਤੁਹਾਡਾ ਨਹੀਂ ਸੋਨਾ ਨਹੀਂ ਪਾਉਣ ਨੂੰ ਦਿਲ ਕਰਦਾ ਪਤਾ ਕੀ ਬਾਬੇ ਦੀ ਸਿੰਗੀ ਬਣਾ ਲਓ ਸੋਨਾ ਤੜਾ ਕੇ ਬਾਬੇ ਦੀ ਸਿੰਗੀ ਬਣਾ ਕੇ ਗਲ 'ਚ ਪਾ ਲਓ ਚੋਰੀ ਦਾ ਡਰ ਕੋਈ ਨਹੀਂ ਜੇ ਕਿਤੇ ਚੋਰ ਚੋਰੀ ਕਰ ਵੀ ਗਿਆ ਉਹ ਬਾਬੇ ਦੀ ਸਿੰਗੀ ਆ ਤੇ ਉਹਦਾ ਚਿਮਟਾ ਬਹੁਤ ਗਰਮ ਆ ਧੂਣੇ 'ਚ ਹੀ ਕੱਢਿਆ ਹੁੰਦਾ ਬਾਬੇ ਨੇ ਫੇਰਨਾ ਬਹੁਤ ਆ ਚੋਰ ਦੇ ਕਤਾੜੀ ਲਾ ਲਓ ਦੱਸ ਕੇ ਬਾਬੇ ਤਾਂ ਗੱਲ ਬਣਾਈ ਆ ਗਹਿਣੇ ਗੱਟਿਆਂ ਦਾ ਨਹੀਂ ਮੈਂ ਕੀ ਕਰਨਾ ਗਹਿਣੇ ਗੱਟਿਆਂ ਦਾ ਨਹੀਂ ਮੈਂ ਕੀ ਕਰਨਾ ਉਹ ਨਾਮ ਬਾਬਾ ਜੀ ਦੇ ਜਿੰਦੜੀ ਲਖਾ ਲਈ ਹੱਥ ਖੜੇ ਕਰਕੇ ਕਿਹੜੇ ਨੱਚਣਗੇ ਕਿਹੜੇ ਨੱਚਣਗੇ ਉਹੀ ਕਿਉਂ
ਕੀ ਨਾਮ ਹੈ ਪਿੰਡ ਦਾ ਧਨੀ ਨਹੀਂ ਤਾਂ ਹੀ ਨਹੀਂ ਪੈਸੇ ਛੱਡਣੋਂ ਹਟਦੇ ਧਨੀ ਹੋਣ ਸਾਰੇ ਤਾੜੀ ਲਾ ਦੇ ਇੱਕ ਵਾਰੀ ਪਹਿਲੀ ਲੈਨ ਮੇਰੀ ਦੂਜੀ ਥੋੜੀ ਤੁਸੀਂ ਦੱਸਣਾ ਤੂੰ ਅਗਲੀ ਲੈਨ ਕਿਹੜੀ ਹੈ ਸੁਣ ਬੇ ਮੋਰਾ ਬਹਾਵਿਆ ਮੈਂ ਕਹਿਨੀਆਂ ਇਹ ਤੋਂ ਅਗਲੀ ਲੈਨ ਜਿਹੜੀ ਹੈ ਮੈਂ ਕਰ ਮੇਰਾ ਦੀ ਛਾਵੇਂ ਛਾਵੇਂ ਇਹੀ ਹੈ ਆਪਾਂ ਬਦਲਦੀ ਕਰ ਮੇਰਾ ਦੀ ਛਾਵੇਂ ਛਾਵੇਂ ਬਹਿਣੀਆਂ ਛਾਵੇਂ ਬੈਠੋ ਕੰਮ ਨਾ ਕਰਿਓ ਤਾੜੀ ਲਾਓ ਇੱਕ ਵਾਰੀ ਬਾਬੇ ਉਹ ਸੁਣ ਬੇ ਮੋਰਾ ਬਹਾਵਿਆ ਮੈਂ ਕਹਿਨੀਆਂ ਆ ਕੇ ਦਰਸ਼ਨ ਦੇ ਜੀ ਧਨੀ ਪਿੰਡ ਦੇ ਐਤਵਾਰ ਨੂੰ ਰਸਬੱਦ ਹੁੰਦਾ ਕਿ ਨਹੀਂ ਸੋ ਕੀ ਕਹਿਣਾ ਸਾਰੇ ਨਾਲ ਬੋਲ ਕੇ ਬੱਲੇ ਬੱਲੇ ਤੇ ਰਤਨ ਹੁੰਦੇ ਲਾਡ ਲਿਆ
ਕਿਤੇ ਦਿੱਲੀ ਚਲਿਆ ਗਿਆ ਮੈਂ ਸ਼ੀਸ਼ਾ ਡਾਊਨ ਕਰਕੇ ਕਿਸੇ ਨੂੰ ਪੁੱਛਣਾ ਸੀ ਰਸਤਾ ਮੈਂ ਕਿਹਾ ਯਾਰ ਭਾਈ ਗੱਲ ਸੁਣੀ ਕਹਿੰਦਾ ਹਾਂ ਮੈਂ ਕਿਹਾ ਮੈਂ ਆਈਐਸਬੀਟੀ ਜਾਣਾ ਕਿੱਧਰ ਪੈਂਦਾ ਦਿੱਲੀ ਚ ਕਹਿੰਦਾ ਕਹਾਂ ਸੋ ਆਏ ਹੋ ਮੈਂ ਕਿਹਾ ਪੰਜਾਬ ਸੇ ਆਏ ਹਾਂ ਹੱਸਣ ਲੱਗੇ ਹਾਂ ਕੀ ਹੋਇਆ ਕਹਿੰਦਾ ਫਿਰ ਤੋਂ ਆਪ ਗਾਤੇ ਹੀ ਹੋ ਗਏ ਕਹਿੰਦਾ ਪੰਜਾਬ ਮੇ ਤੋਂ ਆਪ ਗਾਣੇ ਵਾਲੇ ਰਹਤੇ ਔਰ ਤੋਂ ਕੋਈ ਨਹੀਂ ਕੰਮ ਕਰਦਾ ਤਾੜੇ ਲਾਈਏ ਕੋਈ ਕਿਉਂਕਿ ਦੇਖੋ ਤੁਸੀਂ ਕਿੰਨਾ ਵਧੀਆ ਨਾਲ ਬੋਲਿਆ ਬੱਲੇ 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 ਮੈਨੂੰ ਪਤਾ ਪੰਜਾਬ ਗਾਉਣ ਲੱਗ ਗਿਆ ਸਾਰੇ ਚਾਹੇ ਸਾਡੀਆਂ ਭੈਣਾਂ ਹੋਣ ਸਾਡੀਆਂ ਮਾਵਾਂ ਤਾਂ ਪਹਿਲਾਂ ਹੀ ਗਾਉਂਦੀਆਂ ਆਈਆਂ ਜਿਹੜੀਆਂ ਪੁਰਾਣੀਆਂ ਜਦੋਂ ਆਪਾਂ ਨਿੱਕੇ ਹੁੰਦੇ ਸੀ ਉਹ ਬੀਬੀਆਂ ਜਿਹੜੀਆਂ ਕਹਿੰਦੇ ਸੀ ਪੱਪੂ ਤੇਰੀਆਂ ਲਾਡਲੀਆਂ ਹੁਣ ਕਿੱਧਰ ਗਈਆਂ ਵੇ ਕਿ ਨਹੀਂ ਉਹਨਾਂ ਦੇ ਨਾਂ ਦੀ ਵੀ ਸਾੜੀ ਲਾ ਦਿਓ ਇੱਕ ਵਾਰੀ ਕਿ ਪੰਜਾਬ ਹੁਣ ਗਾਉਣ ਵਾਲਿਆਂ ਲਈ ਮਸ਼ਹੂਰ ਆ ਕੀ ਕਹਿਣਾ ਬੱਲੇ ਬੱਲੇ ਸ਼ਾਬਾ ਸ਼ਾਬਾ ਬੱਲੇ ਬੱਲੇ ਓ ਸ਼ਾਬਾ ਸ਼ਾਬਾ ਬੱਲੇ ਬੱਲੇ ਸ਼ਾਬਾ ਸ਼ਾਬਾ ਓ ਬੱਲੇ ਬੱਲੇ ਵੀ ਗੁੜ ਨਾਲੋਂ ਰੋਟ ਮਿੱਠਾ ਤੁਸੀਂ ਮੈਨੂੰ ਦੇਖੀ ਜਾਓ ਮੈਂ ਵੀ ਤੁਹਾਡੇ ਵੱਲ ਦੇਖੀ ਜਾਂਦਾ ਵੀ ਤਾੜੀ ਮਾਰਦੇ ਕਿ ਨਹੀਂ ਤਾੜੀ ਨਾਲ ਹਾਜ਼ਰੀ ਲਵਾਓ ਕੋਈ ਗੱਲ ਨਹੀਂ ਕਈ ਵਾਰ ਨੱਚਣ ਨੂੰ ਜੀ ਨਹੀਂ ਕਰਦਾ ਬੰਦੇ ਦਾ ਮੂਡ ਆਫ ਹੁੰਦਾ ਕਿ ਨਹੀਂ ਪਰ ਤਾੜੀ ਜ਼ਰੂਰ ਲਾਓ ਬਾਬੇ ਨੇ ਸਾਰਿਆਂ ਦੇ ਮੂਡ ਆਨ ਕਰ ਦਿੰਦੇ ਆ ਕਿਉਂਕਿ ਤੁਸੀਂ ਤਾੜੀ ਨਹੀਂ ਲਾਉਂਦੇ ਤੁਸੀਂ ਮੈਨੂੰ ਐਂ ਲੱਗਦਾ ਸੀ ਕਿ ਨਹੀਂ ਬੀਬੀ ਜੀ ਇਹਦੇ ਬੈਠੇ ਸਾਰੇ ਤਾਂ ਬੀਬੀ ਦੇ ਬੱਲੇ ਬੱਲੇ ਵੀ ਤੇਰੀ ਆਈ ਦੁਨੀਆ ਮੇਲਾ ਦੋ ਦਿਨ ਦਾ ਇੱਥੇ ਹੱਸਣਾ ਤੇ ਨੱਚਣਾ ਬਹੁਤ ਜ਼ਰੂਰੀ ਏ ਦੁਨੀਆ ਮੇਲਾ ਦੋ ਦਿਨ ਦਾ ਇੱਥੇ ਹੱਸਣਾ ਤੇ ਨੱਚਣਾ ਬਹੁਤ ਜ਼ਰੂਰੀ ਏ ਜਦ ਡਗਾ ਢੋਲ ਤੇ ਲੱਗ ਜਾਂਦਾ ਫਿਰ ਕਹਿੰਦੇ ਨੱਚਣਾ ਬਹੁਤ ਜ਼ਰੂਰੀ ਏ ਨੱਚਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ ਪਤਾ ਨਹੀਂ ਕਿਹੜੇ ਮੋੜ ਤੇ ਕੀ ਹੋ ਜਾਣਾ ਵਾ
ਨੱਚ ਟੱਪ ਕੇ ਹਾਜ਼ਰੀਆਂ ਭਰੋ ਹੱਸ ਕੇ ਦਿਨ ਗੁਜ਼ਾਰੋ ਆਓ ਖੁੱਲ ਕੇ ਤਾੜੀ ਲਾਓ ਜੀ ਇੱਕ ਵਾਰੀ ਪੌਣਾ ਹਰੀ ਦੇ ਨਾਤੇ ਜੀ ਜਕਾਰਾ ਪੌਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਇਹੋ ਕਲਾਕਾਰ ਆ ਪੰਜਾਬ ਦਾ ਪਹਿਲਾ ਕਲਾਕਾਰ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਬਹੁਤ ਸੱਚੇ ਦਰਬਾਰ ਕੀ ਇੱਕ ਤਾੜੀ ਉਹਨਾਂ ਦੇ ਨਾਮ ਦੀ ਲਾ ਦਿਓ ਜਿਨ੍ਹਾਂ ਨੇ ਬਾਬੇ ਦੇ ਸਾਹਮਣੇ ਨੱਚ ਕੇ ਹਾਜ਼ਰੀਆਂ ਲਵਾਈਆਂ ਨੇ ਬਾਬਾ ਮਨੋ ਕਾਮਨਾ ਪੂਰੀਆਂ ਕਰੇ ਤੁਹਾਡੇ ਸਾਹਮਣੇ ਦੁਨੀਆ ਨੱਚਦੀ ਰਵੇ ਤੁਸੀਂ ਕਿਸੇ ਮੂਰੇ ਨੱਚੋ ਕਿ ਨਹੀਂ ਆਵਾਜ਼ ਨਹੀਂ ਆਉਂਦੀ ਓਕੇ ਤਾਂ ਸਾਰੇ ਨਗਰ ਦਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਵੀ ਤੁਸੀਂ ਪੌਣਾ ਹਾਰੀ ਬਾਬਾ ਜੀ ਦੇ ਚੇਤ ਦੇ ਮਹੀਨੇ ਦੇ ਵਿੱਚ ਪਿੰਡ ਚੌਂਕੀ ਕਰਾ ਰਹੇ ਹੋ ਔਰ ਮੈਨੂੰ ਲੱਗਦਾ ਕੱਲ੍ਹ ਤੁਸੀਂ ਜਾਣਾ ਬਾਬਾ ਜੀ ਦਾ ਕਿੰਨੇ ਵਜੇ ਰਵਾਨਗੀ 10 ਵਜੇ ਸਵੇਰੇ ਬਸ ਠੀਕ ਹੈ 10 ਵਜੇ ਕਿਹਨਾਂ ਕਿਹਨਾਂ ਨੇ ਜਾਣਾ ਬਾਬੇ ਦੇ ਹੱਥ ਖੜੇ ਕਰਕੇ ਦਿਖਾਓ ਕੀ ਬਾਤ ਹੈ ਬਈ ਤੁਸੀਂ ਬਹੁਤ ਕਰਮ ਵਾਲੇ ਹੋ ਬਾਬੇ ਦੇ ਮਹੀਨੇ 'ਚ ਚੇਤ ਦੇ 'ਚ ਜਾ ਕੇ ਬਾਬੇ ਦੇ ਦਰਸ਼ਨ ਕਰਕੇ ਲਹਿਰਾਂ ਵਹਿਰਾਂ ਲੱਗੀਆਂ ਪਈਆਂ ਨੇ ਜਮਾਂ ਟੈਨਸ਼ਨ ਫ੍ਰੀ ਹੋ ਕੇ ਮੱਥਾ ਟੇਕਦੇ ਆ ਕਿਉਂਕਿ ਪੌੜੀ ਵਾਲਾ ਰਸਤਾ ਖੁੱਲ ਗਿਆ ਹੁਣ ਉੱਥੇ ਭੀੜ ਵਾਲਾ ਚੱਕਰ ਨਹੀਂ ਹੈਗਾ ਨਹੀਂ ਤਾਂ ਬਾਰੀ ਨਹੀਂ ਆਉਂਦੀ 9-9 ਘੰਟੇ ਮੇਰੇ ਵਰਗੇ ਤਾਂ ਡਰਦੇ ਨਹੀਂ ਜਾਂਦੇ ਸੀਗੇ ਜਾਂ ਫਿਰ VIP ਟ੍ਰੀਟਮੈਂਟ ਭਾਲਦੇ ਸੀ ਜਿਹੜਾ ਮਗਰ ਦੀ ਜਾਣਾ ਹੁਣ ਚਾਹੇ ਮਗਰ ਦੀ ਚਲੇ ਜਾਓ ਚਾਹੇ ਮੂਹਰੇ ਦੀ ਟਾਈਮ ਉਨਾ ਹੀ ਲੱਗਦਾ ਕੋਈ ਚੱਕਰ ਨਹੀਂ ਹੈਗਾ ਜਕਾਰਾ ਪਾਉਣਾ ਹਰੀ ਬਾਬਾ ਜੀ ਦਾ ਸੱਚੇ ਦਰਬਾਰ ਕੀ ਬੋਲ ਸੱਚੇ ਦਰਬਾਰ ਕੀ ਹੱਥ ਖੜੇ ਕਰਕੇ ਤਾੜੀ ਮਾਰ ਕੇ ਕਿਆ ਬਾਤ ਹੈ ਬੜੇ ਜਾਗਦੇ ਰਿਹਾ ਕਰੋ ਤੁਹਾਡੇ ਕਰਕੇ ਤਾਂ ਸਾਨੂੰ ਐਨਰਜੀ ਮਿਲਦੀ ਹੈ ਮੈਂ ਵੀ ਪਿੰਡ 'ਚ ਹੀ ਰਹਿਣਾ ਜੇ ਪਿੰਡਾਂ ਨੇ ਤਾੜੀ ਲਾ ਲੈਣ ਤਾਂ ਤੁਹਾਨੂੰ ਪਤਾ ਵੀ ਇੰਨਾ ਕੁ ਅਸਰ ਰਹਿੰਦਾ ਜਿਵੇਂ ਬੇਬੇ ਨੂੰ ਚਮਨ ਬਾਸ ਦਾ ਚਮਚਾ ਖਿਲਾਦਾ ਹੁੰਦਾ ਸ਼ਹਿਰਾਂ ਦੇ ਵਿੱਚ ਇੰਨਾ ਕੁ ਰਹਿੰਦਾ ਜਿੰਨਾ ਕੁ ਰੈੱਡ ਫੂਲ ਹੁੰਦਾ ਕਿਉਂਕਿ ਆਪਣੇ ਆਪਣੇ ਹਿਸਾਬ ਨਾਲ ਟ੍ਰੀਟਮੈਂਟ ਚੱਲਦਾ ਦੱਬ ਕੇ ਤਾੜੀ ਲਾਓ ਮਾੜੀ ਜੀ ਇਹ ਬਾਬਾ ਰਾਮਦੇਵ ਆ ਗਿਆ ਤੁਸੀਂ ਮੈਂ ਡਿਗਰੀ ਸੀ ਫਿਰਨਾ ਵੀ ਦੁੱਖ ਤੋੜਨਾ ਹੈ ਦੁੱਖ ਤਾਂ ਇਹ ਵੀ ਤੋੜ ਦਿੰਦਾ ਬਸ ਤੜਾਉਣ ਵਾਲਾ ਚਾਹੀਦਾ ਤੈਨੂੰ ਮੰਗਣਾ ਨਾ ਆਵੇ ਪੌਣਾ ਹਰ ਇੱਕ ਹੀ ਕਰੇ ਕਿ ਨਹੀਂ ਫਿਰ ਕਈ ਬੰਦੇ ਜਾ ਕੇ ਕਹਿ ਜਾਂਦੇ ਨੇ ਬਾਬਾ ਜੀ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਹੁਣ ਜਦੋਂ ਜਾਂਦੇ ਆ ਬਾਬੇ ਦੇ ਦਰ ਤੇ ਮੰਗਣ ਦਾ ਵੀ ਤਰੀਕਾ ਹੋਣਾ ਚਾਹੀਦਾ ਕਿ ਨਹੀਂ ਬਾਬੇ ਦੇ ਦਰਬਾਰ ਤੇ ਜਾ ਕੇ ਸਿਰਫ ਦਰਸ਼ਨ ਕਿਹੜੇ ਕਿਹੜੇ ਮੰਗਦੇ ਉਹੀ ਹੱਥ ਖੜੇ ਹੋ ਬਾਕੀ ਨਾ ਕਰੇ ਪਹਿਲਾ ਪਿੰਡਾ ਜਿਹੜਾ ਇਕੱਲੇ ਦਰਸ਼ਨ ਹੀ ਮੰਗਦਾ ਬਾਕੀ ਚੀਜ਼ਾਂ ਨਹੀਂ ਲੈਂਦੇ ਤੁਸੀਂ ਉੱਥੋਂ ਸੱਚੀ ਗੱਲ ਹੱਥ ਖੜੇ ਕਰੋ ਇਹਦੇ ਬਾਬੇ ਵੱਲੋਂ ਕਰਕੇ ਵੀ ਤੁਸੀਂ ਸਿਰਫ ਇਹੀ ਕਹਿੰਦੇ ਹੋ ਵੀ ਬਾਬਾ ਜੀ ਸਾਨੂੰ ਦਰਸ਼ਨ ਦਿਓ ਹੋਰ ਕੁਛ ਨਹੀਂ ਚਾਹੀਦਾ ਉਹੀ ਹੱਥ ਖੜੇ ਕਰਿਓ ਝੂਠ ਨਹੀਂ ਬੋਲੀ ਅਰੇ ਮੇਰੇ ਤਾਂ ਥੱਲੇ ਆ ਮੈਂ ਤਾਂ ਗੱਡੀਆਂ ਮੰਗੀ ਜਾਂਦਾ ਪਰ ਹੁਣ ਮੈਂ ਤੁਹਾਨੂੰ ਦੱਸਦਾ ਚੇਤ ਮਹੀਨਾ ਚੱਲਦਾ ਅੱਜ ਆਪਾਂ ਪ੍ਰਣ ਕਰ ਲਓ ਇਹ ਗੱਡੀਆਂ ਕੋਠੀਆਂ ਕਾਰਾਂ ਜਿੰਨਾ ਕੁਛ ਜਦੋਂ 50 ਸਾਲ ਟੱਪ ਜਾਂਦਾ ਨਾ ਬੰਦਾ ਸੋਚਦਾ ਵੀ ਮੈਂ ਕਰਿਆ ਕੁਛ ਕਿ ਨਹੀਂ ਫਿਰ ਬਾਬੇ ਨੂੰ ਕਹਿੰਦਾ ਸਾਨੂੰ ਚਰਨੀ ਰੱਖ ਲਾ ਫਿਰ ਬਾਬਾ ਵੀ ਤੁਹਾਨੂੰ ਪਤਾ ਵੀ ਕੱਚੇ ਘੜੇ ਵਾਂਗੂ ਟਣਕਾਉਂਦਾ ਵੀ ਸਾਰੀ ਉਮਰ ਤੋਂ ਮੇਰਾ ਨਾਂ ਨਹੀਂ ਜਪਿਆ ਹੁਣ 50 ਸਾਲ ਦੇ ਕਹਿੰਦਾ ਚਰਨੀ ਰੱਖ ਲਾ ਆਪਾਂ ਪਤਾ ਕੀ ਕਰਦੇ ਹਾਂ ਸਾਨੂੰ ਆਪਦੇ ਨਾਲ ਸੰਤੁਸ਼ਟੀ ਨਹੀਂ ਗਵਾਂਢੀਆਂ ਤੋਂ ਬਾਅਦ ਪਰੇਸ਼ਾਨੀ ਵੱਧ ਹੈ ਮੇਰਾ ਭਜਨਾ ਐਸੀ ਜਿਹੜੇ ਖਿੱਚਦੇ ਨੇ ਲੱਤਾਂ ਉਹ ਨਹੀਂ ਜਾਣਦੇ ਬਾਂਹ ਤਾਂ ਬਾਬਾ ਜੀ ਨੇ ਫੜੀ ਹੋਈ ਆ ਕਿ ਨਹੀਂ ਲੱਤਾਂ ਤੁਹਾਡੀਆਂ ਕੋਈ ਵੀ ਖਿੱਚੀ ਜਾਵੇ ਜਿੰਨੀ ਦੇਰ ਬਾਂਹ ਬਾਬੇ ਨੇ ਫੜੀ ਹੋਈ ਆ ਓਨੀ ਦੇਰ ਤੁਹਾਨੂੰ ਜ਼ਿੰਦਗੀ 'ਚ ਕੋਈ ਪਿੱਛੇ ਨਹੀਂ ਕਰ ਸਕਦਾ ਔਰ ਤੁਸੀਂ ਉੱਪਰੇ ਰਹੋਗੇ ਦੁਨੀਆਂ ਦੇ ਔਰ ਬਾਬਾ ਕਿਰਪਾ ਕਰੇ ਸਾਰਿਆਂ ਦੀ ਬਾਬੇ ਦੇ ਭਗਤਾਂ ਦੀ ਇਦਾਂ ਹੀ ਚੜ੍ਹਾਈ ਰਵੇ ਹੱਥ ਖੜੇ ਕਰਕੇ ਤਾੜੀ ਲਾਓ ਬਾਬੇ ਨੂੰ ਬਾਬੇ ਦੇ ਦਰ ਤੇ ਜਾਣਾ ਕਿਵੇਂ ਚਾਹੀਦਾ ਹੱਥ ਖੜੇ ਕਰਕੇ ਉਹੀ ਦੱਸੋ ਜਿਹਨਾਂ ਨੂੰ ਪਤਾ ਕਿਵੇਂ ਜਾਣਾ ਚਾਹੀਦਾ ਤਰਲੋਚਨ ਨੂੰ ਤਾਂ ਪਤਾ ਇਹਦਾ ਪਰਸੋਂ ਹੀ ਜਾ ਕੇ ਅਸੀਂ ਇਕੱਠੇ ਸੀ ਉੱਥੇ ਬਥੇਰਾ ਭੰਗੜਾ ਪਾਇਆ ਤਲਾਈਆਂ ਵਾਲੇ ਮੋੜ ਤੇ ਕਿ ਨਹੀਂ ਜਿਹਨਾਂ ਨੂੰ ਪਤਾ ਵੀ ਬਾਬੇ ਦੇ ਦਰ ਤੇ ਕਿਵੇਂ ਜਾਣਾ ਚਾਹੀਦਾ ਉਹ ਹੱਥ ਖੜੇ ਕਰੋ ਕਿਵੇਂ ਜਾਣਾ ਤੁਰ ਕੇ ਸ਼ਰਧਾ ਨਾ ਸ਼ਰਧਾ ਨਾ ਇਹਦਾ ਹੀ ਕੋਈ ਕਹਿੰਦਾ ਸ਼ਰਧਾ ਨਾ ਜਾਣਾ ਕੋਈ ਕਹਿੰਦਾ ਤੁਰ ਕੇ ਜਾਣਾ ਤੇ ਮੇਰੇ ਵਰਗੇ ਕਹਿੰਦੇ ਗਰਮੀ ਨਹੀਂ ਚੱਲਣੀ AC ਲਾ ਕੇ ਜਾਣਾ ਕਿ ਨਹੀਂ AC ਤੋਂ ਬਾਅਦ ਫਿਰ ਪ੍ਰੋਬਲਮ ਆ ਜਾਂਦੀ ਜਦੋਂ ਗਰਮੀ 'ਚ ਨਿਕਲਦੇ ਹਾਂ ਸੋ ਬਾਬਾ ਜੀ ਦੇ ਦਰ ਤੇ ਜਾਓ ਬਾਬਾ ਜੀ ਦੇ ਦਰ ਤੇ ਕਿਵੇਂ ਜਾਣਾ ਚਾਹੀਦਾ ਜਿਹੜਾ ਸਾਡਾ ਤਰੀਕਾ ਹੋਰ ਹੈ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਕੋਈ ਤੁਰ ਕੇ ਜਾ ਰਿਹਾ ਕੋਈ ਡਿਨੋਦ ਵੀ ਕਰ ਰਿਹਾ ਗੱਲ ਤਾਂ ਸ਼ਰਧਾ ਦੀ ਹੈ ਕਹਿੰਦਾ ਜੇ ਬਾਬੇ ਦਰ ਜਾਣਾ ਹੋਵੇ ਨੰਨਾ ਨਾ ਕਦੇ ਪਾਈਏ ਪਹਿਲੀ ਗੱਲ ਜਦੋਂ ਜਾਣਾ ਹੋਵੇ ਫਿਰ ਨੰਨਾ ਨਹੀਂ ਪਾਉਣਾ ਨਾ ਨੁੱਕਰ ਨਹੀਂ ਕਰਨੀ ਜੇ ਜਾਣਾ ਮਤਲਬ ਜਾਣਾ ਕਹਿੰਦਾ ਜੇ ਬਾਬੇ ਦਰ ਜਾਣਾ ਹੋਵੇ ਨੰਨਾ ਨਾ ਕਦੇ ਪਾਈਏ ਆਪਣੇ ਸਿਰ ਤੋਂ ਪਹਿਲਾਂ ਆਪਣੇ ਸਿਰ ਦੇ ਉੱਤੋਂ ਪੰਡ ਝੂਠ ਦੀ ਲਾਈ ਜਿੰਨਾ ਮਰਜ਼ੀ ਝੂਠ ਬੋਲਿਆ ਕਰੋ ਬਾਕੀ ਦਿਨ ਕੋਈ ਗੱਲ ਨਹੀਂ ਕੋਈ ਚੱਲਦਾ ਅਸੀਂ ਵੀ ਬੋਲਦੇ ਰਹਿੰਦੇ ਹਾਂ ਜਦੋਂ ਬਾਬੇ ਦੇ ਜਾਣਾ ਉਦੋਂ ਝੂਠ ਨਹੀਂ ਬੋਲੀ ਕਹਿੰਦਾ ਜੇ ਬਾਬੇ ਦਰ ਜਾਣਾ ਹੋਵੇ ਨੰਨਾ ਨਾ ਕਦੇ ਪਾਈਏ ਪਹਿਲਾਂ ਆਪਣੇ ਸਿਰ ਦੇ ਉੱਤੋਂ ਪੰਡ ਝੂਠ ਦੀ ਲਾਈਏ ਫਿਰ ਆਪਣੀ ਆਪਣੀ ਪਹੁੰਚ ਮੁਤਾਬਕ ਤਿਲ ਫੁੱਲ ਭੇਟ ਚੜਾਈਏ ਜਿੰਨਾ ਕਿ ਤੋਂ ਸਰਦਾ ਓਨਾ ਕੁ ਮੱਥਾ ਟੇਕੋ ਕਿਸੇ ਨੂੰ ਦੇਖ ਕੇ ਆਪਾਂ ਕੀ ਲੈਣਾ ਕਿ ਨਹੀਂ ਸਾਡਾ ਬਾਬਾ ਮੰਗਦਾ ਥੋੜ੍ਹੀ ਉਹਦੀ ਤਾਂ ਬਾਂਹ 'ਚ ਇੱਕ ਝੋਲੀ ਆ ਉਹਨੇ ਲੱਖਾਂ ਝੋਲੀਆਂ ਭਰਤੀਆਂ ਇੱਕ ਝੋਲੀ ਵਾਲੇ ਨੇ ਤਾੜੀ ਲਾ ਦਿਓ ਇੱਕ ਵਾਰੀ ਬਸ ਕਹਿੰਦਾ ਆਪਣੀ ਆਪਣੀ ਪਹੁੰਚ ਮੁਤਾਬਕ ਤਿਲ ਫੁੱਲ ਭੇਟ ਚੜਾਈ ਹੋਏ ਜੇ ਬਾਬੇ ਦਰ ਜਾਣਾ ਹੋਵੇ ਤਾਂ ਫਿਰ ਮੰਗ ਤੇ ਬਣ ਕੇ ਜਾਈਏ ਕਿਹੜੇ ਕਿਹੜੇ ਉਹਦੇ ਦਰ ਦੇ ਮੰਗ ਤੇ ਹੱਥ ਖੜੇ ਕਰਕੇ ਅਸੀਂ ਤਾਂ ਉਹਦੇ ਦਰ ਦੇ ਮੰਗਦੇ ਹਾਂ ਅਸੀਂ ਤਾਂ ਰੋਜ਼ ਹੀ ਮੰਗਦੇ ਹਾਂ ਕਿ ਨਹੀਂ
ਸਾਡੀ ਤਾਂ ਮੰਗ ਇੱਥੇ ਤੱਕ ਆ ਪਹਿਲਾਂ ਅਸੀਂ ਆਪਦੇ ਲਈ ਮੰਗੀ ਜਾਂਦੇ ਆ ਵੀ ਬਾਬਾ ਸਾਨੂੰ ਕੋਠੀ ਦੇ ਦੇ ਸਾਨੂੰ ਘਰ ਦੇ ਦੇ ਫਿਰ ਸਾਨੂੰ ਪੋਤਾ ਦੇ ਦੇ ਜਦੋਂ ਸਾਰਾ ਕੁਝ ਦੇ ਦਿੰਦਾ ਫਿਰ ਸਾਡੇ ਦਿਮਾਗ 'ਚ ਰਹਿੰਦਾ ਉਹ ਹੋ ਕੁੜੀ ਤਾਂ ਆਪਣੀ ਰਹੀ ਗਈ ਉਹਦੇ ਲਈ ਪੁੱਤ ਮੰਗਿਆ ਹੀ ਨਹੀਂ ਫਿਰ ਅਸੀਂ ਉੱਧਰ ਨੂੰ ਸ਼ੁਰੂ ਹੋ ਜਾਂਦੇ ਹਾਂ ਪਰਲੇ ਪਾਸੇ ਨੂੰ ਕਿਉਂਕਿ ਸਾਨੂੰ ਇਹ ਆ ਵੀ ਸਾਡਾ ਕੰਮ ਮੰਗਣਾ ਹੀ ਆ ਅਸੀਂ ਤਾਂ ਮੰਗਦੇ ਹਾਂ ਮੰਗਦੇ ਰਵਾਂਗੇ ਪਰ ਇੱਕ ਗੱਲ ਤੁਹਾਨੂੰ ਦੱਸਦਾ ਸੱਚੀ ਗੱਲ ਆ ਜਦੋਂ ਬਾਬੇ ਦੇ ਦਰ ਤੇ ਜਾਂਦੇ ਪਤਾ ਬਾਬੇ ਤੋਂ ਅਮੀਰ ਹੀ ਮੰਗਿਆ ਕਰੋ ਉਹ ਦੁਨੀਆ ਦਾ ਰਾਜਾ ਉਹਨੂੰ ਪਰਵਾਹ ਥੋੜੀ ਕਿਸੇ ਦੀ ਉਹ ਤੋਂ ਅਮੀਰ ਹੀ ਮੰਗਿਆ ਕਰੋ ਗਰੀਬ ਬੰਦੇ ਨੂੰ ਬਹੁਤ ਪਰੇਸ਼ਾਨੀਆਂ ਨੇ ਗਰੀਬ ਬੰਦੇ ਨੂੰ ਸੱਚੀਆਂ ਪਰੇਸ਼ਾਨੀਆਂ ਨੇ ਉਹਨੂੰ ਟੈਨਸ਼ਨ ਇੰਨੀ ਵੀ ਜੇ ਘਰ 'ਚ ਕੋਈ ਨਿਆਣਾ ਬਿਮਾਰ ਹੋ ਗਿਆ ਵਧੀਆ ਹਸਪਤਾਲ ਨਹੀਂ ਲਿਜਾ ਸਕਦੇ ਕਿ ਨਹੀਂ ਉਹਨੂੰ ਇਹ ਵੀ ਰਹਿੰਦਾ ਜੇ ਕੋਈ ਗਵਾਂਢੀ ਜਾਂ ਕੋਈ ਤਕੜਾ ਬੰਦਾ ਲੜ ਪਿਆ ਅਸੀਂ ਉਹਦੇ ਨਾਲ ਲੜ ਨਹੀਂ ਸਕਦੇ ਕੋਈ ਸਾਡੀ ਜੇਬ 'ਚ ਪੈਸੇ ਹੈ ਨਹੀਂ ਮੈਂ ਤਾਂ ਬਾਬੇ ਨੂੰ ਇਹੀ ਕਹਿੰਦਾ ਬਾਬਾ ਅਮੀਰ ਹੀ ਦੇਈਆ ਤੂੰ ਤਾਂ ਰਾਜਾ ਦੁਨੀਆ ਦਾ ਸਾਨੂੰ ਤਾਂ ਅਮੀਰੀ ਚਾਹੀਦੀ ਆ ਜਿਨ੍ਹਾਂ ਨੂੰ ਉਦੋਂ ਅਮੀਰੀ ਚਾਹੀਦੀ ਉਹ ਹੱਥ ਖੜੇ ਕਰਕੇ ਦੱਸ ਦੇ ਅਸੀਂ ਤਾਂ ਅਮੀਰੀ ਲੈਣੀ ਆ ਬਾਬਾ ਇਹ ਗਰੀਬੀ ਵੀ ਇੱਕ ਜੂਨ ਮਾੜੀ ਆ ਸੱਚੀ ਗੱਲ ਆ ਮੈਂ ਗਰੀਬਾਂ ਦੇ ਘਰਾਂ ਵਿੱਚ ਦੀ ਹੋ ਕੇ ਵੀ ਨਿਕਲਿਆ ਆਪ ਵੀ ਗਰੀਬੀ ਬਹੁਤ ਝੱਲੀ ਆ ਔਰ ਬਹੁਤ ਔਖੇ ਇੱਥੇ ਤੱਕ ਆਏ ਆ ਇੱਕ ਬੰਦਾ ਮੇਰੇ ਅੱਜ ਵੀ ਯਾਦ ਆ ਉਹ ਪੌਣਾ ਹਰੀ ਬਾਬਾ ਜੀ ਨੂੰ ਨਹੀਂ ਮੰਨਦਾ ਸੀ ਜਦੋਂ ਅਸੀਂ ਬਾਬਾ ਜੀ ਨੂੰ ਮੰਨਦੇ ਸੀ ਮੈਂ ਸਾਈਕਲ ਮੰਗਿਆ ਸੀ ਉਹਦੇ ਕੋਲੋਂ ਮੇਰੇ ਹੁਣ ਵੀ ਯਾਦ ਆ ਉਹਦੇ ਲੜ ਲਾ ਕੇ ਇੰਨੇ ਕੁ ਬਾਬੇ ਜੀ ਦੀ ਕਿਰਪਾ ਦੇ ਨਾਲ ਨਿਮਰਤਾ ਆਈ ਹੋਈ ਆ ਉਹਦੇ ਕੋਲੋਂ ਸਿਰਫ ਇਹੀ ਮੰਗੀਦਾ ਬਾਬਾ ਜੀ ਸਬਰ ਦੇ ਦਿਓ ਕਿਉਂਕਿ ਪਤਾ ਗੱਲ ਕੀ ਇਹ ਸਬਰ ਬਹੁਤ ਜ਼ਰੂਰੀ ਹੈ ਤੁਸੀਂ ਕਰੋੜਪਤੀ ਬੰਦੇ ਲਾ ਲਓ ਉਹ ਵੀ ਗਾਹਾਂ ਬਦਮ ਫਿਰਦੇ ਨੇ ਅਰਬਪਤੀ ਬਣ ਨੂੰ ਫਿਰਦੇ ਆ ਅਰਬਪਤੀ ਜਰਬਪਤੀ ਬਣ ਨੂੰ ਫਿਰਦੇ ਜਰਬਪਤੀ ਗਾਹਾਂ ਉਦੋਂ ਨੀਲ ਚੱਲ ਪੈਂਦਾ ਗਿਣਤੀ ਮੁੱਕ ਜਾਂਦੀ ਹੈ ਕਿਉਂਕਿ ਬੰਦਾ ਮੰਗੀ ਜਾਂਦਾ ਮੰਗੀ ਜਾਂਦਾ ਮੈਂ ਤਾਂ ਬਾਬੇ ਨੂੰ ਕਹਿੰਦਾ ਬਾਬਾ ਸਾਨੂੰ ਸਬਰ ਨਹੀਂ ਪਰ ਅਮੀਰ ਜ਼ਰੂਰ ਕਰ ਦੇ ਇਹ ਨਾ ਹੋਵੇ ਅਸੀਂ ਗਰੀਬੀ 'ਚ ਇਹੀ ਭੁੱਲੀ ਜਾਈਏ ਵੀ ਆਹ ਚੀਜ਼ ਲੈਣੀ ਸੀ ਲਈ ਨਹੀਂ ਹੋਈ ਕਈ ਵਾਰ ਅਸੀਂ ਬਾਬੇ ਦੇ ਦਰ ਤੇ ਜਾਣ ਲਈ ਕੋਈ ਵਧੀਆ ਚੀਜ਼ ਲੈਣੀ ਹੁੰਦੀ ਹੈ ਕਿ ਨਹੀਂ ਉਹ ਲੈਣ ਦੀ ਸਾਡੇ 'ਚ ਹਿੰਮਤ ਨਹੀਂ ਹੁੰਦੀ ਬਾਬੇ ਕੋਲੋਂ ਅਮੀਰ ਹੀ ਮੰਗਦੇ ਹਾਂ ਬਾਬੇ ਨੂੰ ਇਹ ਕਿਹਾ ਕਰੋ ਬਾਬਾ ਜੀ ਅਸੀਂ ਪੱਲੇ ਭਰ ਕੇ ਨਹੀਂ ਲੈਣਾ ਕੀ ਲੈਣਾ ਓਏ ਅਸੀਂ ਤਾਂ ਗੱਠਣੀਆਂ ਭਰ ਕੇ ਲੈਣੀਆਂ ਨੇ ਪੱਲੇ ਦੀ ਜੇ ਪੱਲਾ ਫੇਰ ਖਾਲੀ ਹੋ ਜਾਣਾ ਅਸੀਂ ਅਗਲੇ ਹਫ਼ਤੇ ਫੇਰ ਆ ਜਾਣਾ ਕਿ ਨਹੀਂ ਇਸ ਕਰਕੇ ਗੱਠਣੀਆਂ ਭਰ ਕੇ ਦਈ ਬਾਬਾ ਜਿੰਨਾ ਤੂੰ ਦਵੇਂ ਸਾਡੀਆਂ 7 ਪੀੜੀਆਂ ਬਹਿ ਕੇ ਖਾਣ ਤਾੜੀ ਲਾਇਓ ਬਾਬੇ ਦੇ ਨਾਮ ਦੀ ਹੋ ਤੇਰੇ ਵਿੱਚ ਤੂੰ ਨਹੀਂ ਮੈਂ ਬੋਲਦੀ ਉਹ ਫਿਰਦੀ ਏ ਲਾਲ ਚਾਂ ਦੀ ਪੰਡ ਟੋਲਦੀ ਹਾਂ ਲੜ ਲੱਗ ਕੇ ਜੋਗੀ ਤੇ ਲੜ ਲੱਗ ਕੇ ਜੋਗੀ ਤੇ ਲੋਕੀ ਤਰ ਕੇ ਬੜੇ ਤਾੜੀ ਨਾਲ ਤੈਨੂੰ ਮੰਗਣਾ ਨਹੀਂ ਆਉਂਦਾ ਕੌਣ ਹਰ ਕੀ ਕਰੇ ਕਹਿੰਦਾ ਬੀਜ ਕਿੱਕਰਾਂ ਦੇ ਬੀਜ ਕੇ ਕਹਿੰਦਾ ਠੰਡੀ ਛਾਂ ਚਾਹੀਦੀ ਹੈ ਜੇ ਕਿੱਕਰਾਂ ਬੀਜੀਆਂ ਨੇ ਕੰਡੇ ਵੱਢਣੇ ਵੀ ਕੰਡੇ ਵਿੱਚ ਕਿਸੇ ਦਾ ਚੰਗਾ ਕਰੋਗੇ ਤਾਂ ਤੁਹਾਡਾ ਚੰਗਾ ਹੋਜੂ ਕਿਸੇ ਦਾ ਮਾੜਾ ਕਰਾਂਗੇ ਤਾਂ ਤੁਹਾਡਾ ਮਾੜਾ ਹੋਜੂ ਕਿ ਨਹੀਂ ਕਈ ਕਹਿੰਦੇ ਵੀ ਸਾਨੂੰ ਬਾਬਾ ਦਦਾਰ ਨਹੀਂ ਦਿੰਦਾ ਸਾਡੀ ਗੱਲ ਨਹੀਂ ਸੁਣਦਾ ਉਹ ਇਹ ਯਾਦ ਰੱਖਿਆ ਕਰੋ ਵੀ ਤੁਹਾਡੇ ਨਾਲੋਂ ਪਹਿਲਾਂ ਵੀ ਉਹਦੇ ਦਰ ਤੇ ਲੈਣ ਲੱਗੀ ਹੋਈ ਆ ਵਾਰੀ ਸੁਧੇ ਵਾਰੀ ਆਊਗੀ ਕਿ ਨਹੀਂ ਕਹਿੰਦਾ ਉੱਥੇ ਭਗਤ ਪਹਿਲਾਂ ਵੀ ਬਹੁਤ ਆ ਮੰਗਣਾ ਨਹੀਂ ਆਉਂਦਾ ਕੌਣ ਹਾਲ ਕੀ ਕਰੇ
حق دیندا پورے کسے دا حق نہیں رکھدا مندے ہو ہتھ کھڑے کر جے تسی 10 روپے دا مٹھا ڈیک دیو تھوڑی شرط دا تسی 10 دا ٹیکو گے میں 100 دینا تسی 100 دا ٹیکو گے اونے 1000 موڑنا تسی 1000 دا ٹیکتا اونے لاکھ موڑنا تسی لاکھ دا موڑتا جے لاکھ دا ٹیکتا او تسی ٹیکنا نہیں پتہ کیوں لاکھ دا کون ٹیکدا دل نہیں کردا کہ لاکھ روپے دا بیمہ کرا لاں گے نیانے دا 5 لاکھ ہو جانا اسی 1000 تو بعد تھک جانے ہیں لاکھ دی بار نہیں 1000 تو بعد بھائی کی مانگدے ہیں بابا نویں سال والی لاٹری کڑا دے نہیں تا دیوالی والی کڑا دے جد مینوں 1.5 کروڑ نکلوں گا میں پھر نہ 10000 دا مفٹ نکل تے بابے نوں چکراں وچ پاون نوں پھر دیا او بابے نے ساری دنیا چکراں وچ پائی گیا جدن دا تلائیاں تو گیا تیرے 12 سالاں دے پت نوں بابا بابا کہندی دنیا او 12 سال دی عمر دا فارس انہاں دا پوتا جدوں پنڈ رہندا سی اودوں اوتھے تومتاں لائی گئے نے ہن سارا پنڈ تلائیاں وی بابے نوں لبدا پھردا او تلائیاں والے اپ چکراں وچ پئے ہوئے نے بھی بابا ساڈے پنڈ دا سی دنیا کتھوں آ گئی ایک داڑھی لایو تلائیاں دے نام دی حق کسے دا نہ رکھے او پلے سب دے پرے تینوں منگنا نہیں آوندا سارے ویرا نے بابا جی دے سیوا دار نے رل مل کے بابے دی چونکی کرائی ہے میں چاہنا چونکی دے وچ نچ نچ کے بابا جی دے در دیاں بابا جی دے گھر دیاں خوشیاں پراپت کریے سو جڑے بابا جی نوں پیار کردے آ کہنا نہ پوے تسی اٹھ کے آپے ہی نچنا پتا لگنا چاہیے بابا جی نوں وی مینوں پیار کردے آ انہاں نوں دھکے نہ ٹھالن دی لوڑ نہیں کہ نہیں انہاں نے آپے ہی نچ کے بھنگڑے پا دینے پہلی لائن میری دوجی تھوڑی کی ہائے مور سواری آوندا بابا مور سواری آوندا بابا بین لگے ہے بول دو میرے ورگے سارے مور سواری آوندا بابا مور سواری آوندا بابا اوئے مور سواری پنڈ دے نیڑے ریل لنگ دی ہے کیوں بھائی منٹ کے بعد بیسل جی میں پتا نہیں ہوتا کدھر مگر دی لنگ دی ہوندی ہے ہولی ہولی رات دا ٹائم آنا وہ کی کہنا نچنا کہ انہوں نے پہلے ہاتھ کھڑے کر پھر بہنا نہیں پھر نچ کے ہاجے لوایا نے ٹائم تھوڑا جہا رہ گیا سا کہ نہیں جہے صاحب نے 12-1 بجے کہتے سی 11:30 تو ہو بھی گئے رہ کے گیا 5-7 بھٹا سی لمیاں کر کے لائیا ٹائم ہو گیا ہو جانے کہ نہیں اٹھو پھر ایک باری تھی اٹھو پہلے مور سواری آتا بابا مور سواری ٹنگ 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 ٹنگ
ਉਦੋਂ ਵੀ ਸਾਡਾ ਸਾਰਾ ਜ਼ੋਰ ਲੱਗ ਗਿਆ ਉਹ ਤੁਹਾਨੂੰ ਠਾਲ ਦੇਦਾ ਵੀ ਮੇਰਾ ਸਾਰਾ ਜ਼ੋਰ ਲੱਗ ਗਿਆ ਬਾਬੇ ਦੀ ਇੰਨੀ ਸੋਹਣੀ ਭੇਡ ਚੱਲਦੀ ਹੋਵੇ ਤੁਸੀਂ ਤਾਂ ਵੀ ਬੈਠ ਕੇ ਹੱਸੀ ਜਾਓ ਨੱਚੋ ਨਾ ਇੱਕ ਵਾਰੀ ਜੇ ਤੁਸੀਂ ਬਾਬੇ ਨੂੰ ਸੱਚੀ ਪਿਆਰ ਕਰਦੇ ਹੋ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਪਿਆਰ ਕਰਦੇ ਹੋ ਖੜੇ ਹੋਵੋ ਫਿਰ ਬਹਿਣ ਦਾ ਕੰਮ ਹੀ ਬਾਬੇ ਦੇ ਦਵਾਰ ਤੇ ਬਾਬੇ ਦੇ ਚੇਤ ਦੇ ਮਹੀਨੇ 'ਚ ਬਹਿਣ ਦਾ ਕੀ ਕੰਮ ਹੈ ਕਿ ਨਹੀਂ ਕੱਲ੍ਹ ਨੂੰ ਤੁਸੀਂ ਬੈਠੇ ਜਾਣਾ ਬਸ ਜਾਂ ਖੜੇ ਜਾਣਾ ਇਹਨਾਂ ਨੇ ਸੀਟਾਂ ਦੇ ਉੱਤੇ ਹੋਰ ਚੀਜ਼ਾਂ ਰੱਖੀਆਂ ਨੇ ਵੀ ਇੱਦਾਂ ਹੀ ਜਾਣਾ ਸਾਰਿਆਂ ਨੇ ਕਿ ਨਹੀਂ ਸਾਰੀਆਂ ਭੈਣਾਂ ਮੇਰੀਆਂ ਉੱਠ ਕੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਉਹ ਨਾ ਉੱਠਿਓ ਅਸੀਂ ਕਿਹੜਾ ਦਵਾਈ ਦਿੰਦੇ ਹਾਂ ਬਾਬਾ ਠੀਕ ਕਰ ਦੂਗਾ ਗਾਹਾਂ ਵਾਲੇ ਸਾਲ ਨੱਚ ਲਿਓ ਕਿ ਨਹੀਂ ਨੱਚ ਨੱਚ ਕੇ ਖੁਸ਼ੀਆਂ ਮਨਾਓ ਬਾਬੇ ਦੇ ਚੇਤ ਦੇ ਮਹੀਨੇ ਦੀਆਂ ਤੁਸੀਂ ਕੱਲ੍ਹ ਨੂੰ ਜਾਣਾ ਉੱਥੇ ਦੇਖਿਓ ਕਿੱਦਾਂ ਧਮਾਲਾਂ ਪੈਂਦੀਆਂ ਸੰਗ ਨੱਚਦੇ ਆਉਂਦੇ ਆ ਕੱਲ੍ਹ ਨੂੰ ਨੱਚ ਕੇ ਜਾਓਗੇ ਹੱਥ ਖੜੇ ਕਰਕੇ ਦਿਖਾਓ ਕੱਲ੍ਹ ਨੂੰ ਸ਼ਾਹ ਚਲਾਈਆਂ ਤੋਂ ਨੱਚਦੇ ਹੀ ਜਾਇਓ ਫਿਰ ਦਰਸ਼ਨ ਜਾ ਕੇ ਬਾਬਾ ਧੂਣਾ ਲਾ ਕੇ ਕੀ ਕਰਦਾ ਕਿਹਨਾਂ ਕਿਹਨਾਂ ਨੂੰ ਪਤਾ ਅਰੇ ਮੈਂ ਦੱਸਦਾ ਗਾਹਾਂ ਨੂੰ ਵੀ ਪਿੰਡ 'ਚ ਪੁੱਛ ਲੈਂਦਾ ਕੋਈ ਬਾਬਾ ਧੂਣਾ ਲਾ ਕੇ ਕੀ ਕਰਦਾ ਸ਼ੰਕਰ ਦਾ ਨਾਮ ਸਾਡੇ ਘਰ ਮਟਾਉਂਦਾ ਬਾਬਾ ਰੁਕੀ ਆਉਂਦਾ ਮੋਰ ਸਵਾਰੀ ਆਉਂਦਾ
Thank you.
ਮਸਤ ਦਵਾਨੇ ਲਾ ਕੇ ਆ ਗਏ ਘਰੇ ਬਹਾਨੇ ਅਸੀਂ ਬਹਾਨੇ ਲਾਉਂਦੇ ਸੀ ਜਦੋਂ ਪੜਦੇ ਸੀ ਉਦੋਂ ਬਹਾਨੇ ਹੋਰ ਹੁੰਦੇ ਸੀ ਬੇਬੇ ਨੂੰ ਕਹਿ ਕੇ ਜਾਂਦੇ ਸੀ ਸਕੂਲ ਚੱਲੇ ਆ ਬੱਸ ਤੇ ਕਣਕ ਚ ਰੱਖ ਕੇ ਬੱਸਾਂ ਚੜ੍ਹਦੇ ਹੁੰਦੇ ਸੀ ਵੀ ਚੱਲ ਨਹਿਰ ਨੂਰ ਤੇ ਨਹਾਇਆ ਉਹਨੇ ਸਕੂਲ ਦੀ ਛੁੱਟੀ ਵੇਲੇ ਮੁੜੇ ਆਵਾਂਗੇ ਇੱਕ ਵਾਰੀ ਇੱਦਾਂ ਹੀ ਘਰੇ ਬਹਾਨਾ ਸਕੂਲ ਦਾ ਲਾ ਕੇ ਨਹਾਉਣ ਧੋਣ ਚਲੇ ਗਏ ਆਉਂਦਿਆਂ ਨੂੰ ਕਣਕ ਨੂੰ ਪਾਣੀ ਲੱਗ ਗਿਆ ਬੱਸ ਤੇ ਸਾਰੀ ਕਣਕ ਚ ਲੱਭੀ ਗਈ ਲੱਭੇ ਨਹੀਂ ਅਗਲਾ ਜਾ ਕੇ ਘਰੇ ਲੈ ਗਿਆ ਦੂਜੇ ਦਿਨ ਪ੍ਰੇਅਰ 'ਚ ਪਹੁੰਚ ਗਏ ਸੀ ਕਹਿੰਦੇ ਲਿਓ ਵੀ ਜਿਹਨਾਂ ਕੋਲ ਬੱਸ ਤੇ ਹੈ ਨਹੀਂ ਉਹ ਇੱਥੇ ਖੜ੍ਹ ਜਾਓ ਬਾਕੀ ਜਾਓ ਉਦੋਂ ਡੰਡਾ ਫਿਰਿਆ ਬਹਾਨੇ ਉਦੋਂ ਹੋਰ ਸੀ ਹੁਣ ਵੀ ਬਹਾਨੇ ਹੋਰ ਆ ਹੁਣ ਘਰ ਵਾਲੀ ਨੂੰ ਕਹਿ ਕੇ ਜਾਈਦਾ ਵੀ ਆਉਣਾ ਬਾਜ਼ਾਰ ਚੱਲੇ ਹਾਂ ਜਦੋਂ ਬਾਜ਼ਾਰ ਜਾਂਦੇ ਹਾਂ ਨਾਲ ਤਰਜੋਤ ਤਰਲੋਚਨ ਵਰਗੇ ਸਾਰੇ ਫਰੈਂਡ ਆਉਂਦੇ ਆ ਉਹ ਕਹਿੰਦੇ ਯਾਰ ਜੀ ਜਿਹਾ ਕਰਦਾ ਮਾਡਲ ਟਾਊਨ ਤੋਂ ਗੱਡੀ ਉੱਧਰ ਨੂੰ ਪਾ ਦਈਏ ਇੱਧਰ ਨੂੰ ਤਲਾਈਆਂ ਵੱਲ ਨੂੰ ਘਰ ਵਾਲੀ ਦਾ ਫੋਨ ਆਉਂਦਾ ਜੀ ਕਿੱਥੇ ਹੋ ਤੁਸੀਂ ਤਾਂ ਮਾਡਲ ਟਾਊਨ ਗਏ ਸੀ ਮੈਂ ਕਿਹਾ ਮਾਡਲ ਟਾਊਨ ਦਾ ਤਾਂ ਬਹਾਨਾ ਸੀ ਅਸੀਂ ਹੁਣ ਤਲਾਈਆਂ ਪਹੁੰਚ ਗਏ ਤਾੜੀ ਲਾ ਦਿਓ ਇੱਕ ਵਾਰੀ ਮਸਤ ਦੀਵਾਨੇ ਬਹਿ ਜਾਓ ਤੁਸੀਂ ਦਮ ਲੈ ਲਓ ਅਸੀਂ ਤਾਂ ਪੱਕੇ ਹੋਏ ਹਾਂ ਤਿੰਨ ਸਾਢੇ ਤਿੰਨ ਘੰਟੇ ਅਗਲਾ ਕਹਿੰਦਾ ਨੱਚੀ ਚੱਲ ਗਏ ਕਾਫਰ ਨੇ ਉਹ ਲੋਕ ਜਿਹੜੇ ਧੀਆਂ ਨੂੰ ਨਹੀਂ ਮੰਨਦੇ ਪੀਰ ਬਲੀ ਔਲੀਏ ਸਮਾਨੋਂ ਤਾਂ ਨਹੀਂ ਜੰਮਦੇ ਕਿ ਨਹੀਂ ਇਹ ਸਾਰੀ ਧੀਆਂ ਦੀ ਦੇਣ ਆ ਦੋ ਚੀਜ਼ਾਂ ਦੇ ਨਾਲ ਦੁਨੀਆ ਚੱਲਦੀ ਹੈ ਇੱਕ ਨੀਹਾਂ ਤੇ ਦੂਜੀਆਂ ਧੀਆਂ ਬਸ ਧੀਆਂ ਦੇ ਨਾਂ ਦੀ ਤਾਲੀ ਲਾ ਦਿੰਦਾ ਇਹ ਨਿੱਕੀਆਂ ਨਿੱਕੀਆਂ ਬੱਚੀਆਂ ਨਿੱਕੇ ਨਿੱਕੇ ਬੱਚੇ ਬੈਠੇ ਆ ਇਹ ਸਾਡਾ ਆਉਣ ਵਾਲਾ ਭਵਿੱਖ ਨੇ ਸਾਰੇ ਬਾਬਾ ਕਿਰਪਾ ਕਰੇ ਸਾਰੇ ਤੇ ਹਾਂਜੀ ਸਿੱਧ ਬਾਬਾ ਪੌੜਾ ਹਰੀ ਦੀ ਮੂਰਤੀ ਸਥਾਪਨਾ ਹੋਣ ਜਾ ਰਹੀ ਆ ਜੀ 8 ਅਪ੍ਰੈਲ ਨੂੰ ਜੀ 8 ਅਪ੍ਰੈਲ ਨੂੰ ਮੂਰਤੀ ਸਥਾਪਨਾ ਹੋਏਗੀ ਤੇ 11 ਤਰੀਕ ਨੂੰ ਸਾਰੀ ਸੰਗਤ ਨੇ ਸੋ ਬਿਲਕੁਲ ਸ਼ੁਰੂਆਤ ਹੋ ਜਾਣੀ ਹੈ ਪੂਜਣ ਯੋਗ ਹੋ ਜਾਣੀ ਹੈ ਉਹ ਥਾਂ ਸੋ ਕਹਿੰਦੇ ਉਸ ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਗਏ ਮੋਰਾਂ ਵਾਲੇ ਸੋ ਇੱਕ ਵਾਰੀ ਮੋਰਾਂ ਵਾਲੇ ਦੇ ਨਾਂ ਤੇ ਖੁੱਲ੍ਹ ਕੇ ਤਾੜੀ ਲਾ ਦਿਓ ਜੀ ਸਿੱਧ ਬਾਬਾ ਪੌੜਾ ਹਰੀ ਦੇ ਨਾਂ ਤੇ ਖੁੱਲ੍ਹ ਕੇ ਤਾੜੀ ਲਾ ਦਿਓ ਪਿੰਡ ਤਨੀ ਦੇ ਵਿੱਚ ਸੋ ਅੱਡੇ ਤੇ ਠੀਕ ਐਤਵਾਰ ਨੂੰ ਮੂਰਤ ਦੀ ਸਥਾਪਨਾ ਹੋਏਗੀ ਤੇ 11 ਤਰੀਕ ਨੂੰ ਬਿਲਕੁਲ ਪੂਜਣ ਯੋਗ ਹੋ ਜੂਗੀ ਉਸ ਥਾਂ ਸੋ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਢੇਰ ਸਾਰੀ ਮੁਬਾਰਕਾਂ ਸੋ ਬਹੁਤ ਵੱਡਾ ਉਪਰਾਲਾ ਕੀਤਾ ਸੰਗਤ ਨੇ ਇਸ ਨਗਰ ਨੇ ਇਸ ਪਿੰਡ ਨੇ ਸੋ ਇੱਕ ਹੋਰ ਬਹੁਤ ਸੋਹਣਾ ਮੰਦਿਰ ਬਣਨ ਜਾ ਰਿਹਾ ਵਾ ਸੋ ਸਾਡੀ ਟੀਮ ਵੱਲੋਂ ਵੀ ਬਹੁਤ ਸਾਰੇ ਮੁਬਾਰਕਾਂ ਸੋ ਸਾਨੂੰ ਵੀ ਉੱਥੇ ਵੀ ਸੇਵਾ ਦਾ ਮੌਕਾ ਦਿਓ ਉੱਥੇ ਵੀ ਆਪਾਂ ਹਾਜ਼ਰੀ ਭਰਿਆ ਕਰੀਏ ਸੋ ਆਹ ਤੁਹਾਡੀ ਸੇਵਾ ਦੇ ਵਿੱਚ ਮਾਫੀਆ ਮਿੱਠੀ ਬਾਤ ਦਾ ਮਾਲਕ ਹਾਜ਼ਰੀਆਂ ਭਾ ਰਹੇ ਨੇ ਚੰਦ ਕਮਿੰਟ ਦੇ ਵਿੱਚ ਜੀ ਸੋਨੂੰ ਸਾਈ ਜੀ ਉਹ ਵੀ ਸਾਡੇ ਦਰਮਿਆਨ ਪਹੁੰਚ ਰਹੇ ਨੇ ਸੋ ਉਹਨਾਂ ਨੇ ਵੀ ਹਾਜ਼ਰੀ ਲਗਾਉਣੀ ਆ ਅਸੀਂ ਉਹਨਾਂ ਦਰਸ਼ਨ ਕਰਨੇ ਨੇ ਤੇ ਨਾਲ ਦੇ ਤੁਸੀਂ ਵੀ ਦਰਸ਼ਨ ਕਰਨੇ ਨੇ ਸੋ ਕਹਿੰਦੇ ਮਨ ਨਿਰਮਲ ਹੋ ਗਿਆ ਏ ਜੋ ਕਿ ਆ ਦਰਸ਼ਨ ਕਰਕੇ ਤੇਰੇ ਮੈਂ ਤਾਂ ਮੁੱਕ ਗਈ ਏ ਹੁਣ ਤਾਂ ਮੁੱਕ ਗਈ ਝਗੜੇ ਝੇੜੇ ਸੋ ਮਹਾਨ ਹਸਤੀਆਂ ਫਕਰ ਫਕੀਰ ਦੁਨੀਆਂ ਦੇ ਵਿੱਚੋਂ ਸਾਈ ਸੋਨੂੰ ਜੀ ਸਾਡੇ ਦਰਮਿਆਨ ਪਹੁੰਚ ਰਹੇ ਨੇ ਸੋ ਕਹਿੰਦੇ ਆਓ ਮਸਤੋ ਮੋਜ ਵਹਾਰ ਕਰੀਏ ਕੱਟਾ ਮੈਂ ਖਾਨੇ ਵਿੱਚ ਸ਼ਾਹੀ ਹੋਈ ਏ ਨਾ ਅੰਗੂਰਾਂ ਦੀ ਨਾ ਸੰਤਰਿਆਂ ਦੀ ਇਹ ਤਾਂ ਤੁਰ ਦਰਗਾਹ ਤੋਂ ਆਈ ਹੋਈ ਏ ਪੀਣ ਵਾਲੇ ਜਰਾ ਹੋਸ਼ ਨਾਲ ਪੀਵੀ ਇਹਨੇ ਕਈਆਂ ਦੀ ਹੋਸ਼ ਭਲਾਈ ਹੋਈ ਏ ਮੇਰਾ ਸਾਈ ਤਾਂ ਭਰ ਭਰ ਪਿਆਈ ਜਾਂਦਾ ਜਿਵੇਂ ਇਹਨੂੰ ਵੀ ਕਿਸੇ ਨੇ ਪਿਆਈ ਹੋਈ ਏ ਸੋ ਫਕਰਾਂ ਫਕੀਰਾਂ ਦੇ ਨਾਂ ਤੇ ਵੀ ਖੁੱਲ੍ਹ ਕੇ ਤਾੜੀ ਲਾ ਦਿਓ ਆਓ ਤੁਹਾਡੀ ਸੇਵਾ ਦੇ ਵਿੱਚ ਹਾਜ਼ਰੀਆਂ ਭਰ ਰਹੇ ਨੇ ਕਿਰਤੀ ਸਿੰਘ ਜੀ ਸਾਡੀਆਂ ਪੈਣਾ ਸਾਡੇ ਵੀਰਾਂ ਵੱਲੋਂ ਬਹੁਤ ਸਾਰਾ ਸਰਕਾਰ ਬਹੁਤ ਸਾਰਾ ਮਾਣ ਭੇਜਿਆ ਜਾ ਰਿਹਾ ਜੀ ਤਰਲੋਚਨ ਵੀਰ ਵੱਲੋਂ ਬਹੁਤ ਸਾਰਾ ਸਰਕਾਰ ਬਹੁਤ ਸਾਰਾ ਮਾਣ ਭੇਜਿਆ ਜਾ ਰਿਹਾ ਜੀ ਸੋ ਇਹਨਾਂ ਦਾ ਵੀ ਸ਼ੁਕਰਗੁਜ਼ਾਰਾਂ ਆਓ ਤੁਹਾਡੀ ਸੇਵਾ ਦੇ ਵਿੱਚ ਕਿਰਤੀ ਸਿੰਘ ਜੀ ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਤੁਸੀਂ ਜਾਨੋ ਕੱਢੋ ਜੂ ਡੁੱਬ ਦੋ ਉਹ ਕੱਲ੍ਹ ਪਰਸੋਂ ਗਏ ਅਸੀਂ ਚਾਲੇ ਤੇ ਗੁਰੂ ਰੰਗੜ ਪਾਤਸ਼ਾਹ ਜੀ 77 ਬੱਸਾਂ ਦੇ ਨਾਲ ਬਹੁਤ ਸਾਰੀਆਂ ਗੱਡੀਆਂ
ਕਾਰਾਂ ਵੀ ਨਾਲ ਗਈਆਂ ਔਰ ਨੱਚ ਨੱਚ ਕੇ ਤਿੰਨ ਦਿਨ ਅਸੀਂ ਭੰਗੜੇ ਪਾ ਕੇ ਆਏ ਆ ਚਰਨ ਗੰਗਾ ਤੇ ਫਿਰ ਕੱਲ ਪੈਦਲ ਯਾਤਰਾ ਸ਼ਾਹ ਤਲਾਈਆਂ ਤੋਂ ਦਿਉਟ ਸਿੱਧ ਦੀ ਝੰਡਿਆਂ ਦੀ ਲਾਈਨ ਲੱਗੀ ਹੋਈ ਸੀ ਫਿਰ ਜਿੱਦਾਂ ਰੇਲ ਗੱਡੀ ਜਿੰਨੀ ਲੰਮੀ ਲਾਈਨ ਸੀ ਨਹੀਂ ਸਾਰਾ ਪ੍ਰਸ਼ਾਸਨ ਬਾਬਾ ਜੀ ਦਾ ਵੈਲਕਮ ਕਰਨ ਨੂੰ ਖੜਾ ਸੀ ਔਰ ਵੀਰ ਬਾਬਾ ਜੀ ਦੇ ਉਹਦੇ ਪੇਟਾਂ ਦਾ ਦਿਵਾਨਾ ਕਹਿੰਦਾ ਵੀ ਪੇਟ ਸੁਣਨੀ ਆ ਮੈਂ ਕਿਹਾ ਵੀ ਪੇਟ ਦੱਸਣੀ ਬਣ ਗਿਆ ਕਿਸੇ ਦਾ ਮੈਨੇਜਰ ਬਣ ਗਿਆ ਕਿਸੇ ਦਾ ਡਰਾਈਵਰ ਬਣ ਗਿਆ ਕਿਸੇ ਦਾ ਇੱਦਾਂ ਕਰਤਾ ਧਰਤਾ ਬਣ ਗਿਆ ਸਾਰਾ ਕੁਝ ਸਾਂਭਦਾ ਰਿਹਾ ਪਰ ਕਿਸੇ ਨੇ ਕੁਛ ਨਹੀਂ ਦਿੱਤਾ ਜਿੱਦਣ ਝੋਲੀਆਂ ਭਰੀਆਂ ਨੇ ਫਿਰ ਤਲਾਈਆਂ ਵਾਲੇ ਨੇ ਭਰੀਆਂ ਨੇ ਉਹਦੇ ਨਹਾਉਣੀਆਂ ਸਾਰੀ ਬੋਲ ਸੱਚੇ ਦਰਬਾਰ ਜਦੋਂ ਮੋਰਾ ਵੇ ਮੋਰਾ ਕੈਸਟ ਆਈ ਨਾ ਪਹਿਲੀ ਮੈਨੂੰ ਸਾਰੇ ਸਿੰਗਰਾਂ ਦੇ ਫੋਨ ਆਏ ਕਹਿੰਦੇ ਕਿਹੜੇ ਕੰਮੀ ਪੈ ਗਿਆ ਮੈਂ ਕਿਹਾ ਕੀ ਹੋਇਆ ਕਿ ਤੂੰ ਭੇਟਾਂ ਗਾਉਣ ਲੱਗਾ ਤੇਰੇ ਐਡੇ ਸੁਣਾਲੀ ਤੋਂ ਮੈਨੂੰ ਫੋਨ ਆ ਗਿਆ ਕਹਿੰਦੇ ਭਾਜੀ ਤੁਸੀਂ 500 ਸੀਡੀ ਦੇ ਕੇ ਗਏ ਸੀ ਮੈਂ ਕਿਹਾ ਕਹਿੰਦੇ ਬੇਗੀ ਐਤਵਾਰ ਨੂੰ ਤੁਸੀਂ ਹੋਰ ਦੇ ਜਾਓ ਮੈਂ ਮੇਰੇ ਕੋਲ ਪੈਸੇ ਪੂਰੇ ਸੂਰੇ ਸੀ 15-18 ਹਜ਼ਾਰ ਰੁਪਇਆ ਇਕੱਠਾ ਕਰਕੇ ਮੈਂ ਘਰ ਵਾਲੇ ਨੂੰ ਕਿਹਾ ਮੈਂ ਕੱਢ ਪੈਸੇ ਪੂਸੇ ਬੁਗਲੀਆਂ ਬਗਲੀਆਂ ਜੀ ਭੰਨੋ ਆਪਦੀਆਂ ਕਿੱਥੇ ਬਾਬੇ ਦੀਆਂ ਸੀਡੀਆਂ ਕਰਨੀਆਂ ਅਸੀਂ ਸੀਡੀ 500 ਬਾਬੇ ਦੇ ਫੇਰ ਦੇ ਆਏ ਉਹਨਾਂ ਨੇ ਅਗਲੇ ਐਤਵਾਰ ਤੱਕ ਫੇਰ ਵੇਚਤੀ ਕਹਿੰਦੇ ਭਾਜੀ ਸੀਡੀ ਫੇਰ ਵੇਚੀ 500 ਮੈਨੂੰ ਇੱਦਾਂ ਲੱਗਣ ਲੱਗਿਆ ਮੈਂ ਪਰਤੀ ਸਾਲ ਵੀ ਗੱਲ ਜੀ ਬਣਦੀ ਲੱਗਦੀ ਹੈ ਤੂੰ ਵੀ ਕਲਾਕਾਰ ਬਣੇਗਾ ਕਿ ਨਹੀਂ ਉਹ ਤੋਂ ਬਾਅਦ ਜਦੋਂ ਮੈਂ ਨਾ ਦੁਬਾਰੇ ਤੀਜੀ ਵਾਰੀ ਉਹਦੇ ਕੋਲ ਗਿਆ ਆ ਫਿਰ ਦੇਖ ਲਓ ਔਨ ਕੈਮਰਾ ਕਹਿਣ ਲੱਗੇ ਗੱਲ ਰਿਕਾਰਡ ਰੱਖ ਲਿਓ ਚਾਹੇ ਮੈਂ ਆਪਣੇ ਘਰ ਦੀ ਰਜਿਸਟਰੀ ਧਰੀ 2% ਕਿਸੇ ਤੋਂ 50,000 ਰੁਪਇਆ ਲੈ ਕੇ ਫਿਰ ਸੀਡੀਆਂ ਬਣਾਈਆਂ ਫਿਰ ਦੇ ਗਿਆ ਜਦੋਂ ਮੈਂ ਉਹਨੂੰ ਦੇਣ ਗਿਆ ਨਾ ਉਹ ਗੱਟਿਆਂ ਦੇ ਵਿੱਚ ਭਰ ਕੇ ਆਉਂਦੀਆਂ ਹੁੰਦੀਆਂ ਸੀ ਦਿੱਲੀ ਤੋਂ ਬਣਦੀਆਂ ਸੀਗੀਆਂ ਉਹ ਮੈਂ ਜਦੋਂ ਤਲਾਈ ਦੇਣ ਗਿਆ ਦੁਕਾਨਾਂ ਨੂੰ 100 ਉਹਨੂੰ ਦੇਤੀ 100 ਉਹਨੂੰ ਦੇਤੀ 100 ਉਹਨੂੰ ਮੈਂ ਕਿਹਾ ਵੀ ਤੁਸੀਂ ਵੇਚ ਦਿਓ ਸੀਡੀਆਂ ਮੇਰੀਆਂ ਕਹਿੰਦੇ ਭਾਜੀ ਰੇਟ ਮੈਂ ਕਿਹਾ ਰੇਟ ਉੱਤੇ 100 ਰੁਪਇਆ ਲਿਖਿਆ ਹੋਇਆ ਸਾਡਾ 70 ਰੁਪਏ ਖਰਚਾ ਹੁੰਦਾ ਇੱਕ ਸੀਡੀ 'ਤੇ ਤੁਸੀਂ 30 ਰੁਪਏ ਰੱਖ ਲਿਆ ਕਰੋ ਉਹ ਕਹਿੰਦੇ ਭਾਜੀ 30 ਤਾਂ ਘੱਟ ਨੇ ਮੈਂ ਪਤਾ ਨਹੀਂ ਮੇਰੇ ਮਨ 'ਚ ਕੀ ਆਇਆ ਮੈਂ ਕਿਹਾ ਤੁਸੀਂ 100 ਹੀ ਰੱਖ ਲਓ ਜਦੋਂ ਤੁਸੀਂ ਇੱਦਾਂ ਕਰਦੇ ਨੇ ਫਿਰ ਪ੍ਰਮੋਸ਼ਨ ਤੁਹਾਡੀ ਹੋ ਜਾਂਦੀ ਹੈ ਫਿਰ ਉਹ ਲੋਕਾਂ ਨੂੰ ਘੇਰ ਘੇਰ ਕਹਿੰਦੇ ਸੀ ਇੱਦੋਂ ਉੱਤੇ ਤਾਂ ਸੀਡੀ ਕੋਈ ਨਹੀਂ ਆਈ ਉਹਨਾਂ ਨੂੰ 100 ਹੀ ਬਚਣਾ ਸੀ ਨਾ ਸਾਰੇ ਹੀ ਤੇ ਉਦੋਂ ਬਾਅਦ ਮੈਂ ਨਾ ਉਹਦੀ ਦੁਕਾਨ ਤੇ ਖੜ ਕੇ ਜਦੋਂ ਸੰਗਤਾਂ ਨਹੀਂ ਆਉਂਦੀ ਹੁੰਦੀ ਭਾਈ ਸੀਡੀ ਦਿਖਾ ਦੇ ਆਪਾਂ ਹੀ ਖਡਾਉਣੇ ਦਿਖਾ ਦੇ ਮੈਂ ਸੰਗਤਾਂ ਦੇ ਇੱਦਾਂ ਮੂਹਰੇ ਨੂੰ ਹੋਈ ਜਾਵਾਂ ਜਾਣ ਜਾਣ ਕੇ ਵੀ ਮੈਨੂੰ ਕੋਈ ਤਾਂ ਪਛਾਣੇ ਵੀ ਆਈ ਹੈ ਮੈਂ ਉਹ ਦੁਕਾਨਦਾਰ ਨੂੰ ਕਿਹਾ ਮੈਂ ਕਿਹਾ ਤੁਸੀਂ ਕਿਤੇ ਮੇਰੀਆਂ ਸੀਡੀਆਂ ਕਿਲੋ 'ਚ ਤਾਂ ਨਹੀਂ ਵੇਚਦੀਆਂ ਕਹਿੰਦਾ ਕਿਉਂ ਮੈਂ ਕਿਹਾ ਤੁਸੀਂ ਕਹਿੰਦੇ ਤੁਹਾਡੀਆਂ ਸੀਡੀਆਂ ਵੀ ਕਹਿੰਦਾ ਮੈਨੂੰ ਪਛਾਣਦੇ ਕੋਈ ਨਹੀਂ ਨਾ ਕੋਈ ਮੈਨੂੰ ਜੈ ਬਾਬੇ ਦੀ ਕਹਿੰਦਾ ਵੀ ਆ ਮੋਰਾ ਵੇ ਮੋਰਾ ਵਾਲਾ ਭਾਈ ਖੜਾ ਮੈਂ ਯਾਰ ਵੀ ਮੈਨੂੰ ਕੋਈ ਘਪਲਾ ਹੀ ਲੱਗਦਾ ਤੁਹਾਡਾ ਕਹਿੰਦੇ ਨਹੀਂ ਭਾਜੀ ਵੇਚਦੀਆਂ ਤੁਸੀਂ ਸਾਈਡ ਤੇ ਕੁਰਸੀ ਡਾ ਕੇ ਦੇਖ ਲਓ ਬਹਿ ਕੇ ਉਹ ਮੈਂ ਬੈਠਾ 15 ਮਿੰਟ ਫਿਰ ਉਹ ਐਂ ਕਰਦੇ ਸੀਗੇ ਸੀਡੀ ਜਿੱਦਾਂ ਤਰਲੋਜਨ ਵਰਗਾ ਵੀਰਾ ਭਾਜੀ ਇਦੋਂ ਉੱਤੇ ਸੀਡੀ ਹੈ ਨਹੀਂ ਕੋਈ ਕੱਢੋ 100 ਰੁਪਏ ਮੈਂ ਕਿਹਾ ਬਸ ਠੀਕ ਹੈ ਆਪਦੇ 100 ਵਾਲੇ ਚੱਕਰ 'ਚ ਪ੍ਰਮੋਸ਼ਨ ਕਰਨ ਲੱਗੇ ਹੋਏ ਨੇ ਇਹ ਵੀ ਨਹੀਂ ਮਾੜੀ 100 ਰੁਪਏ 'ਚ ਕਰਦੇ ਆ ਔਰ ਉਦੋਂ ਮੈਨੂੰ ਜਲੰਧਰ ਤੋਂ ਕਿਸੇ ਨੇ ਪ੍ਰੋਗਰਾਮ ਬੁੱਕ ਕਰਾਇਆ ਪਹਿਲਾਂ ਕਹਿੰਦਾ ਪ੍ਰੀਤੀ ਬੋਲਦਾ ਮੈਂ ਕਿਹਾ ਯਾਰ ਨਾਂ ਤਾਂ ਠੀਕ ਲਾ ਲਾ ਮੈਂ ਤਾਂ ਰੇਟਰੀ ਵੀ ਰੱਖੀ ਹੋਈ ਅਸਲ ਵਿੱਚ ਮੇਰਾ ਨਾਂ ਟੇਡਾ ਜਿਹਾ ਰੱਖਤਾ ਮੇਰੇ ਨਾਨਕਿਆਂ ਨੇ ਪ੍ਰੀਤੀ ਉਹ ਨਾਂ ਹੀ ਨਹੀਂ ਸਮਝ ਆ ਰਿਹਾ ਹੁਣ ਪੱਪੇ ਨੂੰ ਸਿਹਾਰੀ ਰਾਰਾ ਤੱਤੇ ਨੂੰ ਵਿਹਾਰੀ ਆ ਕਈ ਪਿੱਛੋਂ ਤੱਤਾ ਕੱਢ ਕੇ ਠੀਕ ਕਹੀ ਜਾਂਦੇ ਨੇ ਪ੍ਰੀਤੀ ਓਏ ਕਈ ਕਹੀ ਜਾਂਦੇ ਨੇ ਹਾਂ ਵੀ ਪ੍ਰੀਤੀ ਬੋਲਦਾ ਮੈਂ ਕਿਹਾ ਪ੍ਰੀਤੀ ਤਾਂ ਠੀਕ ਆ ਪਿੱਛੇ ਸਪਰੂ ਨਾ ਲਾ ਦਿਓ ਤਾੜੀ ਲਾ ਦਿਓ ਪੂਰੀ ਦਾ ਔਰ ਮੈਂ ਬਾਬੇ ਦੇ ਦਰਬਾਰ ਤੇ ਨਾ ਉਹ ਆ ਗਿਆ ਘਰ ਨੂੰ ਮੈਂ ਬਾਬੇ ਨੂੰ ਕਿਹਾ ਮੈਂ ਬਾਬਾ ਇਹ ਸੀਡੀਆਂ ਮੰਗਾਈ ਜਾਂਦੇ ਨੇ ਮੈਂ ਤਾਂ ਕਰਜਾਈ ਹੋਇਆ ਪਿਆ ਪਛਾਣ ਦਾ ਕੋਈ ਨਹੀਂ ਜਲੰਧਰ ਜ਼ਿਲ੍ਹੇ ਵਾਲਿਆਂ ਨੇ ਪ੍ਰੋਗਰਾਮ ਬੁੱਕ ਕਰਾਤਾ ਕਹਿੰਦੇ ਪ੍ਰੀਤੀ ਪ੍ਰੋਗਰਾਮ ਲਿਖ ਲਾ ਮੈਂ ਕਿਹਾ ਲਿਖ ਲਿਆ ਜੀ ਕਹਿੰਦੇ ਕੀ ਲੈਣਾ ਮੈਂ ਕਿਹਾ ਜੋ ਮਰਜ਼ੀ ਦੇ ਦਿਓ ਤੁਸੀਂ ਭੰਗੜੇ ਪਾ ਲਓ ਮੇਰੀਆਂ ਭੇਟਾਂ ਸੁਣ ਲਓ ਮੈਨੂੰ ਮੌਕਾ ਦੇ ਦਿਓ ਸਟੇਜ ਤੇ ਖੜਨਾ ਬਸ ਇੱਕ ਮੌਕੇ ਦੀ ਲੋੜ ਆ ਮੈਂ ਗੀਤਕਾਰ ਹਾਂ ਚਲੋ ਜੀ ਪ੍ਰੋਗਰਾਮ ਬੁੱਕ ਹੋ ਗਿਆ ਮੈਂ ਰਾਤ ਨੂੰ ਕੋਠੇ ਤੇ ਫਰੀ ਆ ਮੈਂ ਮੈਨੂੰ ਨੀਂਦ ਨਾ ਆਵੇ ਵੀ 8 ਭੇਟਾਂ ਨੇ 8 ਭੇਟਾਂ ਨਾਲ 3 ਘੰਟੇ ਤਾਂ ਲੰਘਣੇ ਨਹੀਂ 20-25 ਤਾਂ ਚਾਹੀਦੀਆਂ ਮੈਂ ਨਵੀਆਂ ਭੇਟਾਂ ਵੀ ਬਣਾ ਲਈਆਂ ਵੀ ਆ ਵੀ ਸੁਣਾ ਦੂੰਗਾ ਆ ਵੀ ਸੁਣਾ ਦੂੰ ਕੋਈ ਗੱਲ ਨਹੀਂ ਉਹਨਾਂ ਦਾ ਫੋਨ ਆ ਗਿਆ ਦਿਨ ਚੜ੍ਹਦੇ ਨੂੰ ਕਹਿੰਦੇ ਜੀ ਸਾਡੀ ਟੀਮ ਨੇ ਸਲਾਹ ਕੀਤੀ ਆ ਪ੍ਰੋਗਰਾਮ ਥੋੜਾ ਕੈਂਸਲ ਆ ਮੈਂ ਯਾਰ ਐਂ ਨਾ ਕਰੋ ਮੈਂ ਫਰੀ ਹੋ ਲਾ ਜਾਣਾ ਪਰ ਕੈਂਸਲ ਨਾ ਕਰੋ ਕਹਿੰਦਾ ਉਹ ਕਹਿੰਦੇ ਵੀ ਭੇਟਾਂ ਹੀ 8 ਆਈਆਂ ਨੇ 3 ਘੰਟੇ ਕਿੱਥੋਂ ਗਾਲੂਗਾ ਇਹ ਕਿ ਨਹੀਂ ਬਸ ਫਿਰ ਉਹ ਦਿਨ ਜਾਂਦਾ ਤੇ ਆਹ ਦਿਨ ਜਾਂਦਾ ਮੇਹਰ ਸਾਰੀ ਉਹਦੀ ਆ ਸਭ ਕੁਝ ਉਹਦਾ ਦਿੱਤਾ ਹੋਇਆ ਹੁਣ ਸਾਲ ਦੇ ਵਿੱਚ 100 ਭੇਟ ਆਉਂਦੀ ਆ ਆਪਣੀ ਤਾੜੀ ਮਾਰ ਦਿਓ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਕਿਉਂਕਿ ਮੈਂ ਵੀ ਪੁਰਾਣੀਆਂ ਕਰੀ ਜਾਂਦਾ ਕਿ ਵਧੀ ਜਾਂਦਾ ਪੁਰਾਣੀਆਂ ਤਾਂ ਹੀ ਤਾਂ ਇਹਨੂੰ ਕਿਹਾ ਵੀ ਮੈਨੂੰ ਤਾਂ ਯੂਟਿਊਬ ਤੋਂ ਕੱਢ ਕੇ ਦਿਖਾ ਦੇ ਫੇਰ ਹੀ ਪਤਾ ਲੱਗੂਗਾ ਕਿ ਨਹੀਂ ਔਰ ਗੁਰੂ ਰੰਗੜ ਮਹਾਰਾਜ ਜੀ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕਰਿਆ ਵੈਸੇ ਬਾਬਾ ਜੀ ਦੇ ਬਹੁਤ ਭਗਤ ਬੈਠੇ ਆ ਦੁਨੀਆਂ ਤੇ ਗੁਰੂ ਰੰਗੜ ਮਹਾਰਾਜ ਜੀ ਬੰਗਿਆਂ ਦੇ ਵਿੱਚ ਬਹੁਤ ਵੱਡਾ ਸੰਗ ਹੈ ਮੈਨੂੰ ਲੱਗਦਾ ਵਰਲਡ ਤੋਂ ਸਭ ਤੋਂ ਵੱਡਾ ਸੰਗ ਉਹਨਾਂ ਦਾ 77 ਬੱਸਾਂ ਗਈਆਂ ਇਸ ਵਾਰੀ 800-900 ਗੱਡੀ ਵੀ ਗਈ ਹੈ ਸਾਰਾ ਫਰੀ ਗਿਆ ਵਾ ਔਰ ਸ਼ਾਹ ਤਲਾਈਆਂ ਦੇ ਵਿੱਚ ਬਹੁਤ ਵੱਡਾ ਸਰੋਵਰ ਬਣਨ ਲੱਗਿਆ ਵਾ ਇਸ਼ਨਾਨ ਕਰਨ ਲਈ ਔਰ ਹੋਰ ਵੀ ਸੁਵਿਧਾ ਮੇਰੀਆਂ ਭੈਣਾਂ ਵਾਸਤੇ ਉਹਨਾਂ ਨੇ ਕਰ ਦੇਣੀਆਂ ਨੇ ਹਰਿਦੁਆਰ ਦੇ ਵਿੱਚ ਕੋਈ ਵੀ ਦਰਬਾਰ ਨਹੀਂ ਸੀ ਬਾਬਾ ਜੀ ਦਾ ਉਹਨਾਂ ਨੇ ਹਰਿਦੁਆਰ ਦੇ ਵਿੱਚ ਵੀ ਬਾਬਾ ਜੀ ਦਾ ਜਿਹੜਾ ਦਰਬਾਰ ਆ ਉਹ ਬਣਾਤਾ ਵਾ ਕਿਤੇ ਤੁਸੀਂ ਹਰਿਦੁਆਰ ਵਾਲੀ ਸਾਈਡ ਗਏ ਹੋ ਘੁੰਮਣ ਤਾਂ ਤੁਸੀਂ ਉੱਥੇ ਗੁਰੂ ਰੰਗੜ ਮਹਾਰਾਜ ਦਾ ਦਰਬਾਰ ਪੁੱਛ ਕੇ ਜਾ ਸਕਦੇ ਹੋ ਉੱਥੇ ਪੌਣਾ ਹਰੀ ਬਾਬਾ ਜੀ ਦੀ ਮੂਰਤੀ ਰੱਖ ਦਿੱਤੀ ਗਈ ਆ ਔਰ ਤੁਸੀਂ ਉੱਥੇ ਬਾਬਾ ਜੀ ਦੇ ਉਹਨਾਂ ਨੇ ਕਮਰੇ ਵੀ ਸੰਗਤਾਂ ਵਾਸਤੇ ਖੋਲ੍ਹਤੇ ਆ ਵੀ ਜੇ ਸੰਗਤਾਂ ਪੰਜਾਬ ਤੋਂ ਜਾਣਗੀਆਂ ਤਾਂ ਉਹ
ਮਹੀਨਾ ਕਿ ਹੈਗੇ ਇੱਥੇ ਉਦੋਂ ਬਾਅਦ ਉਹਨਾਂ ਨੇ ਟੋਰਾਂਟੋ ਚਲੇ ਜਾਣਾ ਐਤਵਾਰ ਨੂੰ ਸਵੇਰੇ 10 ਵਜੇ ਚੌਂਕੀ ਲੱਗਦੀ ਹੈ ਤੁਸੀਂ ਮਹਾਰਾਜ ਨੂੰ ਮਿਲ ਕੇ ਆਇਓ ਤੁਹਾਨੂੰ ਐਦਾਂ ਫੀਲ ਹੋਊਗਾ ਵੀ ਅਸੀਂ ਆਪਣੇ ਬਾਪੂ ਨੂੰ ਮਿਲਣ ਆਏ ਉਹ ਸਾਰਿਆਂ ਨੂੰ ਧੀਆਂ ਸਨ ਜੋ ਕਹਿੰਦੇ ਨੇ ਇਹ ਮੇਰੀਆਂ ਧੀਆਂ ਨੇ ਇਹ ਮੇਰੇ ਪੁੱਤ ਨੇ ਔਰ ਤੁਸੀਂ ਰੂਲ ਦੇਖਿਓ ਉਹਨਾਂ ਦੀ ਮੁਹੱਬਤ ਦੇਖਿਓ ਬਾਬਾ ਜੀ ਨੂੰ ਕਿੰਨਾ ਪਿਆਰ ਕਰਦੇ ਨੇ ਔਰ ਉਹ ਇੱਕੋ ਹੀ ਗੱਲ ਸਿਖਾਉਂਦੇ ਆ ਵੀ ਇੱਕ ਧਾਗੇ ਤਵੀਤ ਆ ਨਾਰੀਅਲ ਨਹਿਰਾਂ 'ਚ ਤਾਰਨੇ ਆਪਾਂ ਇਹ ਨਹੀਂ ਕਰਨਾ ਜਿਹੜਾ ਪੌਣਾ ਹਾਰੀ ਦੇ ਲੜ ਲੱਗਿਆ ਉਹਦੇ ਗਲ 'ਚ ਸਿੰਗੀ ਹੋਣੀ ਚਾਹੀਦੀ ਹੈ ਜੇ ਉਹਨੂੰ ਕੋਈ ਤਕਲੀਫ ਹੈ ਤਾਂ ਘਰ ਦੇ ਵਿੱਚ ਉਹ ਜਿਹੜੀ ਗੁਫਾ ਤੋਂ ਭਭੂਤੀ ਮਿਲਦੀ ਹੈ ਉਹ ਤੁਹਾਡੇ ਘਰ 'ਚ ਪਈ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਦੁੱਖ ਦਲਿੱਦਰ ਵੈਸੇ ਨਹੀਂ ਦੂਰ ਆਉਂਦੇ ਬਾਬੇ ਦੇ ਨਾਂ ਦੀ ਤਾੜੀ ਮਾਰਦੇ ਮੇਰੇ ਵੀਰ ਨੇ ਭਜਨ ਕਿਹਾ ਮੈਂ ਉਹ ਸਾਂਝਾ ਕਰਦਾ ਗੁਰੂ ਰੰਗੜ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਹੋ ਬੀਬੀ ਜੀ ਤੇਰਾ ਲਾਡਲਾ ਓਏ ਸਭ ਨੂੰ ਲਾਡ ਲਡਾਵੇ ਬੀਬੀ ਸਤਿਆ ਦੇਵੀ ਜੀ ਸੀ ਪਹਿਲਾਂ 2014 ਦੇ ਵਿੱਚ ਬੀਬੀ ਜੀ ਨੇ ਚੋਲਾ ਛੱਡਤਾ ਸੀਗਾ ਗੁਰੂ ਰੰਗੜ ਮਹਾਰਾਜ ਜੀ ਉਦੋਂ ਕੈਨੇਡਾ ਦੇ ਵਿੱਚ ਆਪਦੇ ਬਿਜ਼ਨਸ ਵਿੱਚ ਬਿਜ਼ੀ ਸੀ ਔਰ ਬੀਬੀ ਜੀ ਨੇ ਬੁਲਾ ਕੇ ਗੁਰੂ ਮਹਾਰਾਜ ਬੈਠਦੇ ਨਹੀਂ ਸੀ ਗੱਦੀ ਦੇ ਉੱਤੇ ਮਾਂ ਨੇ ਪੁੱਤ ਨੂੰ ਵਾਸਤੇ ਪਾ ਕੇ ਮਨਾ ਕੇ ਗੱਦੀ ਦੇ ਉੱਤੇ ਬਿਠਾਇਆ ਕਿਉਂਕਿ ਬਾਬਾ ਜੀ ਇੱਕ ਬਿਜ਼ਨਸਮੈਨ ਨੇ ਉਹਨਾਂ ਦਾ ਕੱਪੜਿਆਂ ਦਾ ਬਹੁਤ ਵੱਡਾ ਟੋਰਾਂਟੋ ਦੇ ਵਿੱਚ ਕਾਰੋਬਾਰ ਸੀ ਹੁਣ ਉਹ ਬਾਬਾ ਜੀ ਦੇ ਲੜ ਲੱਗੇ ਨੇ 6 ਮਹੀਨੇ ਇੱਧਰ 4 ਮਹੀਨੇ ਉੱਧਰ ਇੱਧਰ ਬਸ ਬਾਬਾ ਜੀ ਦੇ ਕੰਮਾਂ 'ਚ ਭੱਜੇ ਫਿਰਦੇ ਆ ਸਾਰੇ ਪਾਸੇ ਤਾਂ ਗੱਲ ਪਾਈ ਆ ਵੀ ਜਦੋਂ ਵੀ ਕੋਈ ਜਾਂਦਾ ਉਹ ਪੁੱਤਾਂ ਵਾਂਗੂ ਧੀਆਂ ਵਾਂਗੂ ਸਾਰਿਆਂ ਨੂੰ ਲਾਡ ਲਡਾਉਂਦੇ ਆ ਤੁਸੀਂ ਜਾ ਕੇ ਦੇਖੋ ਤੁਹਾਨੂੰ ਆਨੰਦ ਆਊਗਾ ਤਾਂ ਗੱਲ ਲਿਖੀ ਆ ਬਾਬਲ ਬਣਿਆ ਧੀਆਂ ਦਾ ਰਹਿਣਾ ਸਦੀਆਂ ਦੀ ਕੀ ਰਹਿਣਾ ਦੇ ਕੇ ਦੇ ਚਰਨੀ ਹਰ ਕੋਈ
ਇਹਨਾਂ ਨੂੰ ਇਦਾਂ ਵਡਿਆ ਕੇ ਰੱਖੀਦਾ ਵੀ ਚੇਤ ਦਾ ਮਹੀਨਾ ਹੈ ਕਿਹੜਾ ਬਾਰ-ਬਾਰ ਆਉਂਦਾ ਕਿ ਨਹੀਂ ਇਹ ਇਦਾਂ ਦਾ ਮਹੀਨਾ ਵੀ ਜਿਹੜੇ 40-45 ਦਿਨ ਹੁੰਦੇ ਆ ਪਰ ਸਾਨੂੰ 35-40 ਪ੍ਰੋਗਰਾਮ ਮਿਲ ਜਾਂਦੇ ਆ ਕਈ ਵਾਰ ਡੇ ਨਾਈਟ ਹੀ ਹੋ ਜਾਂਦਾ ਫਿਰ ਉਦੋਂ ਬਾਅਦ ਦੂਜੇ ਦਿਨ ਫਿਰ ਦਿਨੇ ਫਿਰ ਰਾਤ ਨੂੰ ਹੁੰਦਾ ਫਿਰ ਥੱਕ ਜਾਈਦਾ ਹੁਣ ਨੀਂਦ ਜੀ ਰੜਕਦੀ ਆ ਸਾਰਿਆਂ ਦੇ ਅੱਖਾਂ 'ਚ ਬਸ ਵਿਚਾਰੇ ਲੱਗੇ ਹੋਏ ਨੇ ਕਿ ਵੀ ਕੋਈ ਗੱਲ ਨਹੀਂ ਬਾਬਾ ਪਰ 14 ਤਰੀਕ ਨੂੰ ਚੱਲ ਆ ਸਮਾਪਤ ਹੁੰਦਾ ਸਾਨੂੰ ਖੁਸ਼ੀ ਵੀ ਬਹੁਤ ਹੁੰਦੀ ਆ ਪਰ ਤਕਲੀਫ ਵੀ ਬਹੁਤ ਹੁੰਦੀ ਆ ਕਿਉਂਕਿ ਉਦੋਂ ਬਾਅਦ ਫਿਰ ਸਾਲ ਉਡੀਕੀ ਜਾਂਦੇ ਵੀ ਕਦੋਂ ਲੱਗਣਗੇ 30-35 ਪ੍ਰੋਗਰਾਮ ਇਕੱਠੇ ਕਿ ਨਹੀਂ ਇਹ ਵੀ ਆਨੰਦ ਹੀ ਆਨੰਦ ਹੈ ਕਿ ਤਾੜੀ ਕਿਉਂਕਿ ਸਾਡੇ ਤਾਂ ਘਰ ਬਾਰ ਪਰਿਵਾਰ ਸਾਰੇ ਉਹਦੇ ਦਰਬਾਰ ਤੋਂ ਚੱਲਦੇ ਆ ਉਹਦੀਆਂ ਸੰਗਤਾਂ ਤੋਂ ਚੱਲਦੇ ਆ ਜਿਹਨਾਂ ਤੁਸੀਂ ਮਾਣ ਦੇ ਕੇ ਗਏ ਹੋ ਹਰੇਕ ਐਤਵਾਰ ਨੂੰ ਸਵੇਰੇ 7 ਵਜੇ ਪਿਰਤੀ ਸਿਲੋ ਮਿਊਜ਼ਿਕ ਚੈਨਲ 'ਤੇ ਸਾਡਾ ਭਜਨ ਆ ਜਾਂਦਾ ਤੁਸੀਂ ਜੈ ਬਾਬਾ ਜੀ ਦੀ ਜ਼ਰੂਰ ਮੇਰੀਆਂ ਭੈਣਾਂ ਭੇਜਿਆ ਕਰੋ ਨਾਲ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਤੁਸੀਂ ਦੇਖਿਆ ਕਰੋ ਮੇਰੇ ਚੈਨਲ 'ਤੇ ਕਮੈਂਟਾਂ ਦੇ ਥੱਲੇ ਜੈ ਬਾਬੇ ਦੀ ਦਿੱਲੀ ਵਾਲੇ ਜੈ ਬਾਬੇ ਦੀ ਬਰੇਲੀ ਵਾਲੇ ਉਹ ਸਾਰੇ ਲਿਖਦੇ ਆ ਆਪਣੇ ਆਪਣੇ ਸ਼ਹਿਰਾਂ ਦੇ ਨਾਂ ਆਪਣੇ ਆਪਣੇ ਪਿੰਡਾਂ ਦੇ ਤੁਸੀਂ ਵੀ ਲਿਖਿਆ ਕਰੋ ਜੈ ਬਾਬੇ ਦੀ ਭਾਈ ਧਨੀ ਪਿੰਡ ਤੋਂ ਆ ਪਤਾ ਲੱਗਦਾ ਵੀ ਭਾਈ ਉਹ ਪਿੰਡ ਜਾ ਕੇ ਆਇਆ ਸੀ ਵੀ ਉੱਥੋਂ ਕਮੈਂਟ ਆਇਆ ਮੈਂ ਸਾਰਿਆਂ ਦੇ ਕਮੈਂਟ ਪੜ੍ਹਦਾ ਸਾਰਿਆਂ ਨੂੰ ਹਾਰਟ ਭੇਜਦਾ ਵੀ ਸਾਰਿਆਂ ਨੂੰ ਇੱਦਾਂ ਨਾ ਲੱਗੇ ਕਿਸੇ ਨੂੰ ਅਸੀਂ ਕਮੈਂਟ ਕੀਤਾ ਉਹਨਾਂ ਨੇ ਪੜ੍ਹਿਆ ਨਹੀਂ ਤੁਹਾਡਾ ਇੱਕ ਇੱਕ ਕਮੈਂਟ ਅਸੀਂ ਤੁਹਾਡੇ ਕਰਜ਼ਦਾਰ ਹਾਂ ਸਾਰੀ ਉਮਰ ਦੇ ਕਿਉਂਕਿ ਪਿਰਤੀ ਸਿਲੋਂ ਮਿਊਜ਼ਿਕ ਚੈਨਲ ਦੇ 1.5 ਲੱਖ ਤੋਂ ਵੱਧ ਸਬਸਕ੍ਰਾਈਬ ਹੋ ਗਿਆ ਇੱਕ ਭਜਨ ਜਿਹਨੂੰ ਭੈਣਾਂ ਨੇ ਬਹੁਤ ਪਿਆਰ ਦਿੱਤਾ ਸਭ ਤੋਂ ਵੱਧ ਕਿਉਂਕਿ ਯੂਟਿਊਬ 'ਤੇ ਅੱਜ ਕੱਲ੍ਹ ਇਹ ਵੀ ਆਉਂਦਾ ਨਾ ਵੀ ਕੁੜੀਆਂ ਕਿੰਨਾ ਸੁਣਦੀਆਂ ਨੇ ਮੁੰਡੇ ਕਿੰਨਾ ਸੁਣਦੇ ਆ ਬੰਦੇ ਬੀਬੀਆਂ ਉਹ 'ਤੇ ਸਾਰਾ ਕੁਝ ਪਤਾ ਲੱਗਦਾ ਸਭ ਤੋਂ ਵੱਧ ਮੇਰੀਆਂ ਭੈਣਾਂ ਸੁਣਦੀਆਂ ਨੇ ਉਹਨੂੰ 15 ਮਿਲੀਅਨ ਮਤਲਬ 1.5 ਕਰੋੜ ਤੋਂ ਵੱਧ ਸੰਗਤਾਂ ਨੇ ਸੁਣ ਲਿਆ ਰੂਪ ਰੱਬ ਦਾ ਲੱਗਦਾ ਨਹੀਂ ਜਿਹੜਾ ਜੋਗੀ ਪਿੰਡ ਵਿੱਚ ਆਇਆ ਉਹਨੂੰ ਬਹੁਤ ਪਿਆਰ ਮਿਲਿਆ ਤਾੜੀ ਲਾ ਦਿਓ ਫਿਰ ਮੈਂ ਤੁਹਾਡਾ ਕਰਜ਼ਾਈ ਹਾਂ ਸਾਰੀ ਉਮਰ ਦਾ ਕਰਜ਼ਾਈ ਜਿੱਦਣ ਮਰਜ਼ੀ ਪੁੱਛ ਲਓ ਵੀ ਪਿਰਤੀ ਤੂੰ ਕੌਣ ਆ ਮੇਰਾ ਜਵਾਬ ਇਹੀ ਹੋਊਗਾ ਮੈਂ ਕਰਜ਼ਾਈ ਹਾਂ ਬਾਬੇ ਦੀਆਂ ਸੰਗਤਾਂ ਔਰ ਰਵਾਂਗੇ ਵੀ ਕੋਈ ਹੰਕਾਰ ਨਹੀਂ ਕੋਈ ਮਾਣ ਨਹੀਂ ਔਰ ਜਦ ਤੱਕ ਫਿਰ ਮੈਂ ਤੁਹਾਨੂੰ ਵਧੀਆ ਜੀ ਗੱਲ ਸੁਣਾਊਂਗਾ ਤੁਸੀਂ ਮੋਬਾਈਲਾਂ 'ਤੇ ਵੀਡੀਓ ਨਹੀਂ ਬਣਾਉਣੀ ਕਿਸੇ ਨੇ ਸਾਰੇ ਜਾਣੇ ਮੋਬਾਈਲ ਬੰਦ ਕਰ ਦਿਓ ਕਿਉਂਕਿ ਵੀਡੀਓ ਦੇਖੋ ਬਣਨ ਲੱਗੀ ਹੋਈ ਆ ਲਾਈਵ ਚੱਲਦਾ ਚਲਾਇਆ ਨਹੀਂ ਬਸ ਠੀਕ ਆ ਫਿਰ ਵੀਡੀਓ ਬਣਨ ਲੱਗੀ ਹੋਈ ਆ ਇਹਨਾਂ ਨੂੰ ਫੋਨ ਕਰਕੇ ਇਹਨਾਂ ਕੋਲ ਕਿਸੇ ਚਿੱਪ ਚੁੱਪ 'ਚ ਪਵਾ ਲਿਓ ਉਦਾਂ ਤਾਂ ਯੂਟਿਊਬ 'ਤੇ ਇਹਨਾਂ ਨੇ ਪਾਈ ਨਹੀਂ ਠੀਕ ਨਹੀਂ ਕਰਾ ਦੇਣਾ ਸੀ ਯਾਰ ਲਾਈਵ ਬਾਅਦ 'ਚ ਕਰਾਉਂਗੇ ਚਲੋ ਠੀਕ ਆ ਵਧੀਆ ਜਕਾਰਾ ਪਾਉਣਾ ਆ ਰਹੀ ਜੀ ਦਾ ਬੋਲ ਸਰ ਯਾਰ ਆਹ ਕਿਹਨਾਂ ਦੇ ਪ੍ਰੋਡਕਟ ਨੇ ਬਈ ਸਾਹਮੂ ਭੱਜੇ ਫਿਰਦੇ ਨੇ ਤਾਂ ਲੈਣਾ ਵਿੱਚ ਓਏ ਇਹਨਾਂ ਨੂੰ ਬਿਠਾਓ ਤੇਰੇ ਆ ਉਹ ਬਾਬੇ ਨੇ ਦਿੱਤੇ ਨੇ ਉਹ ਨਿਆਣੇ ਐਂ ਭੱਜੇ ਫਿਰਦੇ ਮੈਨੂੰ ਇਹੀ ਮੈਨੂੰ ਫਿਰ ਪਤਾ ਗੱਲ ਕੀ ਉਹ ਇੱਦਾਂ ਕਹਿਣ ਪੜ੍ਹੇ ਲਿਖੇ ਵੱਧ ਨੇ ਮੈਂ ਤਾਂ ਇਹੀ ਕਹਿਣਾ ਵੀ ਆ ਕਿਹਨਾਂ ਦੇ ਪ੍ਰੋਡਕਟ ਆ ਭਾਈ ਸਾਂਭ ਕੇ ਰੱਖੋ ਆਪਣੇ ਆਪਣੇ ਇਹਨੂੰ ਸਾਂਭੋ ਇਹ ਪ੍ਰੋਡਕਟ ਬਹੁਤ ਤੇਜ਼ ਨੇ ਇਹ ਕੰਪਿਊਟਰ ਵਾਲੇ ਨਿਆਣੇ ਨੇ ਬਹੁਤ ਦਿਮਾਗ ਤੇਜ਼ ਨੇ ਇਹਨਾਂ ਦੇ ਕਿ ਨਹੀਂ ਬਾਕੀ ਪੁੱਛ ਵੀ ਲਓ ਕਈ ਵਾਰ ਆਈ ਕਹਿੰਦੇ ਉਹਨਾਂ ਨੇ ਵੈਸੇ ਤਾਂ ਡੈਡੀ ਨੱਚਦੇ ਸੀ ਇੱਦਾਂ ਲੇਟ ਨਹੀਂ ਤਾੜੀ ਲਾਓ ਦੱਬ ਕੇ ਬੱਚਿਆਂ ਦੇ ਨਾਂ ਦੇ ਲਓ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਿਓ ਮੋਬਾਈਲਾਂ ਦਾ ਖਿਆਲ ਛੱਡ ਦਿਓ ਤੁਹਾਡੇ ਨਾਲ ਨਵੀਂ ਗੱਲ ਸਾਂਝੀ ਕਰੂੰਗਾ ਬਾਬੇ ਦੇ ਦਰਬਾਰ ਤੇ ਚੱਲੇ ਗਏ ਇੱਕ ਵਾਰੀ ਇਧਰੋਂ ਵੀ ਧਿਆਨ ਨਾਲ ਪਹਿਲਾਂ ਬਾਬੇ ਨੂੰ ਉਹਦੀ ਤਾੜੀ ਲਾ ਦਿਓ ਇੱਕ ਵਾਰੀ ਪਾ ਦਿਓ ਖੜਾ ਕਿੱਦਾਂ ਉਹਦੇ ਨੂੰ ਬਾਅਦ ਚ ਪਾਉਂਦੇ ਹਾਂ ਫਿਰ ਆਪਾਂ ਪੈਂਦਾ ਕਿੱਦਾਂ ਬਾਬਾ ਜੀ ਦੇ ਵਿਹੜੇ ਜੋਗੀ ਵੇ ਤੇਰਾ ਨਾਂ ਲੈ ਕੇ ਮੈਂ ਵਿੱਚ ਤਲਾਈਆਂ ਨੱਚੀ ਉਹ ਤੋਂ ਬਾਅਦ ਲਾਉਂਦੇ ਹਾਂ ਫਿਰ ਇੱਕ ਗੱਲ ਸੁਣਾਊਂਗਾ ਧਿਆਨ ਨਾਲ ਸੁਣਿਓ ਤੁਹਾਨੂੰ ਵਧੀਆ ਲੱਗੂਗੀ ਮੈਂ ਨਾ ਬਾਬੇ ਦੇ ਦਰਬਾਰ ਤੇ ਚੱਲਿਆ ਗਿਆ ਇੱਕ ਵਾਰੀ ਬਾਬੇ ਦੇ ਦਰਬਾਰ ਤੇ ਚੱਲਿਆ ਗਿਆ ਔਰ ਜਦੋਂ ਬਾਬੇ ਦੇ ਦਰਬਾਰ ਤੇ ਗਿਆ ਉਹ ਬੀਬੀ ਕਿੱਥੇ ਬੈਠੀ ਜਿਹੜੀ ਮੈਨੂੰ ਹੁਣੀ ਫਰਮਾਇਸ਼ ਕਰਕੇ ਗਈ ਸੀ ਆਹ ਦੇ ਵਿੱਚ ਇਹਦੇ ਵਰਗੀਆਂ 4-5 ਬੀਬੀਆਂ ਸੀ ਉਹ ਛੱਡਦੇ ਬੀਬੀ ਕੱਢ ਕੇ ਝੋਲੇ 'ਚ ਕੀ ਹੈ ਕਲਾਕਾਰਾਂ ਤਾਂ ਆਈ ਹੁੰਦਾ ਕਹਿੰਦੇ ਵੀ ਦੇ ਦਿਓ ਅਸੀਂ ਕਿਤੇ ਗਾਹ ਭੇਟ ਕਰ ਲਾਂਗੇ ਨਹੀਂ ਤਾਂ ਹੁਣ ਨਿਆਣੇ ਪਾਸ ਹੋ ਗਏ ਐਡਮਿਸ਼ਨਾਂ ਵੀ ਭਰਾਉਣ ਵਾਲੀਆਂ ਨੇ ਹਲੇ
ਕਿਤਾਬਾਂ ਨੂੰ ਮੰਗੀ ਜਾਂਦੇ ਕੱਲ ਦੇ ਕਹਿੰਦੇ ਉਹ ਬਾਪੂ ਮੋੜਿਆ ਘਰ ਨੂੰ ਕਿਤਾਬਾਂ ਲੈਣੀਆਂ ਕੱਲ ਨੂੰ ਸਕੂਲ ਲੱਗਣੇ ਆ ਲੁਧਿਆਣੇ ਮੈਂ ਕਿਹਾ ਉਹ ਛੁੱਟੀ ਕਰ ਲਓ ਬਾਬੇ ਦਾ ਨਾਮ ਲੈ ਕੇ ਥੋੜੀਆਂ ਮੈਡਮਾਂ ਨੂੰ ਕਹਿ ਦਾਂ ਕਿ ਸਾਡੇ ਜਗਰਾਤੇ ਚੱਲਦੇ ਸੀ ਕਿ ਨਹੀਂ ਖੈਰ ਪਾ ਦੇ ਝੋਲੀ ਚ ਮੇਰੇ ਮੇਰਾ ਕਹਿੰਦਾ ਕਿਹੜਾ ਜੋਗੀਆ ਵੇ ਮੁੱਲ ਲੱਗਦਾ ਵੇ ਖੈਰ ਪਾਉਂਦੇ ਵੇ ਚੋਲੀ ਦੇ ਵਿੱਚ ਮੈਂ ਮਲਾਂ ਆ ਜਾਂਦੀਆਂ ਨੇ ਔਰ ਇੱਕ ਪੇਟ ਤੋਂ ਬਾਅਦ ਫਿਰ ਆਪਾਂ ਨੱਚਣਾ ਵਾਂਦਾ ਵਾਦਾ ਕਰੋ ਮੇਰੇ ਨਾਲ ਖੜੇ ਕਰਕੇ ਤੁਹਾਨੂੰ ਬੈਠ ਕੇ ਦੇਖੋ ਮੈਂ ਕੱਦਾ ਬਿਠਾਈ ਬੈਠਾ ਬੈਠ ਕੇ ਆਪਾਂ ਹੋਰ ਪੇਟ ਸੁਣਾਵਾਂਗੇ ਹਲੇ 10 ਮਿੰਟ ਦਮ ਲੈ ਲਓ ਉਸ ਤੋਂ ਬਾਅਦ ਫਿਰ ਆਪਾਂ ਸਾਰਿਆਂ ਨੇ ਭੰਗੜਾ ਪਾਉਣਾ ਬਾਬੇ ਦਿਨੋਂ ਦਾ ਲਓ ਬਹਿ ਕੇ ਸੁਣਾ ਹੁਣ ਡਿਸਟਰਬ ਕੋਈ ਨਾ ਕਰਿਓ ਸਾਰੀਆਂ ਲਾ ਕੇ ਜਾਊਂ ਚਿੰਤਾ ਕੋਈ ਕੋਈ ਚੱਕਰ ਜਦੋਂ ਆਈ ਗਏ ਹੁਣ ਐਡੀ ਦੋਂ ਚੱਲ ਕੇ ਨਾਲੇ ਨੇਰੇ ਚ ਅਸੀਂ ਲੁੱਟ ਥੋੜੀ ਹੋਣਾ ਲੇਟ ਹੀ ਭੇਜਦੇ ਹੁਣ ਪੂਰਾ ਜਕਾਰਾ ਪਾਉਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਸਾਡੇ ਨਾ ਮੈਂ ਬਾਬਾ ਜੀ ਦੇ ਦਰਬਾਰ ਤੇ ਗਿਆ ਲਿਆ ਹੁਣ ਧਿਆਨ ਰੱਖਿਓ ਆ ਪ੍ਰੋਡਕਟ ਨਾ ਹਿੱਲਣ ਹੁਣ ਬਿਲਕੁਲ ਵੀ ਬੀਬੀਆਂ ਭੈਣਾਂ ਇਹਨੂੰ ਫੜ ਕੇ ਰੱਖਿਓ ਕਰਾਂ ਤੇ ਲਓ ਜੀ ਮੈਂ ਨਾ ਬਾਬੇ ਦੇ ਦਰਬਾਰ ਤੇ ਚਲੇ ਗਿਆ ਮੈਂ ਦੁਕਾਨ ਤੇ ਗਿਆ ਬੀਬੀ ਵਰਗੀਆਂ 4-5 ਬੀਬੀਆਂ ਬੈਠੀਆਂ ਰੋਟ ਬਣਵਾਉਂਦੀਆਂ ਸੀ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਭਾਈ ਕਹਿੰਦਾ ਹਾਂਜੀ ਜੈ ਬਾਬੇ ਦੀ ਮੈਂ ਕਿਹਾ ਜੈ ਮੈਂ ਕਿਹਾ ਲਓ ਜੀ 50 ਰੁਪਏ ਦਾ ਰੋਟ ਪਾ ਦਿਓ ਉਹ ਇੱਕ ਬੀਬੀ ਬੋਲੀ ਕਹਿੰਦੀ ਪਹਿਲਾਂ ਸਾਡਾ ਪਾ ਓਏ ਇਹਦਾ ਪਾ ਦੇ 50 ਦਾ ਕਹਿੰਦੇ ਚਲੋ ਪਰੇ ਉਹ ਮੈਂ ਕਿਹਾ ਬੀਬੀ ਐਂ ਕਾਹਦੋਂ ਬੋਲਦੀਆਂ ਕੀ ਹੋ ਗਿਆ ਸਾਡੇ ਪਿੰਡਾਂ 'ਚ ਗੱਬੀਆਂ ਬੀਬੀਆਂ ਥੋੜੀਆਂ ਕਹਿੰਦੀ ਫਿਰ ਹਾਂ ਤੂੰ ਕਾਹ ਤਾਂ ਮੂਹਰੇ ਆ ਕੇ ਕਹੀ ਜਾਂਦਾ 50 ਦਾ ਪਾ ਦੇ ਅਸੀਂ ਗੱਦੀਆਂ ਬੈਠੀਆਂ ਮੈਂ ਕਿਹਾ ਚੱਲ ਇਹਨਾਂ ਨੂੰ ਦੇ ਦੇ ਪਹਿਲਾਂ ਮੈਂ ਕਿਹਾ ਬੀਬੀ ਇੱਧਰ ਨੂੰ ਹੋ ਮਾੜੇ ਬਹਿਣ ਨੂੰ ਤਾਂ ਜਗ੍ਹਾ ਦੇ ਦੇ ਮੈਂ ਮੱਥਾ ਟੇਕਦਾ ਕੋੜਾ ਕੋੜਾ ਝੱਕੀ ਜਾਵੇ ਕਹਿੰਦੀ ਹਾਂ ਮੈਂ ਕਿਹਾ ਬੀਬੀ ਮੈਂ ਗੱਲ ਪੁੱਛਣੀ ਆ ਕਹਿੰਦੀ ਪੁੱਛ ਮੈਂ ਕਿਹਾ ਬੀਬੀ ਤੂੰ 40 ਦਾ ਰੋਟ ਕਾਹਤੇ ਲੈਣਾ ਕਿ ਤੂੰ ਕੀ ਲੈਣਾ ਓਏ ਮਾਂ ਬੀਬੀ ਮੈਂ 50 ਦਾ ਲੈਣਾ ਨਾ ਕਹਿੰਦੀ ਫਿਰ ਲੈ ਲਾ ਮੈਨੂੰ ਕੀ ਦੱਸਦਾ ਮੈਂ ਕਿਹਾ ਬੀਬੀ ਤੂੰ ਸਮਝਦੀ ਨਹੀਂ 40 ਨਾਲ ਸੁੱਖ ਜਲਦੀ ਪੂਰੀ ਹੁੰਦੀ ਹੈ ਫੋਨ ਬੰਦ ਕਰ ਵੀਡੀਓ ਕਾਲ ਇੱਥੇ ਬੁਲਾ ਲੈਣਾ ਸੀ ਨਾਲੇ 4 ਪੈਸੇ ਸਿੱਧੇ ਜਾਂਦੇ ਤਾੜੀ ਲਾ ਦਿਓ ਇੱਕ ਵਾਰੀ ਸੋ ਜ਼ਮਾਨਾ ਅਪਡੇਟ ਹੋ ਗਿਆ ਵੀ ਵੀਡੀਓ ਤੇ ਜਗਰਾਤਾ ਦੇਖ ਲੈਂਦੇ ਮੈਨੂੰ ਤਾਂ ਡਰ ਲੱਗਿਆ ਰਹਿੰਦਾ ਕਿਤੇ 5-7 ਸਾਲਾਂ ਨੂੰ ਜਾਣੋ ਮੇਰਾ ਦੌਰ ਤੇਜ਼ ਹੋਇਆ ਨਾ ਕਿਤੇ ਮੈਨੂੰ ਸਟੇਜ ਤੇ ਖੜਾ ਕੇ ਨਾ ਕਹਿ ਦਿਆ ਕਹਿੰਦਾ ਵੀ ਸਾਰੇ ਵੀਡੀਓ ਕਾਲ ਤੇਰੇ ਮੂਹਰੇ ਰੱਖ ਲੈਣੇ ਫੱਟਿਆਂ ਤੇ ਤੂੰ ਗਾਈ ਚੱਲ ਉਹ ਆਪੇ ਵੀਡੀਓ ਤੇ ਦੇਖੀ ਜਾਣਗੇ ਪਤਾ ਲੱਗੇ ਉਹ ਵਿੱਚ ਦੀ ਐਂ ਕਰਕੇ ਪੈਸੇ ਬਾਰ ਬਾਰ ਆਪਦੀ ਜੇਬਾਂ 'ਚ ਪਾਈ ਜਾ ਕਰਾਂਗੇ ਤਰਸੀ ਜਾ ਕਰਾਂਗੇ ਤਾੜੀ ਲਾ ਦਿਓ ਮਾੜੀ ਜੀ ਵੀਡੀਓ ਕਾਲ ਵਾਲੇ ਦੇ ਨਾਮ ਦੇ ਪਰ ਬੀਬੀ ਨੂੰ ਮੈਂ ਕਿਹਾ ਬੀਬੀ ਬਈ ਤੂੰ 40 ਦਾ ਰੋਟ ਕਾਹਤੋਂ ਲੈਣਾ ਕਹੀ ਤੂੰ ਕੀ ਲੈਣਾ ਓਏ ਮੈਂ ਕਿਹਾ ਬੀਬੀ ਮੈਂ ਬਾਬੇ ਦੀਆਂ ਭੇਟਾਂ ਲਿਖਦਾ ਮੈਨੂੰ ਗੱਲਾਂ ਚਾਹੀਦੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚੋਂ ਵਧੀਆ ਵਧੀਆ ਬਾਬੇ ਦੇ ਦਰਬਾਰ ਤੋਂ ਫਿਰ ਮੈਂ ਵੀ 40 ਦਾ ਚੜਾ ਦੂੰ ਕਹਿੰਦੀ ਤੂੰ ਭਾਈ ਆਪਣਾ 50 ਦਾ ਲੈ ਸਾਡਾ 40 ਦਾ ਮੈਂ ਕਿਹਾ 40 ਨਾਲ ਸੁੱਖ ਜਲਦੀ ਪੂਰੀ ਹੁੰਦੀ ਹੈ ਕਹੀ ਤੈਂ ਕੀ ਲੈਣਾ ਮੈਂ ਕਿਹਾ ਬੀਬੀ ਸਮਝਦੀ ਨਹੀਂ ਫਿਰ ਮੈਂ ਵੀ ਨਹੀਂ ਮੈਂ ਰਹਿਣ ਦਿੰਦਾ ਮੈਂ ਵੀ 50 ਦਾ ਮੇਰਾ ਵੀ 40 ਦਾ ਕਰ ਵੀ ਕਹਿੰਦੀ ਤਾਂ ਪੁੱਛਣਾ ਮੈਂ ਕਿਹਾ ਹਾਂ ਕਹਿੰਦੀ ਮੈਂ ਪਤਾ ਪੁੱਤ 40 ਦਾ ਰੋਟ ਕਾਹਤੋਂ ਲੈਣਾ ਮੈਂ ਕਿਹਾ ਕਾਹਤੋਂ ਕਹਿੰਦੀ ਮੈਂ 50 ਰੁਪਏ ਲਿਆਈ ਆ ਘਰੋਂ ਮੈਂ 10 ਰੁਪਏ ਦਾ ਮੱਥਾ ਟੇਕ ਕੇ ਤਾਂ ਪੁੱਤ ਮੰਗਣਾ ਮੈਂ ਕਿਹਾ ਕੀ ਬਾਤ ਹੈ 10ਾਂ 'ਚ ਪੁੱਤ ਲੈਣਾ ਕਹਿੰਦੀ 40 ਦਾ ਮੈਂ ਰੋਟ ਟੇਕਣਾ ਤੇ ਪਿੰਡੋਂ ਕਹਿੰਦੀ ਸਾਡੇ ਬੱਸ ਫਰੀ ਆਈ ਸੀ ਪਕੌੜਿਆਂ ਦਾ ਲੰਗਰ ਚੱਲਣਾ ਹੀ ਆ ਕਹਿੰਦੀ ਮਾਰਾ ਮਰ ਜਾਣੇ ਹੋਰ ਮੈਂ 40 ਦਾ ਕਿਹੜੀ ਗੱਲੋਂ ਲੈਣ ਲਾ ਤੁਹਾਡੀ ਦੱਬ ਕੇ ਤੇ ਉਹ ਪਰ ਬੀਬੀਆਂ 4-5 ਸੀ ਮੈਂ ਨਾਲ ਹੀ ਰਿਹਾ ਉਹਨਾਂ ਦੇ ਪੌੜੀਆਂ ਵਾਲੇ ਪਾਸੇ ਦੀ ਜਿੱਧਰ ਨੂੰ ਜਾਣ ਮੈਂ ਮਗਰ ਹੀ ਕਹਿੰਦੀ ਤੁਹਾਡਾ ਨਹੀਂ ਹੋਏ ਹਾਂ ਬੀਬੀ ਮੇਰੇ 2 ਟੱਪੇ ਬਣ ਗਏ 3 ਤੁਸੀਂ ਹੋਰ ਰਹਿਣੀ ਮੈਂ ਨਾਲ ਹੀ ਰਹਿਣਾ ਤੁਹਾਡੇ ਮੈਂ ਭੇਟ ਬਣਾ ਕੇ ਫੇਰ ਮੁੜਨਾ ਅੱਜ ਗੁਫਾ ਤੋਂ ਲਓ ਹੁਣ ਬੀਬੀਆਂ ਦੀ ਗੱਲ ਦੱਸਦਾ ਤੁਹਾਨੂੰ ਕਿਵੇਂ ਕਿਵੇਂ 5 ਬੀਬੀਆਂ ਕੀ ਕੀ ਬਾਬੇ ਤੋਂ ਮੰਗਣ ਗਈਆਂ ਕੀ ਕੀ ਉਹਨਾਂ ਨੇ ਮੰਗਿਆ 10-10 ਰੁਪਏ ਦਾ ਮੱਥਾ ਕਿਹੜੇ ਟੇਕਦੇ ਹੱਥ ਖੜੇ ਕਰੋ ਮੈਂ ਟੇਕਦਾ ਸਭ ਤੋਂ ਪਹਿਲਾਂ ਉਹ ਇਹ ਹੁੰਦਾ ਨਾ ਵੀ ਖਾਲੀ ਹੱਥ ਨਹੀਂ ਬਾਬਾ ਤਾਂ ਸਾਡਾ ਡੰਡਾ ਉਹ ਨਹੀਂ ਲੈਂਦਾ ਕਿਸੇ ਤੋਂ 10 ਰੁਪਏ ਵੀ ਨਹੀਂ ਲੈਂਦਾ ਉਹਨੇ ਤਾਂ ਤਨ ਤੇ ਕੱਪੜੇ ਦੀ ਇੱਛਾ ਵੀ ਨਹੀਂ ਰੱਖੀ ਉਹਨੇ ਉਹ ਵੀ ਸਾਨੂੰ ਦੇ ਦਿੱਤੇ ਕਿ ਤਾੜੀ ਮਾਰ ਦਿਓ ਬਾਬੇ ਜੀ ਨਾਲ ਲਓ ਜੀ ਹੁਣ ਬੀਬੀਆਂ ਦੀ ਗੱਲ ਕੱਲੀ ਕੱਲੀ ਸੁਣੀ ਪਹਿਲੀ ਬੀਬੀ ਉਹ ਨੋਟ 10 ਵਾਲਾ ਗੱਲੇ ਵਿੱਚ ਪਾ ਕੇ ਨੋਟ 10 ਵਾਲਾ ਗੱਲੇ ਵਿੱਚ ਪਾ ਕੇ ਆ ਜ਼ਿੰਦਗੀ ਦੇ ਸੁੱਖ ਮੰਗਦੀ ਤਾੜੀ ਨਾਲ 40 ਦਾ ਰੋਟ ਚੜਾ ਕੇ ਬਾਬੇ ਹੱਥ ਪੁੱਤ ਮੰਗਦੀ
ਕਿਹੜੀ ਕਿਹੜੀ ਆਪਣੀ ਸੱਸਾਂ ਨੂੰ ਪਿਆਰ ਕਰਦੀ ਨੇ ਪਿਆਰ ਬਾਲਾ ਨਹੀਂ ਕਰਦੇ ਹੱਥ ਇੱਥੇ ਆ ਤੁਹਾਡੇ ਦੇਖੋ ਤੁਹਾਡਾ ਕਸੂਰ ਨਹੀਂ ਪਤਾ ਗੱਲ ਕੀ ਆ ਜਿਨ੍ਹਾਂ ਦੇ ਹੱਥ ਇੱਥੇ ਨੇ ਜੇ ਕਿਤੇ ਸੱਪ ਦੇਖ ਜਵੇ ਨਾ ਪਿੰਡ 'ਚ ਬੰਦਾ ਹੱਪ ਹੱਪ ਕਹਿ ਕੇ ਭੱਜ ਜਾਂਦਾ ਸੱਪ ਤਾਂ ਕਹਿ ਹੀ ਨਹੀਂ ਹੁੰਦਾ ਕਿ ਨਹੀਂ ਤੇ ਜੇ ਸੱਪ ਪੰਜਾਬੀ 'ਚ ਲਿਖੀਏ ਪੈਨ ਦੇ ਨਾਲ ਕਾਗਜ਼ ਤੇ ਸੱਸੇ ਤੇ ਆ ਕੇ ਤੇਰੇ ਪੱਪਾ ਸੱਪ ਕਿੰਨੇ ਸੱਸੇ ਲੱਗੇ ਇੱਕ ਜਦੋਂ ਸੱਸ ਲਿਖਦੇ ਫਿਰ ਦੋ ਲੱਗਦੇ ਆ ਇੰਨਾ ਕੁ ਤਾਂ ਡਰਨਾ ਬਣਦਾ ਦਾੜੀ ਲਾ ਦੋ ਸੱਸਾਂ ਦੇ ਨਾਲ ਤੇ ਬਾਬੇ ਤਾਂ ਨੋਹਾਂ ਕਿਹਨਾਂ ਨੂੰ ਚਾਹੀਦੀਆਂ ਸੋਹਣੀਆਂ ਸੋਹਣੀਆਂ ਹੱਥ ਖੜੇ ਕਰਕੇ ਪਰ ਕਰਦੇ ਉਹ ਇਹ ਭੋਲੂ ਠੋਲੂ ਹੁਣੀ ਵਿਹਾਉਣੇ ਨਹੀਂ ਜਿਹੜੇ ਗੇੜੇ ਦਿੰਦੇ ਫਿਰਦੇ ਲਿੜ ਲਿੜ ਕੇ ਮਾਰੋ ਤਾੜੀ ਲੱਭ ਕੇ ਮੜ ਜੀ ਬਾਬੇ ਦੇ ਨਾਲ ਦੀ ਇੱਕ ਵਾਰੀ ਸੋ ਕਹਿੰਦੀ ਦੂਜੀ ਕਹਿੰਦੀ ਬਾਬੇ ਕੋਲੋਂ ਨੋਹ ਮੰਗਣੀ ਦੂਜੀ ਕਹਿੰਦੀ ਬਾਬੇ ਕੋਲੋਂ ਨੋਹ ਮੰਗਣੀ ਨੀ ਭੋਲੇ ਨਾ ਜੋ ਮੂਹਰੇ ਮੇਰੇ ਬੀਜੋਗੇ ਉਹੋ ਜਿਹਾ ਵੱਢੋਗੇ ਜੇ ਹੁਣ ਸੱਸਾਂ ਦੀ ਇੱਜ਼ਤ ਕੀਤੀ ਆ ਤਾਂ ਕਰਾ ਲਓਗੇ ਜੇ ਤੁਸੀਂ ਐਂ ਕਹਿੰਦੇ ਵੀ ਚੱਕ ਲਾ ਬੁੜੀਆ ਰੋਟੀ ਖਾਣੀ ਆ ਖਾ ਮੈਂ ਚੱਲੀ ਨਹੀਂ ਤੇ ਤੁਹਾਡੀ ਵਾਰੀ ਵੀ ਐਂ ਆਉਣੀ ਹੈ ਰੋਟੀ ਤੂੰ ਕਿਉਂ ਬੀਬੀ ਫਿਰ ਰੋਟੀ ਤੁਹਾਨੂੰ ਵੀ ਐਂ ਆਉਣੀ ਹੈ ਥਾਲੀ 'ਚ ਵੀ ਚੱਕ ਬੁੜੀਆ ਖਾਣੀ ਆ ਖਾ ਤੇ ਅਸੀਂ ਵੀ ਚੱਲੀਆਂ ਕਿ ਨਹੀਂ ਤਾੜੀ ਲਾ ਦਿਓ ਇੱਕ ਵਾਰੀ ਸੱਸਾਂ ਦੇ ਨਾਲ ਇੱਕ ਵਾਰੀ ਗੱਲ ਦੱਸਾਂ ਸੱਸਾਂ ਦੀ ਇੱਕ ਵਾਰੀ ਪਿੰਡ 'ਚ ਨਾ ਇਕੱਠੀਆਂ ਹੋ ਕੇ ਸਾਰੀਆਂ ਸੱਸਾਂ ਨੇ ਸਲਾਹ ਕਰੀ ਵੀ ਮਰ ਜਾਣੀਆਂ ਨੋਹਾਂ ਨਹੀਂ ਲੈ ਕੇ ਜਾਣੀਆਂ ਆਪਾਂ ਘੁੰਮਣ ਜਾਣਾ ਸੱਸਾਂ ਨੇ ਇਕੱਠੀਆਂ ਹੋ ਕੇ ਬੱਸ ਕਰ ਲਈ ਘੁੰਮਣ 'ਚ ਲੈ ਗਈਆਂ ਪਹਾੜਾਂ 'ਚ ਭਾਣਾ ਵਰਤ ਗਿਆ ਬੱਸ ਡਿੱਗ ਗਈ ਖੱਡ 'ਚ ਓਏ ਹੋਏ ਹੁਣ ਖੱਡ 'ਚ ਗਿਰ ਗਈ ਸੱਸਾਂ ਦਾ ਤਾਂ ਰਾਮ ਨਾਮ ਸੱਸ ਹੋ ਗਿਆ ਹੁਣ ਪਿੰਡ 'ਚ ਸੋਗ ਪੈ ਗਿਆ ਕਹਿੰਦੇ ਵੀ ਸੱਸਾਂ ਲੈ ਕੇ ਆਓ ਹੁਣ ਸੱਸਾਂ ਬਾਰੀ ਸੁਧੀ ਲੇਟੀਆਂ ਹੁੰਦੀਆਂ ਕੰਮ ਹੋ ਗਿਆ ਸੱਸਾਂ ਦਾ ਹੁਣ ਸਾਰੀਆਂ ਰੋਂਦੀਆਂ ਨੇ ਵੀ ਹਾਏ ਮੰਮੀ ਬਾਅਦ 'ਚ ਐਂ ਕਹਿਣਗੀਆਂ ਜਿਵੇਂ ਉਹਨੇ ਜੰਮੀ ਹੁੰਦੀ ਆ ਪਹਿਲਾਂ ਨਹੀਂ ਉਹਨੂੰ ਮੰਮੀ ਮੰਨਣਾ ਉਦੋਂ ਮੰਨਣਾ ਜਦੋਂ ਚਲੇ ਗਈ ਕਿ ਨਹੀਂ ਫਿਰ ਮੰਮੀ ਨੂੰ ਕੀ ਹੋ ਗਿਆ ਇੱਕ ਇੱਦਾਂ ਦੀ ਸੀ ਉਹ ਇੰਨਾ ਕੁ ਰੋਵੇ ਉਹ ਲਿਟ ਲਿਟ ਰੋਵੇ ਫੜੀ ਨਾ ਜਾਵੇ ਉਹਨੂੰ ਸਾਰੇ ਕਹਿਣ ਵੀ ਸੱਸਾਂ ਤਾਂ ਸਾਰਿਆਂ ਦੀਆਂ ਪੂਰੀਆਂ ਹੋ ਗਈਆਂ ਉਹ ਤੂੰ ਕਦੋਂ ਇੰਨਾ ਰੋਨੀ ਆ ਉਹ ਦੱਸੇ ਨਾ ਬਸ ਹਾਏ ਹੋਏ ਮੰਮੀ ਹਾਏ ਉਹਨੂੰ ਫਿਰ ਪਿਆਰ ਨਾਲ ਪਾਣੀ ਪਿਲਾ ਕੇ ਪੁੱਛਿਆ ਕਹਿੰਦੇ ਗੱਲ ਸੁਣ ਸੱਸਾਂ ਸਾਰਿਆਂ ਦੀਆਂ ਪੂਰੀਆਂ ਹੋ ਗਈਆਂ ਤੂੰ ਕਦੋਂ ਵੱਧ ਰੋਨੀ ਆ ਕਹਿੰਦੀ ਸਾਡੀ ਮਰ ਜਾਣੀ ਘਰੇ ਰਹਿ ਗਈ ਗਈ ਨਹੀਂ ਸੀ ਨਾ ਤਾੜੀ ਦੱਬ ਕੇ ਮਾਰੀ ਲੱਗ ਨਹੀਂ ਬੋਲੇ ਨਾ ਜੋ ਮੂਹਰੇ ਮੇਰੇ ਚਲੋ ਬਾਬੇ ਨੇ ਝੋਲੀਆਂ ਭਰਨੇ ਹੱਥ ਖੜੇ ਕਰਕੇ ਤਾੜੀ ਲਾਓ ਬਾਬੇ ਤੀਜੀ ਬੀਬੀ ਦੀ ਗੱਲ ਆ ਗਈ ਨੀ ਤੀਜੀ ਕਹਿੰਦੀ ਮੰਗਣੇ ਮੈਂ ਪੋਤੇ ਪੋਤੀ ਮੈਂ ਜੋਗੀਆਂ ਨਾ ਮਿਹਨਤ ਉਹਨੇ ਪਤਾ ਪੋਤੇ ਤੇ ਪੋਤੀਆਂ ਨਾਲ ਕਿਉਂ ਮੰਗਣੀ ਨੂੰਹ ਉਹਦੀ ਪੜ੍ਹੀ ਲਿਖੀ ਆਇਲਟ ਵਾਲੀ ਉਹ ਘਰੋਂ ਬਾਹਰ ਨਹੀਂ ਜਾਣ ਦਿੰਦੀ ਮੰਮੀ ਜੀ ਘਰੋਂ ਨਹੀਂ ਜਾਣਾ ਤੁਹਾਨੂੰ ਮੈਂ ਬਾਹਰ ਬੁੜੀਆਂ 'ਚ ਨਹੀਂ ਬਹਿਣ ਦੇਣਾ ਹੁਣ ਜਿਹਨੇ ਸਾਰੀ ਉਮਰ ਗਲੀ ਦੇ ਵਿੱਚ ਕੱਢੀ ਹੋਵੇ ਉਹ ਕਿੱਥੇ ਫਿਰ ਦਰਵਾਜ਼ੇ ਦੇ ਅੰਦਰ ਰਹਿੰਦੀ ਹੈ ਕਿ ਨਹੀਂ ਉਹ ਕਹਿੰਦੀ ਵੀ ਬਾਬਾ ਜੀ ਸਾਨੂੰ ਪੋਤਾ ਵੀ ਦੇ ਦਿਓ ਸਾਨੂੰ ਪੋਤੀ ਵੀ ਦੇ ਦਿਓ ਕਹਿੰਦੀ ਦੋ ਦੇ ਦਿਓ ਇੱਕ ਤਾਂ ਇਹਨੇ ਪਾਲ ਲੈਣਾ ਜਾਂ ਮੇਰੀ ਨੂੰਹ ਦੀ ਮੰਮੀ ਨੇ ਆ ਜਾਣਾ ਉੱਧਰੋਂ ਉਹਨੇ ਪਾਲ ਲੈਣਾ ਮੰਮੀ ਜੀ ਨੇ ਜੇ ਦੋ ਦਊਂਗੇ ਅਲ ਜੀ ਰਹੂ ਮੈਨੂੰ ਕਹਿ ਦਿਆ ਕਰੂ ਲੈ ਮੰਮੀ ਨਾਲੇ ਨਿਆਣਾ ਚੱਕ ਲਾ ਨਾਲੇ ਗਲੀ 'ਚ ਗੇੜੇ ਕੱਢਿਆ ਉਹ ਹੁਣ ਬਹਾਨੇ ਨਾ ਦੋ ਨਿਆਣੇ ਮੰਗਦੀ ਆ ਵੀ ਆਪੇ ਕਿਹਾ ਕਰੂ ਵੀ ਜਾ ਮੰਮੀ ਗਲੀ 'ਚ ਨਿਆਣੇ ਦਾ ਗੇੜਾ ਕਢਾ ਲੈ ਵੀ ਨਾਲੇ ਗੇੜਾ ਕੱਢਿਆ ਕਰੂ ਨਾਲੇ ਚਾਰ ਚੁਗਲੀਆਂ ਸਟਿਆ ਕਰੂ ਨਹੀਂ ਤਾੜੀਆਂ ਲਾਓ ਤੇ ਤੀਜੀ ਕਹਿੰਦੀ ਬਾਬੇ ਕੋਲੋਂ ਨੂੰਹ ਮੰਗਣੀ ਵੀ ਤੀਜੀ ਕਹਿੰਦੀ ਮੰਗਣੇ ਮੈਂ ਪੋਤੇ ਪੋਤੀਆਂ ਮੈਂ ਜੋਗੀਆਂ ਨਾ ਮਿਹਨਤਾਂ ਕਰਾਈ ਔਖੀ ਬੜੀ ਕੱਲੀ ਦੀ ਦਿਹਾੜੀ ਲੱਗਦੀ ਚਾਲੀਆਂ ਦਾ ਰੋਟ ਚੜਾ ਕੇ ਪੋਤੇ ਨਾਲ ਪੋਤੀਆਂ ਨੂੰ ਨਹੀਂ ਚਾਲੀਆਂ ਦਾ ਰੋਟ
ਹੁਣ ਮੇਰੇ ਵਰਗਾ ਕਹਿੰਦਾ ਬੇਬੇ ਮੈਂ ਤੈਨੂੰ ਬਾਬੇ ਦੇ ਨਹੀਂ ਜਾਣ ਦੇਣਾ ਕਹਿੰਦੀ ਕਿਉਂ ਕਹਿੰਦਾ ਪਹਿਲਾਂ ਐਂ ਦੱਸ ਥਾਰ ਲੈ ਕੇ ਦੇਹਾਂਗੀ ਉਹ ਕਹਿੰਦੀ ਚੰਗਾ ਲੈ ਦੂੰ ਪਰ ਮੈਨੂੰ ਟਰੱਕ 'ਚ ਬਹਿ ਕੇ ਚਲੀ ਜਾਂਦੇ ਮੇਰੇ ਨਾਲ ਦੀਆਂ ਸਾਰੀਆਂ ਚੱਲੀ ਉਹ ਹੁਣ ਬਾਬੇ ਦੇ ਦਰ ਤੇ ਜਾ ਕੇ ਕਹਿੰਦੀ ਹਾਂ ਚੌਥੀ ਕਹਿੰਦੀ ਬਾਬੇ ਕੋਲੋਂ ਕਾਰ ਮੰਗਣੀ ਨੀ ਪੁੱਤ ਮੇਰਾ ਮੰਗੇ ਮੈਂ ਤਾਂ ਥਾਰ ਮੰਗਣੀ ਥੋੜਾ ਥੋੜਾ ਹੱਸੇ ਨਾਲੇ ਜਾਵੇ ਸੰਗ ਦੀ ਤੇ ਚਾਲੀਆਂ ਦਾ ਰੋਟ ਚੜਾ ਕੇ ਬਾਬੇ ਪੰਜਵੀਂ ਬੀਬੀ ਜਾਂਦੀ ਹੁੰਦੀ ਆ ਟਰੱਕ 'ਚ ਜਾਂ ਬੱਸ 'ਚ ਬਹਿ ਕੇ ਉਹਦੇ ਕੋਲੇ ਸਾਰਾ ਕੁਛ ਹੀ ਹੁੰਦਾ ਪੋਤਾ ਪੋਤੀ ਦੋਹਤੇ ਕਾਰਾਂ ਥਾਰਾਂ ਉਹ ਕੀ ਕਰਨ ਜਾਂਦੀ ਹੁੰਦੀ ਹੱਥ ਖੜੇ ਕਰਕੇ ਜਿਹੜਾ ਦੱਸੋ ਪੰਜਵੀਂ ਜਿਹਦੇ ਕੋਲ ਸਾਰਾ ਕੁਛ ਹੀ ਹੋਵੇ ਉਹ ਕੀ ਮੰਗਣ ਜਾਂਦੀ ਆ ਕਾਨੂੰ ਉਹ ਤਾਂ ਜਮਾ ਹੀ ਸਫ਼ਰ ਸੰਤੋਖ ਨਹੀਂ ਮੰਗਦੀ ਉਹ ਤਾਂ ਹੋ ਹੀ ਨਹੀਂ ਸਕਦਾ ਵੀ ਜਿਹਨੂੰ ਸਾਰਾ ਕੁਛ ਦਿੱਤਾ ਹੋਵੇ ਉਹ ਕਿਤੇ ਸਫ਼ਰ ਮੰਗ ਲਵੇ ਵੀ ਉਹ ਬਾਕੀਆਂ ਦਾ ਟਾਈਮ ਖਰਾਬ ਕਰਨ ਜਾਂਦੀ ਹੁੰਦੀ ਆ ਵੀ ਕਿਤੇ ਗੁਆਂਢੀ ਨਾ ਗੱਡੀਆਂ ਲੈ ਲੈਣ ਉੱਥੇ ਲਿਜਾ ਕੇ ਰੱਖ ਜੇ ਖੜ ਜਾ ਆ ਪਹਿਲਾਂ ਲੰਗਰ ਖਾ ਲੈਂਦੇ ਸਾਡੇ ਉਹ ਪਤਾ ਕੀ ਕਹਿੰਦੀ ਆਏ ਪੰਜਵੀਂ ਇਹ ਕਹਿੰਦੀ ਨੀ ਪਕੌੜੇ ਖਾਂਦੇ ਆ ਨੀ ਭੈਣੇ ਵੇਲੇ ਆ ਗੁਫਾ ਵੱਲ ਫੇਰ ਜਾਂਦੇ ਆ ਉਹ ਜਾਣ ਨਹੀਂ ਦਿੰਦੀ ਬਾਹਾਂ ਖਿੱਚੀ ਜਾਂਦੀ ਆ ਵੀ ਖੜ ਜਾਓ ਪੰਜਵੀਂ ਇਹ ਕਹਿੰਦੀ ਨੀ ਪਕੌੜੇ ਖਾਂਦੇ ਆ ਨੀ ਭੈਣੇ ਵੇਲੇ ਆ ਗੁਫਾ ਵੱਲ ਫੇਰ ਜਾਂਦੇ ਆ ਉਹ ਲੈਨ 'ਚ ਖੜ ਗਈ ਪਕੌੜਿਆਂ ਵਾਲੀ ਕਾਲਾ ਲਫਾਫਾ ਮੈਂ ਕਿਹਾ ਬੀਬੀ ਕਹਿੰਦੀ ਹਾਂ ਤੂੰ ਮਰ ਜਾਣਾ ਮਗਰੀ ਮਗਰ ਸਾਡੇ ਉਹ ਮੈਂ ਕਿਹਾ ਬੀਬੀ ਤੂੰ ਮੇਰੀ ਮਾਂ ਵਾ ਮੈਂ ਤਾਂ ਤੇਰੇ ਨਾਲ ਜਾਣਾ ਮੈਂ ਕਿਹਾ ਕਾਲੇ ਲਫਾਫੇ 'ਚ ਕੀ ਹੈ ਕਹੀ ਮੈਂ ਦੱਸਣਾ ਮਾਂ ਦੱਸ ਦੇ ਕਹੀ ਨਹੀਂ ਦੱਸਣਾ ਮੈਂ ਕਿਹਾ ਦਿਖਾ ਦੇ ਬੀਬੀ ਤੂੰ ਮੇਰੀ ਮਾਂ ਨਹੀਂ ਫਿਰ ਕਹਿੰਦੀ ਟੋਰ ਐਕਸ ਪਾਈ ਹੋਈ ਹੈ ਮੈਂ ਕਿਹਾ ਇਹ ਕਾਹਦੇ ਲਈ ਉਹ ਕਹਿੰਦੀ ਫਿਰ ਪੁੱਤ ਆਇਆ ਵੀ ਮੈਨੂੰ ਖੰਘ ਹੋ ਗਈ ਆ ਡਾਕਟਰ ਕਹਿੰਦਾ ਜੀ ਤਲੀ ਚੀਜ਼ ਨਾ ਖਾਈ ਮੈਂ ਫਿਰ ਤੂੰ ਰਹਿਣ ਦੇ ਕਹਿੰਦੀ ਨਾ ਨਾ ਪੌਣਾ ਹਾਰੀ ਦੇ ਦਰਬਾਰ ਤੇ ਪਕੌੜੇ ਚੱਲਦੇ ਹੁਣ ਤੇ ਮਿੰਦੋ ਨਾ ਖਾਵੇ ਤਾਂ ਹੋ ਹੀ ਨਹੀਂ ਸਕਦਾ ਤਾਰੀ ਲਾ ਦੂੰ ਬੜੀ ਕਹਿੰਦੀ ਮੈਂ ਤਾਂ ਪਕੌੜੇ ਖਾ ਕੇ ਜਾਊਂ ਟੋਰੈਕਸ ਦੇ ਦੋ ਚਮਚੇ ਵੱਧ ਪੀ ਲੂੰ ਪੁੱਤ ਲਓ ਤਾਰੀ ਉਹਦੇ ਨਾਲ ਦੀ ਆ ਪੰਜਵੀਂ ਕਹਿੰਦੀ ਨੀ ਪਕੌੜੇ ਖਾਂਦੇ ਆ ਨੀ ਭੈਣੇ ਫੇਲੇ ਆ ਗੁਫਾ ਵੱਲ ਫੇਰ ਆ ਨਾਲੇ ਚੱਕੀ ਫਿਰਦੀ ਦਵਾਈ ਖੰਘਦੀ ਆ ਚਾਲੀਆਂ ਦਾ ਰੋਟ ਚੜਾ ਕੇ ਚਾਲੀਆਂ ਦਾ ਰੋਟ ਬੜਾ ਪਿਆਰਾ ਭਜਨ ਆ ਜੀ ਇਹ ਹਜੇ ਤੱਕ ਰਿਕਾਰਡ ਨਹੀਂ ਹੋਇਆ ਇਹ ਇੱਦਾਂ ਹੀ ਲਾਈਵ ਚੱਲਦਾ ਜੀ ਸੰਗਤ ਵੱਲੋਂ ਫਰਮਾਇਸ਼ ਆ ਜਾਂਦੀ ਹੈ ਸਾਡੀਆਂ ਭੈਣਾਂ ਵੱਲੋਂ ਜ਼ਿਆਦਾਤਰ ਇਹਨਾਂ ਵੱਲੋਂ ਸ਼ੁਰੂਆਤ ਆਉਂਦੀ ਆ ਸੋ ਇੱਕ ਵਾਰੀ ਖੁੱਲ੍ਹ ਕੇ ਸਾਡੀਆਂ ਭੈਣਾਂ ਤੇ ਵੀਰਾਂ ਵੱਲ ਖੁੱਲ੍ਹ ਕੇ ਤਾੜੀ ਲਾ ਦਿਓ ਵੀਰੋ ਤੁਸੀਂ ਵੀ ਖੁੱਲ੍ਹ ਕੇ ਤਾੜੀ ਲਾ ਦਿਓ ਸਾਡੀਆਂ ਭੈਣਾਂ ਬੈਠੀ ਖੁੱਲ੍ਹ ਕੇ ਤਾੜੀ ਲਾ ਦਿਓ ਜੀ ਸੋ ਹੁਣ ਬਿਲਕੁਲ ਆਪਾਂ ਥੋੜ੍ਹਾ ਘੱਟ ਟਾਈਮ ਰਹਿ ਗਿਆ ਥੋੜ੍ਹੇ ਘੱਟ ਟਾਈਮ ਦੇ ਵਿੱਚ ਆਪਾਂ ਨੱਚ ਟੱਪ ਕੇ ਹਾਜ਼ਰੀ ਭਰਨੀ ਹੈ ਸੋ ਸਾਰੀ ਸੰਗਤ ਨੇ ਬਿਲਕੁਲ ਸਾਡੇ ਨਾਲ ਨੱਚਣਾ ਵਾ ਜੈਕਾਰਾ ਲਾਈਏ ਸਾਰੀ ਸੰਗਤ ਜੈਕਾਰੇ ਅੱਜ ਆਪਾਂ ਘੱਟ ਲਾਏ ਆ ਸੋ ਇੱਕ ਆਵਾਜ਼ ਲਾਣੀ ਆ ਉੱਚੀ ਜੀ ਆਵਾਜ਼ ਦੇ ਵਿੱਚ ਜੈਕਾਰਾ ਪਾਉਣਾ ਹਰੀ ਜੀ ਦਾ ਬਹੁਤ ਸਾਡੇ ਦਰਬਾਰ ਕੀ ਦਰਬਾਰ ਕੀ ਇੱਧਰ ਵੀਰ ਸਾਡੇ ਤੁਸੀਂ ਜੈਕਾਰਾ ਪਾਉਣਾ ਹਰੀ ਜੀ ਦਾ ਬਹੁਤ ਸਾਡੇ ਦਰਬਾਰ ਕੀ ਮਲਕੀਤ ਜੀ ਤੁਸੀਂ ਸੁਣਨਾ ਬਾਓ 15 ਮਿੰਟ ਇਹ
ਹਟੇ ਨਹੀਂ ਹਟੇ ਨਹੀਂ ਫਿਰੇ ਸਾਈ ਦੇਣ ਲੱਗੇ ਮੈਂ ਕਿਹਾ ਯਾਰ ਫਿਰ ਜਿੱਥੇ ਪਿਆਰ ਪੈ ਗਿਆ ਜਿੱਥੇ ਹਾਂ ਕਰਦੀ ਉਥੇ ਸਾਈ ਸੂਈ ਵਾਲਾ ਕੋਈ ਕੰਮ ਨਹੀਂ ਮੈਂ ਸਾਈ ਘੱਟ ਹੀ ਲੈਣਾ ਹੁੰਦਾ ਮੈਨੂੰ ਇਹ ਹੁੰਦਾ ਵੀ ਜਿਹਨੇ ਮੁੱਕਰਨਾ ਕੋਈ ਨਾ ਮੁੱਕਰ ਦਿਓ ਜੇ ਮੈਂ ਮੁੱਕਰਿਆ ਚਿਮਟਾ ਤਾਂ ਵੀ ਗਰਮ ਹੀ ਆ ਤੇ ਤੁਸੀਂ ਮੁੱਕਰੇ ਫਿਰ ਚਿਮਟਾ ਤੁਹਾਡੇ ਲਈ ਵੀ ਠੰਡਾ ਕੋਈ ਨਹੀਂ ਹੋਣਾ ਤਾੜੀ ਲਾ ਦੋ ਤਾਂ ਬਗੀ ਮੈਂ ਕੀ ਉਹ ਦਿਨ ਪ੍ਰੋਗਰਾਮ ਬੁੱਕ ਕਰਾਇਆ ਸੀ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਮੁੰਡਿਆਂ ਨੂੰ ਕਿਹਾ ਵੀ ਯਾਰ ਲਾਉਣਾ ਕਹਿੰਦੇ ਕੋਈ ਗੱਲ ਨਹੀਂ ਪੰਜ ਸੱਤ ਪ੍ਰੋਗਰਾਮ ਇਦਾਂ ਦੇ ਹੁੰਦੇ ਆ ਜਿਹੜੇ ਸੀ ਪਿਆਰ ਸਤਿਕਾਰ ਚ ਵੀ ਲਾਉਣੇ ਵੀ ਕੋਈ ਗੱਲ ਨਹੀਂ ਆ ਕਿਉਂਕਿ ਸਾਰੇ ਪਿੰਡ ਵਾਲੇ ਮੇਰੇ ਆ ਪਿੰਡ ਵਾਲਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਸਾਰਾ ਤਿਲ ਫੁੱਲ ਇਕੱਠਾ ਕਰਕੇ ਪ੍ਰੋਗਰਾਮ ਕਰਾਇਆ ਹੁੰਦਾ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਐਨੀ ਟਾਈਮ ਇਸ ਪਿੰਡ ਲਈ ਛੁੱਟੀ ਆ ਰੇਟ ਜਿਹੜਾ ਮਰਜ਼ੀ ਹੋਈ ਜਾਵੇ ਜਦੋਂ ਮਰਜ਼ੀ ਫੋਨ ਕਰ ਦਿਓ ਤਾੜੀ ਲਾ ਦਿਓ ਤੁਹਾਡੇ ਨਾਲ ਰੇਟ ਰੂਟ ਵਾਲਾ ਕੋਈ ਚੱਕਰ ਨਹੀਂ ਮੁਹੱਬਤ ਦੀ ਗੱਲ ਹੈ ਹੈਲੋ ਸਾਸ ਸੰਗਤ ਸਾਰੇ ਬੰਦੋ ਜੈ ਮਾਤਾ ਦੀ ਇਹ ਭਾਜੀ ਹੁਣਾਂ ਨੇ ਮੇਰੀ ਜਿਹੜੀ ਇੱਕ ਗੱਲ ਮੰਨੀ ਆ ਬਾਪੂ ਰੰਗੜ ਬਾਦਸ਼ਾਹ ਜੀ ਦਾ ਦਰਬਾਰ ਲੱਗਾ ਸੀਗਾ ਜਿੱਥੇ ਇਹਨਾਂ ਨੇ ਮੇਰਾ ਮਾਣ ਰੱਖਿਆ ਔਰ ਸਾਡੀ ਇਹ ਔਕਾਤ ਨਹੀਂ ਅਸੀਂ ਇਹਨਾਂ ਨੂੰ ਲਿਆ ਕੇ ਇੱਥੇ ਪੇਸ਼ ਕਰ ਸਕੀਏ ਇਹ ਬਾਬੇ ਪੌਣਾ ਹਾਰੀ ਦੀ ਰਹਿਮਤ ਹੋਈ ਆ ਔਰ ਬਾਬਾ ਪੌਣਾ ਹਾਰੀ ਨੇ ਸਾਡੀ ਜਿਹੜੀ ਮਨ ਦੀ ਰੀਝ ਆ ਇੱਛਾ ਆ ਸਾਡੀ ਪੂਰੀ ਕੀਤੀ ਆ ਔਰ ਬਾਬਾ ਪੌਣਾ ਹਾਰੀ ਦੀ ਬਦੌਲਤ ਤੁਸੀਂ ਅੱਜ ਇਹ ਸਤਸੰਗ ਦਾ ਆਨੰਦ ਮਾਣ ਰਹੇ ਹੋ ਜੇ ਕਹਿੰਦਾ ਪੌਣਾ ਹਾਰੀ ਦਾ ਔਰ ਮੈਂ ਧੰਨਵਾਦ ਆਪਣੇ ਭਾਜੀ ਜਿਹਨੇ ਮੇਰਾ ਮਾਣ ਰੱਖਿਆ ਥੈਂਕ ਯੂ ਕੋਈ ਚੱਕਰ ਨਹੀਂ ਧੰਨਵਾਦ ਕੋਈ ਮੈਂ ਤਾਂ ਥੋੜਾ ਕਰਜਾਈ ਹੈ ਜਦੋਂ ਮਰਜ਼ੀ ਫੋਨ ਕਰਕੇ ਜਦੋਂ ਮਰਜ਼ੀ ਗੁੱਸੇ ਨਾਲ ਵੀ ਕਹੇ ਤੇ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਵੀ ਕਿਵੇਂ ਆਉਂ ਕਰਜਾਈ ਆ ਸੱਚੀ ਕਰਜਾਈ ਹੈ ਤੁਹਾਡੇ ਪਿਆਰ ਦਾ ਤੁਸੀਂ ਭਜਨ ਸੁਣਦੇ ਹੋ ਸਾਡੇ ਭਜਨ ਅੱਗੇ ਜਾਂਦੇ ਆ ਤਾਂ ਦਿਲ ਕਰਦਾ ਹਰੇਕ ਐਤਵਾਰ ਭਜਨ ਕਰੀ ਜਾਈਏ ਜੇ ਬਾਬੇ ਦੀ ਕਿਰਪਾ ਨਾਲ ਕੋਈ ਗੱਲਬਾਤ ਵੀ ਹੋ ਗਈ ਤਾਂ ਮੈਂ ਆਪਣੇ ਪਰਿਵਾਰ ਨੂੰ ਕਰਕੇ ਦੇਤਾ 600-700 ਭਜਨ ਮੈਂ ਕਿਹਾ ਹਾਂ ਪਿਆ ਹੋਏ ਸੰਗਤਾਂ ਨੂੰ ਐਂ ਨਾ ਲੱਗੀ ਜਾਵੇ ਯਾਰ ਪਿਰਤੀ ਚੱਲਿਆ ਗਿਆ ਦੁਨੀਆਂ ਤੋਂ ਉਹਦੇ ਭਜਨ ਨਹੀਂ ਆ ਰਹੇ ਮੈਂ ਕਿਹਾ ਤਾਂ ਵੀ 5-7 ਸਾਲ ਭਜਨ ਆਉਂਦੇ ਰਹਿਣਗੇ ਤਾੜੀ ਲਾ ਦਿਓ ਬਾਬੇ ਦੇ ਤੋ ਬਾਬੇ ਨੇ ਗੀਤਕਾਰ ਬਣਾਇਆ ਕਾਪੀਆਂ ਭਰੀਆਂ ਪਈਆਂ ਨੇ ਭਜਨਾਂ ਨਾਲ ਕੋਈ ਚੱਕਰ ਨਹੀਂ ਹੈਗਾ ਜਗਾਰਾ ਪਾਉਣਾ ਹਰੀ ਜੀ ਦਾ ਬੋਲ ਸੱਚ ਦਰਬਾਰ ਕੀ ਤੋ ਨੱਚੀਏ ਫਿਰ ਕਰੀਏ ਸ਼ੁਰੂ ਕਹਲੇ ਵੀ ਤੁਹਾਨੂੰ ਸੰਗ ਲੱਗਦੀ ਹੈ ਕਿ ਨਹੀਂ ਮੈਂ ਪਿੱਠ ਕਰਕੇ ਗਾਉਂਦਾ ਹੁੰਦਾ ਜਦੋਂ ਨਵਾਂ ਸੀ ਜੋਗੀ ਪਿੰਡ ਵਿੱਚ ਆਇਆ ਪਹਿਲਾਂ ਫਿਰ ਮਛਲੀ ਦਰਿਆਵਾਂ ਦੀ ਫਿਰ ਵਿੱਚ ਤਲਾਈਆਂ ਨੱਚੀ ਹੈਨਾ ਉਦੋਂ ਬਾਅਦ ਫਿਰ ਚਿੱਤ ਫਿਰ ਬਾਬਾ ਆਉਣ ਨੂੰ ਕਰੇ ਕਹਿੰਦਾ ਲੱਗੇ ਰਹੋ ਮਾਮਾ ਕੱਲ੍ਹ ਨੂੰ ਜਾਣਾ ਕਿਤੇ ਤਾੜੀ ਲਾਉਣ ਨਹੀਂ ਤੁਹਾਡੀ ਮੁਹੱਬਤ ਮੈਂ ਹਰ ਪਿੰਡ 'ਚ ਜਿੱਥੇ ਵੀ ਮੇਰੇ ਪਿੰਡ 'ਚ ਵੱਧ ਲੱਗਦੇ ਜਾਗਰਣ ਸ਼ਹਿਰਾਂ 'ਚ ਘੱਟ ਲੱਗਦੇ ਆ ਇੱਕ ਮੇਰਾ ਭਜਨ ਆਇਆ ਸੀ ਅੰਬਰਾਂ 'ਤੇ ਗੁੱਡੀਆਂ ਚੜ੍ਹਾ ਦੇ ਜੋਗੀਆ ਤੇਰੇ ਹੱਥ ਪਿੰਨਾ ਬਾਬਾ ਪੱਕੀ ਡੋਲ ਇੱਕ ਸ਼ਹਿਰ 'ਚ ਪ੍ਰੋਗਰਾਮ ਬੁੱਕ ਹੋ ਗਿਆ ਉੱਧਰ ਭਜਨ ਆਇਆ ਸੀ ਨਵਾਂ ਹੀ ਮਾਲ ਰੋਡ 'ਤੇ ਪ੍ਰੋਗਰਾਮ ਲੁਧਿਆਣੇ ਬੁੱਕ ਹੋ ਗਿਆ ਇੱਕ ਕੁੜੀ ਆਈ ਕਹਿੰਦੀ ਭਈਆ ਮੈਂ ਕਿਹਾ ਹਾਂਜੀ ਕਹਿੰਦੀ ਬੋ ਵਾਲਾ ਵਜਨ ਲਗਾ ਦਿਓ ਮੈਂ ਕਿਹਾ ਕਿਹੜਾ ਕਹਿੰਦੀ ਪੀਨੇ ਵੱਲ ਉਹ ਬਜਾ ਸ਼ਹਿਰ ਵਾਲਿਆਂ ਨੂੰ ਪਿੰਨਾ ਹੀ ਨਹੀਂ ਕਹਿਣਾ ਉਹਦਾ ਤਰੀਕੇ ਨਾਲ ਜਿਹਨਾਂ ਨੂੰ ਪਿੰਨੇ ਦਾ ਪਤਾ ਉਹ ਤਾੜੀ ਮਾਰ ਦਿਓ ਸੋ ਭਜਨ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਮਿੱਠੀ ਮਿੱਠੀ ਤਾੜੀ ਉਦੋਂ ਬਾਅਦ ਫਿਰ 15 ਮਿੰਟ ਆਪਾਂ ਨੱਚਣਾ ਤੇ ਨੱਚਣ ਤੋਂ ਬਾਅਦ ਫਿਰ ਅੱਧੀ ਛੁੱਟੀ ਸਾਰੀ ਤੁਸੀਂ ਵੀ ਸੌਂ ਜਾਓ ਅਸੀਂ ਵੀ ਚੱਲੇ ਜਕਾਰਾ ਪਾਉਣਾ ਹਰੀ ਜੀ ਬੋਲ ਸਰ ਨਾਲ ਬੋਲ ਕੇ ਇੱਕ ਸੱਚੀ ਗੱਲ ਦੱਸਣ ਲੱਗਿਆ ਇਹ ਭਜਨ ਜਿੱਦਣ ਬਣਾਇਆ ਸੀ ਨਾ ਮੈਂ ਆਪ ਘੁੱਬਾ ਮਾਰ ਮਾਰ ਰੋਇਆ ਸੀ ਕਿਉਂਕਿ ਮੈਂ ਗੀਤਕਾਰ ਹਾਂ ਮੇਰੀ ਔਕਾਤ ਕੋਈ ਨਹੀਂ ਮੈਂ ਬਾਬੇ ਦੀ ਮਹਿਮਾ ਲਿਖ ਸਕਾਂ ਜਿੰਨੀ ਲਿਖੀ ਹੁਣ ਤੱਕ ਉਹ ਵੀ ਐਂ ਲੱਗਦਾ ਵੀ ਹਲੇ 2% ਹੋਈ ਹੈ ਉਹਦੀ ਮਹਿਮਾ ਲਿਖਣੀ ਸੌਖੀ ਗੱਲ ਨਹੀਂ ਹੈ ਮੈਂ ਬਾਬਾ ਜੀ ਦੇ ਵਿਆਹ ਤੇ ਵੀ ਭਜਨ ਲਿਖਿਆ ਕਰਨ ਵੇਲੇ ਮੈਨੂੰ ਮੇਰੀ ਟੀਮ ਨੇ ਕਿਹਾ ਕਹਿੰਦੇ ਬਾਬਾ ਜੀ ਦੇ ਵਿਆਹ ਦਾ ਭਜਨ ਕਾਹਤੋਂ ਲਿਖਤਾ ਮੈਂ ਕਿਹਾ ਯਾਰ ਜਦੋਂ ਘਰ ਦੇ ਵਿੱਚ ਪੁੱਤ ਜੰਮਦਾ ਮਾਂ ਤਾਂ ਉਦੋਂ ਕੋਈ ਲੋਰੀਆਂ ਦੇਣ ਲੱਗ ਜਾਂਦੀ ਹੈ ਉਹ ਤਾਂ ਉਦੋਂ ਹੀ ਸੋਚਣ ਲੱਗ ਜਾਂਦੀ ਇਹਨੂੰ ਮੈਂ ਵਿਆਹੂੰਗੀ ਏਦਾਂ ਕਰੂੰਗੀ ਮੈਂ ਕਿਹਾ ਜਿੱਦਣ ਪਾਉਣਾ ਹਰੀ ਮਾਂ ਲਕਸ਼ਮੀ ਦੇ ਘਰ ਜੂਨਾਗੜ੍ਹ ਦੇ ਵਿੱਚ ਉਹਨੇ ਜਨਮ ਲਿਆ ਮਾਂ ਦੀਆਂ ਤਾਂ ਇੱਛਾ ਉਦਣੇ ਬਹੁਤ ਸੀਗੀਆਂ 12 ਸਾਲ ਤੱਕ ਵੀ ਮੇਰਾ ਪੁੱਤ ਵੱਡਾ ਹੋ ਗਿਆ ਇਹਨੂੰ ਵਿਆਹੂੰਗੀ ਸਾਰੇ ਪਿੰਡ ਨੂੰ ਬਰਾਤ ਲੈ ਕੇ ਜਾਊਂਗੀ ਉਹ ਤਾਂ ਗੱਲ ਕੀਤੀ ਸੀ ਵਿਆਹ ਦੀ ਬਾਬਾ ਜੀ ਦੀ ਗੱਲ ਹੈ ਨਾ ਮਾਂ ਲਕਸ਼ਮੀ ਨੇ ਪੀਣਾ ਪਾਣੀ ਵਾਰ ਕੇ ਵੀ ਲੱਭ ਜਾ ਜਟਾਵਾਂ ਵਾਲੇ ਆ ਕਹਿੰਦੇ ਜਦੋਂ ਬਾਬਾ ਜੀ ਛੱਡ ਕੇ ਚਲੇ ਗਏ ਸੀ ਉਹ ਫਿਰ ਤਾਂ ਮਾਂ ਕਹਿੰਦੀ ਆ ਵੀ ਮੈਂ ਪੁੱਤ ਤੇਰੇ ਪਾਣੀ ਵਾਰ ਕੇ ਪੀਣਾ ਸੀ ਤੂੰ ਮੈਨੂੰ ਛੱਡ ਕੇ ਚਲਿਆ ਗਿਆ ਇੱਕ ਤਾੜੀ ਮਾਂ ਲਕਸ਼ਮੀ ਦੇ ਨਾਂ ਦੀ ਲਾ ਦਿਓ ਜਿਹਨਾਂ ਦੀ ਕੁੱਖ 'ਚੋਂ ਬਾਬਾ ਜੀ ਨੇ ਜਨਮ ਲਿਆ ਔਰ ਤਾਂ ਜੂਨਾਗੜ੍ਹ ਵੀ ਤੁਹਾਡੇ ਫਗਵਾੜੇ ਦੀਆਂ ਸੰਗਤਾਂ ਨੇ ਔਰ ਫਗਵਾੜੇ ਸ਼ਹਿਰ ਦੀਆਂ ਸੰਗਤਾਂ ਨੇ ਬਾਬਾ ਜੀ ਦੇ ਭਗਤ ਬਹੁਤ ਬੈਠੇ ਆ ਫਗਵਾੜੇ ਸ਼ਹਿਰ ਦੀਆਂ ਸੰਗਤਾਂ ਨੇ ਜੂਨਾਗੜ੍ਹ ਦੇ ਵਿੱਚ ਵੀ ਰਹਿਣ ਵਾਸਤੇ ਵੀ ਪ੍ਰਬੰਧ ਕਰਤਾ ਜੇ ਪੰਜਾਬ ਤੋਂ ਸੰਗਤ ਜਾਂਦੀ ਆ ਉੱਥੇ ਬਾਬਾ ਜੀ ਦੀ ਕੋਈ ਵੀ ਮੂਰਤੀ ਨਹੀਂ ਸੀ ਉੱਥੇ ਗੁਰੂ ਦਤਾਤਰੇ ਜੀ ਮਹਾਰਾਜ ਜੀ ਦੀ ਜਿਹੜੀ ਹੈਗੀ ਆ ਸ਼ੋਭਾ ਵੱਧ ਹੁੰਦੀ ਆ ਗੁਰੂ ਸੀ ਪੌਣਾ ਹਾਰੀ ਬਾਬਾ ਜੀ ਦੇ ਉਹਨਾਂ ਦੇ ਜਿਹੜੇ ਵੀ ਸਾਰੇ ਉੱਥੇ ਧੂਣੇ ਚੱਲ ਰਹੇ ਨੇ ਉੱਥੇ ਹੁਣ ਫਗਵਾੜੇ ਸ਼ਹਿਰ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਨਾਲ ਥੋੜ੍ਹੇ ਜਿਹੇ ਜਲੰਧਰ ਦੀਆਂ ਸੰਗਤਾਂ ਨੇ ਸਾਲ ਬਾਅਦ ਟ੍ਰੇਨ ਜਾਂਦੀ ਆ ਉਹਨਾਂ ਦੀ ਲੈ ਕੇ ਜਾਂਦੇ ਆ ਫਰੀ
ਔਰ ਜੂਨਾਗੜ੍ਹ ਦੇ ਵਿੱਚ ਵੀ ਉਹਨਾਂ ਨੇ ਬਾਬਾ ਜੀ ਦਾ ਦਰਬਾਰ ਆ ਜਿਹੜਾ ਬਣਾਤਾ ਉੱਥੇ ਵੀ ਸਾਰੇ ਸਾਧੂ ਸੰਤ ਹੁਣ ਉਸ ਜਗ੍ਹਾ ਦੇ ਉੱਤੇ ਨਤਮਸਤਕ ਹੁੰਦੇ ਆ ਕਿਤੇ ਜੂਨਾਗੜ੍ਹ ਜਾਣ ਨੂੰ ਦਿਲ ਕਰਿਆ ਤਾਂ ਜ਼ਰੂਰ ਦੱਸਿਓ ਉਹ ਟਿਕਟਾਂ ਤੁਹਾਡੀਆਂ ਫਗਵਾੜੇ ਸ਼ਹਿਰ ਦੀਆਂ ਸੰਗਤਾਂ ਦੇ ਨਾਲ ਕਰਾ ਕੇ ਉਹ 5 ਕੁ ਦਿਨ ਲਈ ਜਾਂਦੇ ਆ ਦਸੰਬਰ ਮਹੀਨਾ ਰੱਖਦੇ ਹੁੰਦੇ ਆ 5 ਤਰੀਕ ਜਾਂ 7 ਤਰੀਕ ਤੋਂ ਇਦਾਂ ਕੋਈ ਡੇਟ ਆ ਉਹਨਾਂ ਦੀ ਜਾਂ ਤਾਂ ਨਹੀਂ ਸਭ ਤੋਂ ਹੋਇਆ ਫੋਨ ਉਹਨਾਂ ਦਾ ਹਰ ਵਾਰੀ ਆਉਂਦਾ ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਸ ਭਜਨ ਨੂੰ ਨਾਲ ਨਾਲ ਬੋਲ ਕੇ ਸਾਰੇ ਜਾਣੇ ਹਾਜ਼ਰੀ ਲਵਾਇਓ ਜੇ ਰਾਤ ਨੂੰ ਕਈ ਵਾਰ ਰਾਤ ਨੂੰ ਸਾਡਾ ਮਨ ਦਿਮਾਗ ਟੈਨਸ਼ਨ 'ਚ ਹੁੰਦਾ ਤੁਸੀਂ ਇਸ ਭਜਨ ਨੂੰ ਯੂਟਿਊਬ ਤੋਂ ਕੱਢ ਕੇ ਆਪਣੇ ਸਿਰਹਾਣੇ ਰੱਖ ਲਿਓ ਮੇਰਾ ਵਾਅਦਾ ਰਿਹਾ ਕਿ ਤੁਹਾਡੀ ਅੱਖ ਦੇ ਵਿੱਚ ਪਾਉਣਾ ਹਰੀ ਦਾ ਪਿਆਰ ਨਾ ਆਇਆ ਤੁਹਾਨੂੰ ਰੋਣਾ ਨਾ ਆਇਆ ਫਿਰ ਗੱਲ ਕਰਿਓ ਤਾੜੀ ਲਾ ਦਿਓ ਇੱਕ ਵਾਰੀ ਤਾਂ ਬਤਾ ਰੱਬ ਦਾ ਲੱਗਦਾ ਨੀ ਜਿਹੜਾ ਜੋਗੀ ਪਿੰਡ ਵਿੱਚ ਆਇਆ ਨੀ ਤੈਨੂੰ ਚੱਲ ਦਿਖਾਵਾਨੀ ਨੀ ਉਹਨੂੰ ਰਤਨੋ ਨਿਲਾਲ ਬਣਾਇਆ ਮਿੱਠੀ ਮਿੱਠੀ ਤਾੜੀ ਨਾਲ ਸਟਾਰਟ ਕਰਾਂਗੇ ਸ਼ੰਕਰ ਜੀ ਮਹਾਰਾਜ ਦੇ ਦਰਸ਼ਨ ਕਰ ਲਏ ਚੌਥੇ ਜਨਮ ਦੇ ਵਿੱਚ ਸ਼ੰਕਰ ਜੀ ਮਹਾਰਾਜ ਨੇ ਫੇਰ ਕਹਿਤਾ ਕਹਿੰਦੇ ਹਲੇ ਭਗਤੀ ਪੂਰੀ ਨਹੀਂ ਹੋਈ ਜਿਹੜੀ ਧਰਮੋ ਮਾਈ ਦੇ ਕੋਲੋਂ ਰਸਤਾ ਪੁੱਛ ਕੇ ਕੈਲਾਸ਼ ਪਰਬਤ ਆਏ ਸੀ ਉਹਦਾ ਕਰਜ਼ਾ ਚੁਕਾਇਓ ਪਹਿਲਾਂ ਜਾ ਕੇ ਉਹ ਕਰਜ਼ਾ ਚੁਕਾਉਣ ਆਏ ਨਾ ਪਾਣੀ ਪੀਤਾ ਨਾ ਲੱਸੀ ਪੀਤੀ ਨਾ ਉਹਦੀਆਂ ਰੋਟੀਆਂ ਖਾਧੀਆਂ ਸਿਰਫ ਹਵਾ ਦੇ ਵਿੱਚ ਉੱਡੇ ਪੌਣਾ ਦੇ ਵਿੱਚ ਉੱਡੇ ਉਹੀ ਉਹਨਾਂ ਦਾ ਆਹਾਰ ਬਣਿਆ ਜ਼ਿੰਦਗੀ ਦਾ ਕੁਛ ਨਹੀਂ ਖਾਧਾ ਜੋ ਮਹਾਰਤਨ ਤੋਂ ਲਿਆ
ਉਹ ਵੀ ਬੋਰਡ ਨੂੰ ਪਾੜ ਕੇ ਵਾਪਸ ਕਰਕੇ ਚਲੇ ਗਏ ਤਾਂ ਗੱਲ ਪਈ ਆ ਉਹਦੇ ਬੋਲ ਪਿਆਰੇ ਤੇਰੀ ਉਹਦੇ ਬੋਲ ਜਿੰਨੇ ਵੀ ਸੰਗਤਾਂ ਜਿੰਨੇ ਵੀ ਮੇਰੇ ਵੀਰ ਮਾਨ ਸਤਿਕਾਰ ਪਿਆਰ ਇਹ ਦੇ ਕੇ ਗਏ ਨੇ ਸਾਡੇ ਅਗਲੇ ਭਜਨਾਂ ਲਈ ਜਿੰਨੀ ਮਾਇਆ ਆਈ ਆ ਤੇ ਸਾਰੀ ਇਕੱਠੀ ਕਰਕੇ ਅਸੀਂ ਅਗਲੇ ਭਜਨਾਂ ਦੇ ਵਿੱਚ ਇਨਵੈਸਟ ਕਰਨੀ ਆ ਜਾ ਕੇ ਇੱਕ ਤਾੜੀ ਲਾ ਦਿਓ ਬਾਬਾ ਜੀ ਦੇ ਨਾਮ ਦੀ ਰੱਖ ਸੋ ਨੱਚੀਏ ਫਿਰ ਤਿਆਰ ਹੋਣ ਹੱਥ ਖੜੇ ਕਰੋ ਖੜੇ ਖੜੇ ਉਹ ਜਿੰਨੀ ਦੇਰ ਹੋ ਗਈ ਬੈਠਿਆਂ ਨੂੰ ਨੱਚੀਏ 20-25 ਮਿੰਟ ਦਾ ਟਾਈਮ ਆ ਜਿਹੜਾ ਹੋਰ ਰਹਿ ਗਿਆ ਵਿੱਚ ਤਲਾਈਆਂ ਨੱਚੀ ਮਸਲੀ ਪਹਿਲਾਂ ਵਿੱਚੇ ਲਾ ਦੂੰ ਰੀਮਿਕਸ ਕਰਦਾ 4-5 ਭਜਨ ਫਿਰ ਅੱਧਾ ਘੰਟਾ ਲੰਘ ਜੂਗਾ ਨਹੀਂ ਜਕਾਰਾ ਪਾਉਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਸਾਰੇ ਜਣੇ ਖੜੇ ਹੋ ਗਏ ਬਾਬਾ ਜੀ ਲੈ ਕੇ ਆ ਪਿਆਰ ਦਾ ਸਭ ਤੋਂ ਵੱਡੀ ਗੱਲ ਹੈ ਮੇਰੇ ਵੀਰੇ ਵੀ ਖੜੇ ਹੋ ਗਏ ਹੁਣ ਇਹਨਾਂ ਦਾ ਵੀ ਜੀ ਕਰਿਆ ਵੀ ਚੱਲ ਹੁਣ 15-20 ਮਿੰਟਾਂ ਲਾ ਲਈਏ ਕਿ ਨਹੀਂ ਇਹਨਾਂ ਦੇ ਨਾਂ ਦੀ ਦੱਬ ਕੇ ਤਾੜੀ ਲਾ ਦਿਓ ਸਾਰੇ ਜਣੇ ਜਿਹੜਾ ਬਹਿ ਗਿਆ ਉਹ ਰਹਿ ਗਿਆ ਕਿ ਨਹੀਂ ਆਉਣਾ ਆ ਰਹੀ ਫਿਰ ਮੁਰਾਦਾ ਤੁਹਾਨੂੰ ਪਤਾ ਹੀ ਹੈ ਨਾ ਉਸ ਹਿਸਾਬ ਨਾਲ ਦੇਣੀ ਹੈ ਮੈਂ ਤਾਂ ਪਹਿਲਾਂ ਹੀ ਗਿਆ ਜੇ ਤੁਸੀਂ ਦਿਲ ਖੋਲ ਕੇ ਉਹਦੇ ਲਈ ਨਹੀਂ ਖੜੇ ਖੜਾ ਹੋ ਵੀ ਨਹੀਂ ਪੂਰਾ ਜੇ ਤੁਸੀਂ ਦਿਲ ਖੋਲ ਕੇ ਬਾਂਹ ਵੀ ਲੱਗੂਗੀ ਨਾਲ ਹੀ ਜਿਹੜੇ ਖਿੱਚਦੇ ਨੇ ਲੱਤਾਂ ਉਹ ਨਹੀਂ ਜਾਣਦੇ ਬਾਂਹ ਤਾਂ ਬਾਬਾ ਜੀ ਨੇ ਫੜੀ ਹੋਈ ਤੁਸੀਂ ਖੜੇ ਰਹੋ ਜਾਨੂੰ ਬੋਡੇ 'ਚ ਸਿੱਧੇ ਹੁੰਦੇ ਮੈਂ ਗੱਲ ਵੀ ਸੁਣਾ ਦਿੰਦਾ ਤੁਹਾਨੂੰ ਆ ਜਾਓ ਬੀਬੀ ਜੀ ਨੂੰ ਵੀ ਉੱਪਰ ਲੈ ਜਾਓ ਇੱਕ ਬੰਦਾ ਮੇਰੇ ਯਾਦ ਆ ਕਾਫੀ ਦੇਰ ਪਹਿਲਾਂ ਨਾ ਕਾਫੀ ਦੇਰ ਦੀ ਗੱਲ ਹੈ ਇਹ ਭਜਨ ਉਦਣ ਲਿਖਿਆ ਸੀ ਜਿਹੜੇ ਖਿੱਚਦੇ ਨੇ ਲੱਤਾਂ ਉਹ ਨਹੀਂ ਜਾਣਦੇ ਬਾਂਹ ਤਾਂ ਬਾਬਾ ਜੀ ਨੇ ਫੜੀ ਹੋਈ ਆ ਉਹ ਤੋਂ ਬਾਅਦ ਸੁਣਾਉਣਾ ਪਹਿਲਾਂ ਵਿੱਚ ਦਵਾਈਆਂ ਨੱਚੀ ਜੈ ਬਾਬੇ ਦੀ ਜੈ ਬਾਬੇ
ਰੋਕੀ ਨਾ ਵੇ ਵੀਰਾ ਮੈਨੂੰ ਨੱਚ ਲੈਂਦਾ ਅੱਜ ਰੋਕੀ ਨਾ ਵੇ
ਉੱਥੇ ਕਿ ਨਿੱਕਾ ਜਿਹਾ ਬੱਚਾ ਬਹੁਤ ਅਪਡੇਟ ਨੇ ਇਹਨਾਂ ਨੇ ਕਹਿੰਦਾ ਉਹ ਭਾਈ ਜਿਹੜਾ ਹਾਂ ਕਹਿੰਦਾ ਸੈਲਫੀ ਲੈਣੀ ਹੈ ਮੈਂ ਕਿਹਾ ਉਹ ਕੀ ਹੁੰਦੀ ਓਏ ਕਹਿੰਦਾ ਫੋਟੋ ਮੈਂ ਤਾਂ ਬਾਅਦ ਚ ਪਤਾ ਲੱਗਿਆ ਵੀ ਇਹਨੂੰ ਸੈਲਫੀ ਕਹਿੰਦੇ ਆ ਸਾਡੇ ਵੇਲੇ ਤਾਂ ਫੋਟੋ ਖਿੱਚ ਲੈਂਦੇ ਸੀ ਬਾਅਦ ਚ ਨੈਗੇਟਿਵ ਹੀ ਸਾਹਮ ਸਾਹਮ ਰੱਖੀ ਜਾਂਦੇ ਸੀ ਚਾਰ ਚਾਰ ਸਾਲ ਉਧਰਲੇ ਬਾਅਦ ਚ ਉਹ ਚ ਵੀ ਪਾਣੀ ਪੂਣੀ ਜੇ ਪੈ ਜਾਂਦਾ ਸੀ ਅੱਧਾ ਖਰਾਬ ਹੋ ਜਾਂਦਾ ਸੀ ਹੁਣ ਬਾਲਾ ਵਧੀਆ ਜ਼ਮਾਨਾ ਅਪਡੇਟ ਹੋ ਗਿਆ ਉਹਨੇ ਫਿਰ ਮੈਨੂੰ ਇੱਕ ਫੋਟੋ ਖਿੱਚੀ ਕਹਿੰਦਾ ਮੈਂ ਕਿਹਾ ਖਿੱਚ ਲਾ ਉਹ ਮੈਂ ਕਿਹਾ ਉਹ ਕਦੇ ਤਾਂ ਕਰਕੇ سلفي ليلى ميري بغطا لمي ਜਿੱਥੇ ਤੇਰੇ ਨਾਂ ਦੀ 12 ਸਾਲ ਦੀ ਰੋਟੀ ਪੱਕੀ ਬਾਬੇ ਦੇ ਨਾਂ ਦੀ ਰੋਟੀ ਪੱਕੀ ਆ ਉਹਨੇ ਖਾਧੀ ਜਾਂ ਨਹੀਂ ਉਹਦੀ ਮਰਜ਼ੀ ਹੈ ਕੱਲ ਨੂੰ ਤਲਾਈਆਂ ਜਾਣਾ ਨਾ ਇੱਕ ਤੁਹਾਨੂੰ ਗੱਲ ਦੱਸ ਤਲਾਈਆਂ ਪਾਣੀ ਜ਼ਰੂਰ ਪੀਂਦੀ ਇਸ ਮਿਸਲਰੀ ਵਾਲਾ ਨਹੀਂ ਨਾ ਕਹਿਣ ਲਈ ਉਹ ਨਲਕੇ ਲੱਗੇ ਹੋਣੇ ਉਹ ਪਾਣੀ ਜ਼ਰੂਰ ਪੀ ਕਿਉਂਕਿ ਤਲਾਈਆਂ ਤੇ ਦਿਉੜ ਸਿੰਘ ਦਾ ਚੱਪਾ ਚੱਪਾ ਕਰ ਜਾਈ ਹੈ ਹਰ ਜਗ੍ਹਾ ਤੇ ਬਾਬਾ ਜੀ ਦੇ ਪੈਰ ਲੱਗੇ ਹੋਏ ਨੇ 12 ਸਾਲ ਭਗਤੀ ਉਹਨਾਂ ਨੇ ਤਲਾਈਆਂ 'ਚ ਕੀਤੀ ਹੈ ਉਦੋਂ ਬਾਅਦ ਉੱਡ ਕੇ ਦਿਉੜ ਸਿੰਘ ਵਿੱਚ ਚਲੇ ਗਏ ਉੱਥੇ ਤਾਂ ਫਿਰ ਜਾ ਕੇ ਸੰਗਤਾਂ ਮੱਥਾ ਟੇਕ ਕੇ ਸੁੱਖਾ ਸੁੱਖਣ ਲੱਗ ਗਈਆਂ ਪਰ 12 ਸਾਲ ਤਾਂ ਉਹਨਾਂ ਨੇ ਤਲਾਈਆਂ 'ਚ ਬਿਤਾਇਆ ਨਾ ਇੱਕ ਤਾੜੀ ਤਲਾਈਆਂ ਦੇ ਨਾਂ ਦੀ ਲਾ ਦਿਓ ਹਾਂ ਜਿੱਥੇ ਤੇਰੇ ਨਾਂ ਦੀ 12 ਸਾਲ ਦੀ ਰੋਟੀ ਪੱਕੀ ਜੋਗੀ ਵੇ ਤੇਰਾ ਨਾਂ ਲੈ ਕੇ
ਸਾਨੂੰ ਮਾਸੀਆਂ ਤੋਂ ਸਲਾਹ ਲੈ ਲਿਆ ਵੀ ਜਾਈਏ ਤਾਂ ਮਾਸੀਆਂ ਤੇ ਭੂਆ ਦਾ ਰੋਲ ਬਾਲਾ ਹੁੰਦਾ ਕਿ ਨਹੀਂ ਵੈਸੇ ਮਾਸੀਆਂ ਦਾ ਤੇ ਉਹ ਪੇਕੇ ਵਾਲੇ ਪਾਸੇ ਰੋਲ ਬਾਲਾ ਹੁੰਦਾ ਇੱਧਰ ਤਾਂ ਸਾਰੇ ਮਾੜੇ ਹੀ ਹੁੰਦੇ ਆ ਤਾੜੀ ਲਾ ਕਹਿੰਦਾ ਉੱਡੀਆਂ ਹਵਾਵਾਂ ਤੇਰੀ ਗੁਫਾ ਤੋਂ ਆ ਗਈਆਂ ਨੇ ਬਾਬਾ ਧਨੀ ਪਿੰਡ ਨੂੰ ਹੁਣ ਸਾਡੀ ਜ਼ਿੰਦਗੀ ਹੈ ਤੇਰੀ ਆ ਲੈ ਜੀ ਚਾਹੇ ਘੜੀ ਚਾਹੇ ਪਿੰਡ ਨੂੰ
ਜਾਣਦੇ ਬਾਤਾਂ ਬਾਬਾ ਜੀ ਨੇ ਫੜੀ ਹੋਈ ਆ ਜੇ
ਜਿੱਥੇ ਖੜਾ ਦੇਣ ਸੰਗਤਾ ਪਿਆਰ ਦੀ ਉਹ ਤਾਂ ਹੀ ਬੰਨੇ ਜੰਨੇ ਧੜੀ ਹੋਈ ਆ لديك فتره 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 لديك
ਫਤਿਹ ਤੋਂ ਸਾਰੇ ਲੈ ਗਿਆ ਮੈਂ ਮਾਜੀ ਨੇ ਵੀ ਆ ਬਾਬਾ ਤੇਰੀ ਜਾਰੀ ਸਿਵਿਆਂ ਚ ਬੈਠੀ ਤੇਰਾ ਨਾਮ ਜਪਦੀ ਵੇ ਜਿਹੜੀ ਘਰਦੀ ਨਹੀਂ ਕਿਸੇ ਤੋਂ ਮਸਾੜੀ ਸਿਵਿਆਂ ਚ ਬੈਠੀ ਤੇਰਾ ਨਾਮ ਜਪਦੀ ਵੇ ਜਿਹੜੀ ਘਰਦੀ ਨਹੀਂ ਕਿਸੇ ਤੋਂ ਮਸਾੜੀ ਆ ਸਿਵਿਆਂ ਚ ਬੈਠੀ ਤੇਰਾ ਨਾਮ ਜਪਦੀ ਵੇ ਜਿਹੜੀ ਘਰਦੀ ਨਹੀਂ ਕਿਸੇ ਤੋਂ ਮਸਾੜੀ ਮੇਰੀ ਤਾੜੀ ਲਾ ਦਿਓ ਗਿਆ ਕਰਾਂ ਮਾਮਾ ਬੋਲਾ ਖਾਨੀ ਦਾ ਸਾਹ ਸੰਗ ਜੀ ਆਨੰਦ ਆਇਆ ਜੀ ਹੱਥ ਗੱਲ ਕਰਕੇ ਦੱਸਿਓ ਆਨੰਦ ਆਇਆ ਜੋ ਤਾਂ ਤਾੜੀ ਮਾਰ ਦਿਓ ਬਾਬਾ ਜੀ ਅੱਗੇ ਅਰਦਾਸ ਕਰੋਗੇ ਆਉਂਦੇ ਸਾਲ ਫੇਰ ਵੀ ਹਾਜ਼ਰੀ ਹੋਵੇ ਹੁਣ ਬਾਬਾ ਜੀ ਆਰਤੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਦੀ ਬਾਬਾ ਜੀ ਦੀ ਹੋਣ ਲੱਗੀ ਆ ਸੋ ਉਸ ਤੋਂ ਬਾਅਦ ਬਾਬਾ ਜੀ ਦਾ ਕਿਆਦਾ ਲੰਗਰ ਤਿਆਰ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਬਾਬਾ ਜੀ ਦੇ ਭਵਨ ਦੇ ਕੋਲ ਆ ਜਾਓ ਜਿੰਨੀ ਵੀ ਸੰਗਤ ਪਿੱਛੇ ਆ ਸਾਰੇ ਅੱਗੇ ਨੂੰ ਆ ਜਾਓ ਬਾਬਾ ਜੀ ਦੀ ਆਰਤੀ ਹੋਣ ਲੱਗੀ ਉਸ ਤੋਂ ਬਾਅਦ ਕਿਆਦਾ ਲੰਗਰ ਤਿਆਰ ਆ ਸੋ ਸਾਰੀ ਸੰਗਤ ਨੇ ਕਿਆ ਛੱਕੀ ਜਾਣਾ ਬਾਬਾ ਜੀ ਨੂੰ ਭੋਗ ਕਲਾਧਾਰੀਆਂ ਦੇ ਸਵਾਮੀ ਜੈ ਗੁਣ ਹਾਰੀ ਹਰੇ ਭਗਤ ਜਨੋ ਕੀ ਨਈਆ ਦਾਸ ਜਨੋ ਕੀ ਨਈਆ ਤਬ ਸੇ ਪਾਰ ਕਰੇ ਓ ਜੈ ਕਲਾਧਾਰੀ ਹਰੇ ਨਾਨਕ ਉਮਰ ਸੁਹਾਨੀ ਆਰਤੀ ਜੋ ਕੋਈ ਨਿਤ ਗਾ
سندر گفال بابا جی دا بول سچے دربار کی جے جکارا رتنوں دے پالی دا بول سچے دربار کی جے جکارا پونا ہری بابا جی دا بول سچے دربار کی جے بابا جی دا باجی نو تیرے کدوں میں باجی ਇਹਦੇ ਫੋਟੋ ਕਰ ਲਈ ਭਾਈ ਸਾਰਾ ਪੋਣਾ ਹਰੀ ਦਾ ਸਾਰਾ ਬਾਬਾ ਬਾਬਾ ਜੀ ਦਾ ਬਾਬਾ ਜੀ ਸਾਹਮਣੇ ਦੇਖ ਲੈ ਇਹ ਕੌਣ ਫੋਟੋ ਕੀ ਕਰਾ ਪੋਣਾ ਹਰੀ ਬਾਬਾ ਜੀ ਦਾ ਕਰਾ ਬਾਬਾ ਬਾਲਕਨਾਥ ਜੀ ਦਾ ਫੋਟੋ ਕਰੋ ਇੱਥੇ ਆਓ।